ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਤਾ ਤੁਸੀਂ ਸੋਚ ਰਹੇ ਹੋਣੇ ਹੋ ਕਿ ਇਹ ਤਾਂ ਮੁੱਦੇ ਦਾ ਟਾਈਮ ਨਹੀਂ ਹੈ ਆ ਕਿ ਇਸ ਵੇਲੇ ਮੁੱਦਾ ਕਿਉਂ ਸ਼ੁਰੂ ਹੋਇਆ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਸੀਰੀਅਸ ਐਂ ਬਹੁਤ ਵੱਡੇ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਾਡੀ ਸਾਰੀ ਕੌਮ ਲਈ ਕਮਿਊਨਿਟੀ ਲਈ ਤੁਸੀਂ ਕਹਿ ਸਕਦੇ ਹੋ ਇਸ ਸੋਸਾਇਟੀ ਲਈ ਕਰਨੀ ਬਹੁਤ ਹੀ ਇੰਪੋਰਟੈਂਟ ਹੈ ਅੱਜ ਦੀ ਡੇਟ ਦੇ ਵਿੱਚ ਮੈਂ ਸਭ ਤੋਂ ਪਹਿਲੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸ਼ਾਇਦ ਤੁਸੀਂ ਇਸ ਪਿਛਲੇ ਹਫ਼ਤੇ ਵਿੱਚ ਜਾਂ ਦੋ ਹਫ਼ਤਿਆਂ 'ਚ ਇੱਕ YouTube ਵੀਡੀਓ ਵੇਖੀ ਹੋਣੀ ਹੈ ਇੱਕ ਮੈਰੀਲੈਂਡ ਗੁਰਦੁਆਰੇ ਦੇ ਵਿੱਚ ਗੁਰਦਰਸ਼ਨ ਸਿੰਘ ਨੇਮਡ ਇੰਡੀਵਿਜੂਅਲ ਨੇ ਕੁਝ ਇਹੋ ਜਿਹੀ ਗਨੋਨੀ ਹਰਕਤਾਂ ਕੀਤੀਆਂ ਐਂਡ ਉਹ ਪਰਿਵਾਰ ਉਸ ਵਿਕਟਮ ਦਾ ਪਰਿਵਾਰ ਉਹਨਾਂ ਨੇ ਆਪਣੀ ਸਟੋਰੀ ਦੱਸੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਆ ਇਦਾਂ ਲੱਗਿਆ ਕਿ ਇਹ ਚੀਜ਼ ਹੋਈ ਕਿਦਾਂ ਸਾਡੇ ਗੁਰਦੁਆਰੇ ਵਿੱਚ ਇਹੋ ਜੀ ਚੀਜ਼ ਹੋਣੀ ਆ ਬਲੀਵ ਨਹੀਂ ਹੋਇਆ ਬਟ ਇਹ ਹੁੰਦੀ ਹੈ ਐਂਡ ਇਸ ਚੀਜ਼ ਨੂੰ ਲੈ ਕੇ ਅੱਜ ਪ੍ਰੋਗਰਾਮ ਕਰ ਰਹੇ ਆ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਹੋ ਜੀ ਚੀਜ਼ਾਂ ਡਿਸਕਸ ਕਰਾਂਗੇ ਜੋ ਸ਼ਾਇਦ ਤੁਹਾਡਾ ਸੁਣਨ ਦਾ ਮਨ ਨਹੀਂ ਹੈ ਤੁਹਾਡਾ ਜੀ ਨਹੀਂ ਕਰਦਾ ਇਹਨਾਂ ਚੀਜ਼ਾਂ ਨੂੰ ਸੁਣਨ ਦਾ ਗੱਲ ਕਰਨ ਦਾ ਬਟ we have to do this eh saadi khatir ni eh saade bachiyan di khatir hai un victims di khatir hai jo is tarah di tusi keh lo actions de crimes de victims ban de hai mere naal jude han aj de show de vich saadi apni team to ik bahut hi ਵਧੀਆ ਪੈਨਲ ਜੋ ਇਸ ਡਿਸਕਸ਼ਨ ਦੇ ਵਿੱਚ ਸਾਨੂੰ ਜੁਆਇਨ ਕਰਨਗੇ ਅਮੀ ਪਲੀਜ਼ ਇੰਟਰੋਡਿਊਸ ਯੂਟਾਰ ਪੈਨਲ ਟੁਡੇ ਆਫ ਕੋਰਸ ਆ ਨਾਲ ਜੁੜੇ ਹਨ ਅਰਵਿੰਦ ਕੌਰ ਜੀ ਜੋ ਜਸ ਗੱਲਬਾਤ ਦੇ ਤੁਹਾਡੇ ਨਾਲ ਰੂਬਰੂ ਹੁੰਦੇ ਆ ਡਾਕਟਰ ਬੀਬਾ ਸਿੰਘ ਰਿਦਮ ਆਫ ਹੀਲਿੰਗ ਸ਼ੋਅ ਪੇਸ਼ ਕਰਦੇ ਆ ਐਂਡ ਡਾਕਟਰ ਸੁਇਮਾਨ ਸਿੰਘ ਰੋਡ ਟੂ ਮੈਡੀਸਨ ਇਹਨਾਂ ਨੂੰ ਆਪਾਂ ਕਿਉਂ ਲੈ ਕੇ ਆਏ ਆ ਮੈਡੀਕਲ ਪ੍ਰੋਫੈਸ਼ਨਲਸ ਕਮਿਊਨਿਟੀ ਦੇ ਲੀਡਰਸ ਕਮਿਊਨਿਟੀ ਵਿੱਚ ਵਿਚਰਨ ਵਾਲੇ ਇਹ ਸਾਰੇ ਇੰਡੀਵਿਜੂਅਲਸ ਸਾਡੀ ਟੀਮ ਦੇ ਵੀ ਮੈਂਬਰਸ ਹਨ ਇਹਨਾਂ ਪਾਸ ਸਾਰੇ ਤੁਹਾਡੇ ਨਾਲ ਅੱਜ ਇਸ ਸਟੋਰੀ ਨੂੰ ਲੈ ਕੇ ਗੱਲ ਕਰਨੀ ਹੈ ਸਾਡਾ ਫੋਕਸ ਆਫ ਕੋਰਸ ਵਿਕਟਮਸ ਦੇ ਤੁਸੀਂ ਕਹਿ ਲਓ ਐਕਸਪੀਰੀਅੰਸ ਤੇ ਹੋਣਾ ਹੈ ਕਿ ਕਿਸ ਤਰ੍ਹਾਂ ਉਹਨ ਵਿਕਟਮਸ ਨੂੰ ਆਪਾਂ ਹੈਲਪ ਪ੍ਰੋਵਾਈਡ ਕਰ ਸਕਦੇ ਆ ਰਿਸੋਰਸਸ ਪ੍ਰੋਵਾਈਡ ਕਰ ਸਕਦੇ ਆ ਤੇ ਜੋ ਉਹ ਪੇਰੈਂਟਸ ਕਮਿਊਨਿਟੀ ਮੈਂਬਰਸ ਸੋਸਾਇਟੀ ਮੈਂਬਰਸ ਸਾਡੇ ਰਿਲੀਜੀਅਸ ਹੈਡਸ ਉਹਨਾਂ ਨੂੰ ਪਤਾ ਹੋਏ ਕਿ ਅਗਰ ਸਾਡੇ ਬੱਚਿਆਂ ਨਾਲ ਇਹੋ ਜੀ ਚੀਜ਼ ਹੁੰਦੀ ਹੈ ਸਭ ਤੋਂ ਪਹਿਲੇ ਤੁਸੀਂ ਉਸ ਚੀਜ਼ ਨੂੰ ਆਈਡੈਂਟੀਫਾਈ ਕਿੱਦਾਂ ਕਰਨਾ ਹੈ ਜਦੋਂ ਤੁਸੀਂ ਉਹਨੂੰ ਆਈਡੈਂਟੀਫਾਈ ਕਰ ਲਿਆ ਉਹਨੂੰ ਤੁਸੀਂ ਡਿਸਕਸ ਕਿੱਦਾਂ ਕਰ ਸਕਦੇ ਹੋ ਉਹਨੂੰ ਤੁਸੀਂ ਸਹੀ ਕਿੱਦਾਂ ਕਰ ਸਕਦੇ ਹੋ ਐਂਡ ਅੱਗੇ ਆਉਣ ਵਾਲੇ ਸਮੇਂ 'ਚ ਉਸ ਚੀਜ਼ ਨੂੰ ਅਪਰੋਕ ਕਿੱਦਾਂ ਸਕਦੇ ਤਾਂ ਕਿ ਇਹ ਗਾਂ ਜਾ ਕੇ ਹੋਰ ਨਾ ਹੋਏ ਆਮ ਇੱਕ ਬਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਸਵਾਗਤ ਅਰਵਿੰਦ ਜੀ ਮੈਂ ਤੋਂੜਨਾਲ ਸ਼ੁਰੂ ਕਰਨਾ ਚਾਹਾਂਗੀ ਇਹ ਡਿਸਕਸ਼ਨ ਤੁਸੀਂ ਸਾਡੇ ਟੀਮ ਦੇ ਸਭ ਤੋਂ ਪੁਰਾਣੇ ਮੈਂਬਰ ਹੋ ਤੁਸੀਂ ਇਸ ਕਮਿਊਨਿਟੀ ਵਿੱਚ ਖਾਸ ਕਰਕੇ ਰਿਚਮੰਡ ਹਿਲ ਵਿੱਚ ਇੰਨੀ ਜ਼ਿਆਦਾ ਡੀਪਲੀ ਇਨਵੋਲਵਡ ਹੋ ਗੁਰਦੁਆਰਿਆਂ ਦੇ ਵਿੱਚ ਤੁਹਾਡੇ ਆਪਣੇ ਬੱਚੇ ਸ਼ੁਰੂ ਤੋਂ ਕੀਰਤਨ ਕਲਾਸਿਸ ਲੈ ਕੇ ਨਾ ਸੋਨਾ ਜੋ ਕੀਰਤਨ ਕਰਦੇ ਹੈ ਗੁਰਦੁਆਰਿਆਂ ਦੇ ਵਿੱਚ ਤੁਹਾਡੀ ਪੂਰੀ ਇਨਵੋਲਵਮੈਂਟ ਹੈ ਜਦੋਂ ਇਹੋ ਜੀ ਸਟੋਰੀ ਨਿਕਲਦੀ ਹੈ ਸਾਨੂੰ ਐਜ਼ ਅ ਕਮਿਊਨਿਟੀ ਕਿਸ ਤਰ੍ਹਾਂ ਫੀਲ ਹੋਣਾ ਚਾਹੀਦਾ ਹੈ ਆਪਣੇ ਗੁਰਦੁਆਰਿਆਂ ਬਾਰੇ ਜਿੱਥੇ ਤੁਸੀਂ ਜਾ ਕੇ ਬਿਲਕੁਲ ਵੋਨਰੇਬਲ ਤਰੀਕੇ ਨਾਲ ਨਤਮਸਤਕ ਹੁੰਦੇ ਹੋ ਉੱਥੇ ਤੁਹਾਡੇ ਸਾਰੇ ਗਾਰਡਸ ਡਾਊਨ ਹੋ ਜਾਂਦੇ ਤੁਸੀਂ ਕਦੀ ਇਹ ਨਹੀਂ ਸੋਚਦੇ ਕਿ ਮੇਰੇ ਬੱਚੇ ਗੁਰਦੁਆਰੇ ਹੈਗੇ ਕੁਝ ਹੋਰ ਤਰ੍ਹਾਂ ਹੋ ਸਕਦਾ ਹੈ ਸਾਨੂੰ ਇਹ ਸਟੋਰੀ ਸੁਣ ਕੇ ਕਿਦਾਂ ਫੀਲ ਹੋਣਾ ਚਾਹੀਦਾ ਅਸ਼ਮੇਤਾ ਤੁਸੀਂ ਬਹੁਤ ਹੀ ਐਸਾ ਸਵਾਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਫੀਲ ਹੋਣਾ ਚਾਹੀਦਾ ਹੈ ਮਤਲਬ ਬਹੁਤ ਹੀ ਸ਼ਰਮਨਾਕ ਤੇ ਇਟਸ ਵੈਰੀ ਅਨਫੋਰਚੂਨੇਟ ਕਿ ਐ ਹੋਇਆ ਹੈ ਔਰ ਇਹ ਹੁੰਦਾ ਹੈ ਦ ਅਨਫੋਰਚੂਨੇਟ ਪਾਰਟ ਇਸ ਕਿ ਸਟੈਟਿਸਟਿਕਲੀ ਪ੍ਰੂਵਨ ਹੈ ਕਿ ਇਹ ਹੁੰਦਾ ਬਟ ਕਿਸ ਚੀਜ਼ ਦੀ ਇੰਪੋਰਟੈਂਸ ਮੈਨੂੰ ਇਸ ਵੇਲੇ ਲੱਗ ਰਹੀ ਹੈ ਮਤਲਬ ਇਸ ਵੇਲੇ ਜਿਵੇਂ ਨਾ ਕਹਿੰਦੇ ਨੇ ਕਿ ਮਾਈ ਹਾਰਟ ਇਜ਼ ਏਕਿੰਗ ਵੈਨ ਵੀ ਆਰ ਟਾਕਿੰਗ ਅਬਾਊਟ ਦਿਸ ਦਾ ਆਈ ਡੋਨਟ نو ਹਾਊ ਟੂ ਐਕਸਪ੍ਰੈਸ ਥੈਟ ਕਿਉਂਕਿ ਅਸ਼ਮਿਤਾ ਪੁੱਛੀ ਕਿ ਕਿਸ ਤਰ੍ਹਾਂ ਫੀਲ ਹੋਣਾ ਚਾਹੀਦਾ ਆਈ ਥਿੰਕ ਸਾਡੇ ਸਾਰਿਆਂ ਨੂੰ ਇੰਝ ਦਾ ਫੀਲ ਹੁੰਦਾ ਹੋਣਾ ਕਿ ਛਾਤੀ ਜਿਵੇਂ ਦਰਦ ਹੋ ਰਹੀ ਹੁੰਦੀ ਹੈ ਨਾ ਉਸ ਤਰ੍ਹਾਂ ਦੀ ਫੀਲਿੰਗ ਹੈ ਕਿ ਕਿਸੇ ਆਪਣੀ ਬੱਚੀ ਨਾਲ ਔਰ ਐਸੀ ਜਗ੍ਹਾ ਜਿੱਥੇ ਅਸੀਂ ਸਾਰਾ ਆਪਣਾ ਫੇਥ ਲੈ ਕੇ ਕਿ ਮੇ ਸਾਡੀ ਪੂਰੀ ਅਰਦਾਸ ਉੱਥੋਂ ਹੀ ਪੂਰੀ ਹੋ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਹੈ ਪਰ ਅਗੇਨ ਐਚ ਇਜ਼ ਦਾ ਅਹਿਸਾਸ ਬਹੁਤ ਜ਼ਰੂਰੀ ਹੈ ਕਿ ਇਹ ਹੁੰਦਾ ਸਾਡੀ ਕਮਿਊਨਿਟੀ ਚ ਨਹੀਂ ਹਰ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ ਹੈ ਇਹ ਨਹੀਂ ਕਿ ਗੁਰਦੁਆਰੇ ਬੰਦੇ ਗ੍ਰੰਥੀ ਮੈਨੇਜਰ ਸਾਰੇ ਬੜੇ ਵਦਿਆ ਹੈ ਪਰ ਕੋਈ ਨਾ ਕੋਈ ਐਸਾ ਗਲਤ ਕਹਿੰਦੇ ਨਾ ਕਿ ਇੱਕ ਰੌਟਨ ਐਪਲ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਪਰ ਸਟੈਟਿਸਟਿਕਲੀ ਪ੍ਰੂਵਨ ਹੈਗਾ ਕਿ 왓 ਮੇਕਸ ਅ ਡਿਫਰੈਂਸ ਅਗਰ ਹੁੰਦਾ ਹੈ ਤੇ ਉਹਨੂੰ ਰਿਐਕਸ਼ਨ ਕੀ ਮਿਲਿਆ ਅਗਰ ਬੱਚੇ ਨੇ ਆ ਕੇ ਦੱਸਿਆ ਤੇ ਪੇਰੈਂਟਸ ਦਾ ਕੀ ਰਿਐਕਸ਼ਨ ਹੈ ਜੇ ਪੇਰੈਂਟਸ ਨੇ ਗੱਲ ਬਾਤ ਕੀਤੀ ਹੈ ਤੇ ਕਮਿਊਨਿਟੀ ਦਾ ਕੀ ਰਿਐਕਸ਼ਨ ਹੈ 올 ਡਿਪੈਂਡਸ ਔਨ 댓 ਯੂ نو ਲਾਈਫ ਦੇ ਵਿੱਚ ਕੀ ਉਹਦਾ ਅਸਰ ਹੈ ਉਸ ਮੋਮੈਂਟ ਦਾ ਜੀ ਉਹ ਸਿਰਫ ਰਿਐਕਸ਼ਨ ਨਾਲ ਆਈ ਆਮ ਸੋ ਗਲੈਡ ਰਿੰਜੀ ਤੁਸੀਂ ਰਿਐਕਸ਼ਨ ਦੀ ਗੱਲ ਕੀਤੀ ਬਿਕੋਜ਼ ਇਸ ਸਟੋਰੀ ਦੇ ਵਿੱਚ ਵੀ ਆਈ ਥਿੰਕ ਜੋ ਸਭ ਤੋਂ ਹਾਰਟ ਬ੍ਰੇਕਿੰਗ ਚੀਜ਼ ਸਾਨੂੰ ਲੱਗੀ ਕਿ ਜਦੋਂ ਇਹ ਪਰਿਵਾਰ ਦੇ ਨਾਲ ਇਹੋ ਜੀ ਚੀਜ਼ ਹੋਈ ਜੋ ਉਹਨਾਂ ਦੇ ਆਲੇ-ਦੁਆਲੇ ਕਮਿਊਨਿਟੀ ਸੀਗੀ ਸੰਗਤ ਸੀਗੀ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਹੋਇਆ ਐਂਡ ਇਟ ਵਾਸ ਨਾਟ ਅ ਗੁੱਡ ਵਨ ਇਟ ਵਾਸ ਨਾਟ ਅ ਪੋਜ਼ਿਟਿਵ অর ਸਪੋਰਟਿਵ ਵਨ ਆਮ ਡਾਕਟਰ ਬੀਬਾ ਤੁਸੀਂ ਬੋਰਡ ਸਰਟੀਫਾਈਡ ਸਾਈਕਾਇਟ੍ਰਿਸਟ ਹੋ ਤੁਹਾਡਾ ਇਹ ਡੇ ਟੂ ਡੇ ਦਾ ਕੰਮ ਹੈ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਟ੍ਰੀਟ ਕਰਦੇ ਹੋ ਪੇਸ਼ੈਂਟ ਦੇ ਤੌਰ ਤੇ ਵਿਕਟਮ ਸ਼ੇਮਿੰਗ ਇੱਕ ਫਰੇਜ਼ ਹੈਗਾ ਉਹਦੇ ਬਾਰੇ ਮੈਂ ਚਾਹਦੀ ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਬੇਸਿਕਲੀ ਅਗਰ ਕਿਸੇ ਨਾਲ ਇਹ ਹੋਇਆ ਹੈ ਕਿਸੇ ਨੂੰ ਅਬਿਊਸ ਹੋਇਆ ਸੈਕਚੁਅਲੀ ਮੋਲੇਸਟੇਸ਼ਨ ਜਾਂ ਅਬਿਊਸ ਜਾਂ ਵਾਟਐਵਰ ਵਿਕਟਮ ਸ਼ੇਮਿੰਗ ਹੈ ਕਿ ਜਦੋਂ ਕੋਈ ਵਿਕਟਮ ਜਾਂ ਕੋਈ ਆ ਕੇ ਦੱਸਦਾ ਹੈ ਕਿ ਇਹ ਮੇਰੇ ਨਾਲ ਹੋਇਆ ਹੈ ਕਾਫੀ ਟਾਈਮਸ ਕਮਿਊਨਿਟੀ ਜਾਂ ਲੋਕ ਆਸ-ਪਾਸ ਉਹਨੂੰ ਹੀ ਸ਼ੇਮ ਕਰਨਾ ਸ਼ੁਰੂ ਕਰ ਦਿੰਦੇ ਨੇ ਅਰਵਿੰਨ ਜੀ ਇੱਕ ਸਟੋਰੀ ਦੱਸ ਰੇ ਸੀ ਕਿ ਬੱਚੀ ਨੇ ਜਦੋਂ ਵਿਸਕான்ਸਨ ਚ ਦੱਸਿਆ ਤੇ ਕਮਿਊਨਿਟੀ ਚ ਹੀ ਉਹਨੂੰ ਆਪ ਹੀ ਉਹ ਮਤਲਬ ਲੋਗ ਉਹਨੂੰ ਅਜੀਬ ਤਰ੍ਹਾਂ ਦੇਖਦੇ ਸੀ ਕਿ ਇਹ ਕੁੜੀ ਕੁਝ ਝੂਠ ਬੋਲ ਰਹੀ ਹੈ ਸੱਚ ਬੋਲ ਰਹੀ ਹੈ ਕਿ ਸਟੋਰੀ ਕੀ ਹੈ ਸੋ that is what victim shaming is ਜੀ ਜੀ mm -hmm. um ਡਾਕਟਰ ਸਿਮਨ I want to go to you cuz ਸਾਡੀ ਗੱਲ ਹੋ ਰਹੀ ਸੀ ਕਿ ਗੁਰਦੁਆਰਿਆਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਕਦੀ ਕਦਾਰ ਕਰੀਏਟ ਹੁੰਦਾ ਕਿ ਇਹੋ ਜੀ ਚੀਜ਼ ਹੁੰਦੀ ਆ ਆਫ ਕੋਰਸ ਇਹੋ ਜੀ ਇਨਸੀਡੈਂਟ ਸਿਰਫ ਗੁਰਦੁਆਰਿਆਂ ਚ ਨਹੀਂ ਹੁੰਦੇ ਤੁਹਾਡੇ ਹੋਮ ਵਿੱਚ ਹੁੰ ਹੋ ਸਕਦੇ ਆ ਫੈਮਲੀ ਮੈਂਬਰਸ ਫੈਮਲੀ ਫੰਕਸ਼ਨਸ ਨਾਲ ਬਟ ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚ ਇਹੋ ਜੀ ਚੀਜ਼ ਵਾਈ ਡੂ ਵੀ ਗੈਟ ਟੂ ਸੀ ਥਿਸ ਸੋ ਫਰਸਟ ਥੈਂਕ ਯੂ ਬਹੁਤ ਹੀ ਇੰਪੋਰਟੈਂਟ ਮੁੱਦਾ ਜਿਹੜਾ ਚੁੱਕਿਆ ਜਸ ਪੰਜਾਬੀ ਨੇ ਜਿੰਦਰਾ ਮੈਨੂੰ ਇਹ ਚੀਜ਼ ਦਾ ਪਤਾ ਲੱਗਾ ਮੈਨੂੰ I mean ਸੱਚੀ ਜਿੱਦਾਂ ਇਹਨਾਂ ਨੇ ਕਿਹਾ ਕਿ ਮੈਂ ਵੀ ਬਹੁਤ ਅਫੈਕਟਡ ਹੋਇਆ ਆ ਆ ਬਾਕੀ ਗੁਰਦੁਆਰਿਆਂ ਵਿੱਚ ਕਿਉਂ ਇਹ ਚੀਜ਼ ਹੁੰਦੀ ਹੈ ਇਕੱਲੇ ਗੁਰਦੁਆਰਿਆਂ ਚ ਨਹੀਂ ਚਰਚਾਂ ਚ ਵੀ ਤੁਸੀਂ ਵੇਖਿਆ ਹੋਊਗੀ ਜਿਹੜੀ ਨਿਊਜ਼ ਬਾਹਰ ਆਈਆਂ ਚਰਚਾਂ ਚ ਵੀ ਬਹੁਤ ਜਾਂ ਕੋਈ ਵੀ ਰਿਲੀਜੀਅਸ ਆ ਮਸਜਿਦ ਵਿੱਚ ਮੈਂ ਅੱਜ ਆਪਣੇ ਫਰੈਂਡਸ ਨਾਲ ਡਿਸਕਸ ਕਰ ਰਿਹਾ ਕਿ ਬਫਲੋ ਚ ਕੋਈ ਮਸਜਿਦ ਹੀ ਉਹਨੇ ਮੈਨੂੰ ਦੱਸਿਆ ਉੱਥੇ ਕੀ ਹੋਇਆ ਸੋ ਆਈ ਥਿੰਕ ਇਟ ਬਿਗ ਚੀਜ਼ ਕੀ ਸਾਡੇ ਸਾਡਾ ਧਰਮ ਕਿਉਂ ਥੋੜਾ ਜਿਹਾ ਡਿਫਰੈਂਟ ਆ ਜੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਆਪਾਂ ਗੱਲ ਕਰੀਏ ਜੇ ਮੈਂ ਮੇਰੀ ਅੱਜ ਹਜੇ ਤੱਕ ਦੀ ਜੇ ਕੋਈ ਫੇਵਰਿਟ ਬੁੱਕ ਆ ਜਿੱਤੋਂ ਮੈਂ ਸਭ ਤੋਂ ਜ਼ਿਆਦਾ ਇਨਸ ਉ ਗੁਰੂ ਨਾਨਕ ਦੇਵ ਜੀ ਤੋਂ ਆ ਕਿ ਕਿੱਦਾਂ ਉਹਨਾਂ ਨੇ ਪਹਿਲਾਂ ਉਹਨਾਂ ਨੇ ਆਪ ਸਿੱਖੇ ਆਪਣੇ ਉਦਾਸੀਆਂ ਤੇ ਗਏ ਲੋਕਾਂ ਤੋਂ ਸਿੱਖਿਆ ਫਿਰ ਉਹ ਚੀਜ਼ ਆਪਣੀ ਲਾਈਫ ਵਿੱਚ ਅਪਲਾਈ ਕੀਤੀ ਆ ਕੇ ਉਹਨਾਂ ਨੇ ਖੇਤੀਬਾੜੀ ਕੀਤੀ ਮਿਹਨਤ ਕੀਤੀ ਫਿਰ ਲੋਕਾਂ ਨੂੰ ਪ੍ਰੀਚ ਕੀਤਾ ਹੁਣ ਕੀ ਹੁੰਦਾ ਜੇ ਸਾਡੇ ਡਾਕਟਰੀ ਵਿੱਚ ਹੀ ਆ ਜਿਹੜੇ ਸਾਡੇ ਅਟੈਂਡਿੰਗ ਆ ਜਾਂ ਸਾਡੇ ਸੀਨੀਅਰ ਆ ਉਹਨਾਂ ਦੀ ਪੜ੍ਹਾਈ ਆ ਇੱਕ ਲੈਵਲ ਆ ਕਿ ਉਹ ਸਾਨੂੰ ਸਿਖਾ ਸਕਦੇ ਆ ਹੁਣ ਗੁਰਦੁਆਰੇ ਵਿੱਚ ਕੀ ਹੋਇਆ ਥਾਂ ਥਾਂ ਤੇ ਗੁਰਦੁਆਰੇ ਬਣ ਗਏ ਕਿਸੇ ਦੀ ਕਿਸੇ ਨਾਲ ਬੰਦ ਹੀ ਨਹੀਂ ਕੋਈ ਜੱਟਾਂ ਦਾ ਕੋਈ ਮਤਲਬ ਕਿ ਆਪਾਂ ਉਹ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਗਏ ਆ ਫਿਰ ਜਿਹੜੇ ਆਪਣੇ ਉੱਥੇ ਗੁਰਦੁਆਰੇ 'ਚ ਪਾਠ ਕਰਦੇ ਆ ਜਾਂ ਰਾਗੀ ਸਿੰਘ ਆ ਉਹਨਾਂ ਦਾ ਉਹਨਾਂ 'ਚੋਂ ਕਿੰਨੇ ਕੁ ਲੋਕ ਆ ਜਿਹੜੇ jobbਾਂ ਕਰਦੇ ਆ ਸਾਡੇ ਗੁਰੂ ਸਾਹਿਬ ਨੇ ਤੇ ਇਹ ਸਿਖਾਇਆ ਸੀ ਨਾ ਤੁਸੀਂ ਮਿਹਨਤ ਵੀ ਕਰਨੀ ਖੇਤੀ ਵੀ ਕਰਨੀ ਮਤਲਬ ਤੁਸੀਂ ਤੁਹਾਨੂੰ ਕੰਮ ਵੀ ਕਰਨਾ ਪੈਣਾ ਉਹ ਚੀਜ਼ ਤੁਹਾਡੀ ਇਕੱਲਾ ਲੈਵਲ ਜਿਹੜਾ ਕੰਮ ਆ ਤੁਹਾਡਾ ਇਕੱਲਾ ਗੁਰਦੁਆਰੇ ਵਿੱਚ ਨਹੀਂ ਹੋ ਸਕਦਾ ਤੇ ਹੋਰ ਇਹੋੀ ਚੀਜ਼ ਮੈਰਲੈਂਡ 'ਚ ਹੋਈ ਕਿ ਜਿੱਥੇ ਉਹ ਡਿਪੈਂਡੈਂਟ ਸੀ ਉਹ ਆਦਮੀ ਅ ਦੂਜਿਆਂ ਦੇ ਲਈ ਪਰ ਸੋ ਆਈ ਥਿੰਕ ਇੱਕ ਇਹ ਫਾਲਟ ਆ ਕਿ ਜਿਹੜਾ ਜਿਹੜੇ ਸਿੰਘ ਆ ਉਹ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਕੰਮ ਕਰਨਾ ਜ਼ਰੂਰੀ ਉਹ ਜਿਹੜਾ ਬੰਦਾ ਜ਼ਿੰਦਗੀ ਨਹੀਂ ਜੀਨਦਿਆ ਜਿਹੜੀ ਸਾਡੇ ਗੁਰੂ ਸਾਹਿਬਾਂ ਨੇ ਕਹੀ ਆ ਉਹ ਕਿਦਾਂ ਦੂਜਿਆਂ ਨੂੰ ਜ਼ਿੰਦਗੀ ਜੀਣ ਲਈ ਕਿਦਾਂ ਉਹ 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 ਕਹਿ ਸਕਦਾ ਐਂਡ ਦੂਜੀ ਚੀਜ਼ ਆਈ ਥਿੰਕ ਜਿਹੜੀ ਬਿਗ ਚੀਜ਼ ਆ ਕਿ ਕੋਈ ਏਜੰਸੀ ਕੋਈ ਜਿੱਦਾਂ ਐਸਜੀਪੀਸੀ ਆ ਜਾਂ ਕੋਈ ਐਸੀ ਏਜੰਸੀ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੀ ਓਵਰਲੁੱਕ ਕਰਦੀ ਹੈ ਗੁਰਦੁਆਰਿਆਂ ਨੂੰ ਕਿ ਕਿਤੇ ਕੁਝ ਗਲਤ ਨਹੀਂ ਹੋ ਰਿਹਾ ਕੀ ਉਥੇ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਜਿਹੜੇ ਨਹੀਂ ਸਹੀ ਕਰਦੇ ਉਹਨਾਂ ਦਾ ਲਾਇਸੈਂਸ ਜਾਂ ਕੋਈ ਐਸੀ ਚੀਜ਼ ਹੋਵੇ ਜਿਹੜੀ ਉਹ ਉਹ ਗੁਰਦੁਆਰੇ ਬੰਦ ਹੋ ਜਾਣ ਜਿੱਥੇ ਪ੍ਰੋਪਰ ਸਿੱਖੀ ਦੇ ਸਿਧਾਂਤਾਂ ਤੇ ਨਹੀਂ ਚੱਲਦੇ ਬੈਕਗਰਾਉਂਡ ਚੈਕਸ ਬੈਕਗਰਾਉਂਡ ਚੈਕਸ ਉਹ ਸਾਰਾ ਕੋਲ ਆਈ ਥਿੰਕ ਬਹੁਤ ਜ਼ਰੂਰੀ ਹੈ ਅਮ ਥੈਂਕ ਯੂ ਫਾਰ ਥੈਟ ਐਂਡ ਆਈ ਥਿੰਕ ਜਦੋਂ ਆਪਾਂ ਇਹ ਡਿਸਕਸ਼ਨ ਕਰਦੇ ਆ ਆਪਾਂ ਪ੍ਰੋਬਲਮ ਨੂੰ ਵੀ ਆਈਡੈਂਟੀਫਾਈ ਕਰਨਾ ਹੈ ਤੇ ਸੋਲੂਸ਼ਨਸ ਦੀ ਵੀ ਗੱਲ ਕਰਨੀ ਹੈ ਬਿਕਾਜ਼ ਸਿਰਫ ਇੱਥੇ ਗੱਲ ਕਰਕੇ ਤਾਂ ਕੰਮ ਸਾਡਾ ਨਹੀਂ ਖਤਮ ਹੋ ਜਾਣਾ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆ ਪ੍ਰੋਗਰਾਮ ਬਿਲਕੁਲ ਲਾਈਵ ਤੌਰ 'ਤੇ ਨਾਲ ਪੇਸ਼ ਕਰਦੇ ਰਾਵਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਸ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਇੱਕ ਬਹੁਤ ਹੀ ਇੰਪੋਰਟੈਂਟ ਤੇ ਸਪੈਸ਼ਲ ਐਪੀਸੋਡ ਅੱਜ ਦਾ ਮੁੱਦਾ ਦਾ ਗੱਲ ਹੋ ਰਹੀ ਹੈ ਇਸ ਸਟੋਰੀ ਦੀ ਜੋ ਇੱਕ ਬਾਰੀ ਫਿਰ ਲਿਖ ਕੇ ਆਈ ਹੈ ਐਂ ਸਾਨੂੰ ਸਾਰਿਆਂ ਨੂੰ ਪੁੱਛਣਾ ਪੈ ਰਿਹਾ ਕਿ ਕਮਿਊਨਿਟੀ ਕਿੱਥੇ ਸੀਗੀ ਜਦੋਂ ਇੱਕ 11 ਸਾਲ ਦੀ ਕੁੜੀ ਦੇ ਨਾਲ ਇੱਕ ਕੀਰਤਨੀਏ ਨੇ ਚਾਈਲਡ ਸੈਕਸ਼ੂਅਲ ਅਬਿਊਜ਼ ਦੀ ਹਰਕਤਾਂ ਕੀਤੀ ਕਿੱਥੇ ਸੀਗੀ ਲੀਡਰਸ਼ਿਪ ਉਸ ਗੁਰਦੁਆਰੇ ਦੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਚੀਜ਼ ਹੋਈ ਹੈ ਕਿੱਥੇ ਸੀਗੀ ਉਹ ਸੰਗਤ ਜਦੋਂ ਪਰਿਵਾਰ ਨੇ ਕੋਸ਼ਿਸ਼ ਕੀਤੀ ਆਪਣੀ ਛੋਟੀ ਜੀ ਬੇਟੀ ਲਈ ਇਨਸਾਫ ਮੰਗਣ ਦੀ ਆਹ ਇਹ ਜੋ ਸਟੋਰੀ ਹੈ ਮੈਂ ਤੁਹਾਨੂੰ ਥੋੜੀ ਜੀ ਰੀਕੈਪ ਜ਼ਰੂਰ ਦੱਸਾਂਗੀ ਬਟ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਜੋ ਇਸ ਵਿਕਟਮ ਇਸ ਕੁੜੀ ਦੇ ਪਰਿਵਾਰ ਵੱਲੋਂ ਕੁਝ ਮੈਂਬਰ ਸਾਨੂੰ ਕੱਲ ਲਾਈਵ ਜੁਆਇਨ ਕਰਨਗੇ ਇਸ ਸਟੋਰੀ ਨੂੰ ਇਸ ਕਵਰੇਜ ਨੂੰ ਕੰਟੀਨਿਊ ਕਰਨ ਲਈ ਬਟ ਅੱਜ ਸਾਡੀ ਗੱਲ ਹੋ ਰਹੀ ਹੈ ਇਸ ਹਾਦਸੇ ਨੂੰ ਸਮਝਣ ਦੀ ਐਂਡ ਕੁਝ ਇਹੋ ਜੀ ਚੀਜ਼ਾਂ ਨੂੰ ਡਿਸਕਸ ਕਰਨ ਦੀ ਤਾਂ ਕਿ ਸਾਨੂੰ ਨਾ ਕਿ ਸਮਝ ਹੋਏ ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰ ਸਕੀਏ ਬਟ ਅੱਗੇ ਤੋਂ ਇਹ ਚੀਜ਼ ਸਾਡੇ ਗੁਰਦੁਆਰਿਆਂ 'ਚ ਨਾ ਹੋਏ ਸਾਡੀ ਕਮਿਊਨਿਟੀ 'ਚ ਨਾ ਹੋਏ ਸਾਡਾ ਹਮੇਸ਼ਾ ਇਹੀ ਮਕਸਦ ਰਹਿੰਦਾ ਇਸ ਪ੍ਰੋਗਰਾਮ ਦੇ ਵਿੱਚ ਇਸ ਚੈਨਲ ਤੇ ਕਿ ਸਾਨੂੰ ਉਹ ਚੀਜ਼ਾਂ ਡਿਸਕਸ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਸਾਡੀ ਕਮਿਊਨਿਟੀ ਹੋਰ ਸਟਰੋਂਗ ਬਣੇ ਐਂਡ ਇਹ ਚੀਜ਼ ਸਾਨੂੰ ਵੀਕ ਕਰ ਰਹੀ ਹੈ we have to fix this um story de vich agar tusi youtube video nahi vekhi um ek maa peo apni kudi di gal karde hai unhone ek kirtani nu gurdarshan singh apne kol rakheya ek mahine layi jadon unna de kol koi rehne di jagah nahi si gurudware vich ya odda vi and um unna di kudi us vele 11 saal 12 saal di si um maa nu kuch samay baad hi pata lag gaya ke ehho ji sexual abuse ਦੇ incidents ਹੋਏ ਜਦੋਂ ਉਹਨਾਂ ਨੇ ਕੁੜੀ ਦੀ ਡਾਇਰੀ ਆਮ ਡਿਸਕਵਰ ਕੀਤੀ ਉਸ ਤੋਂ ਬਾਅਦ ਜਦੋਂ ਇਹ ਚੀਜ਼ ਅੱਗੇ ਵਧੀ ਉਹਨਾਂ ਨੇ ਜਸਟਿਸ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੈਜ਼ਿਸਟੈਂਸ ਮਿਲੀ ਈਵਨ ਉਸ ਤੋਂ ਬਾਅਦ ਜਦੋਂ ਗੁਰਦਰਸ਼ਨ ਸਿੰਘ ਨੇ ਕੋਰਟ ਵਿੱਚ ਜਾ ਕੇ ਇਨ ਕਰਾਈਮਸ ਲਈ ਗਿਲਟੀ ਪਲੀ ਦੇਤੀ ਸੀ ਉਸ ਤੋਂ ਬਾਵਜੂਦ ਵੀ ਉਹਨਾਂ ਨੂੰ ਇਸ ਗੁਰਦੁਆਰੇ ਦੇ ਵਿੱਚ ਰੱਖਿਆ ਇਹ ਗਿਲਟੀ ਪਲੀ 97 1997 ਦੇ ਵਿੱਚ ਦਿੱਤੀ ਗਈ ਗੁਰਦਰਸ਼ਨ ਸਿੰਘ ਇਸ ਗੁਰਦੁਆਰੇ ਦੇ ਵਿੱਚ ਇਸ ਸਾਲ ਤੱਕ ਸੀਗੇ ਕਿੰਨੇ ਬੱਚੇ ਕਿੰਨੇ ਲੋਕੀ ਇਸ 20 ਸਾਲਾਂ ਦੇ ਵਿੱਚ ਅਫੈਕਟ ਹੋਏ ਹਨ ਸਾਡਾ ਉਹਨਾਂ ਤੇ ਫੋਕਸ ਹੈ ਅਮ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਇਸ ਚੈਨਲ ਨੂੰ ਇੱਕ ਰਿਸੋਰਸ ਦੇ ਤੌਰ ਤੇ ਯੂਜ਼ ਕਰ ਸਕਦੇ ਹੋ ਅਮ ਬਟ ਬੀਬਾ ਯੂ نو ਸਾਡੀ ਅੱਜ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਆਈਡੈਂਟੀਫਾਈ ਸਭ ਤੋਂ ਪਹਿਲੇ ਤਾਂ ਉਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਸਾਡੇ ਲਈ ਤੁਹਾਡਾ ਇਹ ਐਕਸਪਰਟੀਸ ਹੈ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਇਹ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਐਂਡ ਖਾਸ ਕਰਕੇ ਛੋਟੇ ਬੱਚੇ ਲਈ ਜਿਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਹੈ ਇਸ ਬਾਰੇ ਹਾਊ ਡੂ ਯੂ ਹਾਊ ਡੂ ਆਈਡੈਂਟੀਫਾਈ ਇਟ ਸੋ ਪਹਿਲੀ ਚੀਜ਼ ਮੈਂ ਕਲੈਰੀਫਾਈ ਕਰਨਾ ਚਾਹਾਂਗੀ ਕਿ ਜੋ ਇਹ ਚੀਜ਼ ਹੈ ਸੈਕਸ਼ੂਅਲ ਅਬਿਊਜ਼ ਐਂਡ असी गुरुद्वारे एक दो बारी वर्ड बोलिया लेकिन यह गुरुद्वारे स्पेसिफिकली नहीं होंगी यह हर जगह होंगी है घरूल मतलब लाइक डांस प्रैक्टिस इन बोय स्पोर्ट्स हर जगह yeah. हो सकती है सो so, मेन चीज़ है अवेयरनैस कि ਕਿਉਂਕਿ ਸਾਡੇ ਅਗਰ ਕਿਸੇ ਬੱਚੇ ਨਾਲ ਇਹ ਚੀਜ਼ ਹੋ ਰਹੀ ਹੈ ਪੈਰੈਂਟਸ ਨੂੰ ਜਾਂ ਬੱਚੇ ਨੂੰ ਵੀ ਨਹੀਂ ਕਦੇ-ਕਦੇ ਬੱਚਿਆਂ ਨੂੰ ਵੀ ਨਹੀਂ ਸਮਝ ਆ ਕਿਉਂ ਹੋ ਰਿਹਾ ਸੋ ਪਹਿਲੀ ਗੱਲ ਇਹ ਹੈ ਕਿ ਸਮਝਣਾ ਕਿ ਸੈਕਸ਼ੂਅਲ ਅਬਿਊਜ਼ ਹੈ ਕੀ ਚੀਜ਼ ਆਮ ਆਈ ਚ ਜ਼ਰੂਰ ਦੱਸਣਾ ਚਾਹਾਂਗੀ ਕਿ ਸਭ ਤੋਂ ਜ਼ਿਆਦਾ ਇਹ ਚੀਜ਼ ਹੁੰਦੀ ਹੈ ਆਪਣੇ ਹੀ ਰਿਲੇਟਿਵਸ ਅੰਕਲਸ ਆਂਟਸ ਚਾਚਾ ਤਾਇਆ ਮਮਾ ਕਜ਼ਨ ਪ੍ਰਾ ਆਰ ਇਹ ਮੁੰਡਿਆਂ ਨਾਲ ਵੀ ਹੋ ਸਕਦਾ ਹੈ ਕੁੜੀਆਂ ਨਾਲ ਵੀ ਹੋ ਸਕਦਾ ਹੈ ਸੋ ਮੋਸਟਲੀ ਕੀ ਹੁੰਦਾ ਹੈ ਕਿ ਇੱਕ ਪੋਜੀਸ਼ਨ ਆਫ ਪਾਵਰ ਜਿਸ ਤਰ੍ਹਾਂ ਕਿ ਜਿੰਨ ਨੂੰ ਤੁਸੀਂ ਬਹੁਤ ਟਰਸਟ ਕਰਦੇ ਹੋ ਸੋ ਅਸੀਂ ਇੱਕ ਅਗਰ ਅੱਜ ਅਸੀਂ ਗੁਰਦਰਸ਼ਨ ਸਿੰਘ ਜੀ ਦਾ ਐਗਜ਼ਾਮਪਲ ਯੂਜ਼ ਕਰ ਰਹੇ ਹਾਂ ਕਿ ਉਹ ਇੱਕ ਪੋਜੀਸ਼ਨ ਆਫ ਪਾਵਰ ਕਿਉਂਕਿ ਅਸੀਂ ਅਗਰ ਕਿਧਰੇ ਜਾਣਦੇ ਹਾਂ ਕੋਈ ਟੀਚਰ ਹੈ ਜਾਂ ਡਾਕਟਰ ਹੈ ਜਾਂ ਕੋਈ ਵੱਡਾ ਹੈ ਅਸੀਂ ਸੋਚਾਂਗੇ ਹੀ ਨਹੀਂ ਕਿ ਇਹ ਬੰਦਾ ਕੁਝ ਗਲਤ ਕਰ ਵੀ ਸਕਦਾ ਹੈ ਸੋ ਅਸੀਂ ਉਹਨਾਂ ਨੂੰ ਇੱਕ ਇੱਜ਼ਤ ਔਰ ਇੱਕ ਸਮਾਨ ਦਿੱਤਾ ਹੈ ਕਿ ਅਸੀਂ ਆਪਣਾ ਬੱਚੇ ਨੂੰ ਅਗਰ ਕੀਰਤਨ ਪੇਜਨ ਸਿੱਖ ਰਹੇ ਹਾਂ ਜਾਂ ਗੁਰਦੁਆਰੇ ਪੇਜ ਰਹੇ ਹਾਂ ਤੇ ਸਾਡੇ ਬੱਚੇ ਨਾਲ ਤੇ ਇਹ ਬੰਦਾ ਕੁਝ ਕਰ ਹੀ ਨਹੀਂ ਸਕਦਾ রাইਟ ਸੋ ਇੱਕ ਤੇ ਇਹ ਚੀਜ਼ ਸੈਕਸ਼ੂਅਲ ਅਬਿਊਜ਼ ਇੱਕਦਮ ਨਹੀਂ ਸ਼ੁਰੂ ਹੁੰਦਾ ਇੱਕ ਚੀਜ਼ ਹੁੰਦੀ ਹੈ ਸੈਕਸ਼ੂਅਲ ਗਰੂਮਿੰਗ ਉਹ ਮੈਂ ਇੱਕ ਚੀਜ਼ ਸਮਝਾਣਾ ਚਾਹੁੰਦੀ ਆ ਕਿ ਹੁੰਦਾ ਕੀ ਹੈ ਸੋ ਬੇਸਿਕਲੀ ਅਗਰ ਕੋਈ ਬੱਚਾ ਹੈ ਜਾਂ ਵਨਰੇਬਲ ਪਰਸਨ ਹੈ ਛੋਟਾ ਬੱਚਾ ਵੱਡਾ ਬੱਚਾ ਉਨੂੰ ਜਿਹੜਾ ਅਬਿਊਜ਼ਰ ਹੈ ਉਨੂੰ ਹੌਲੀ ਹੌਲੀ ਤਿਆਰ ਪਹਿਲਾਂ ਕਰਦਾ ਹੈ ਅਬਿਊਜ਼ ਤੋਂ ਪਹਿਲਾਂ so for example kay bachcha nu agar koi banda ya janani anybody can do it men women anybody onnu pehla bahut zyada gifts leke de rene onnu bada close kar rene onnu candy leke de rene ya onnu bahut zyada apne kol trust kara rene so oh bachche nu lagda hai ki eh you know bahut acha person hai right aur mere mom dad bhi onnu trust kar de ne it could be anybody right so phir hully hully onnu chheda chadi थोड़ा थोड़ा यू नो और कहना कि अगर तुम्हें आई लव यू दैट्स वाई एम डूइंग इट या तू तू अगर किसी दसिया तो तेरे माम को कुछ हो जाएगा या डैड न हो जाएगा उन्होंने डराना छोटे बच्चों समझ ही नहीं है क्या की चीज़ हो रही है मेरे नाल फिर हौली हौली कभी कभी छे महीने साल दो साल बाद जो अब्यूज़र है हौली हौली अगे बद एंड इतों तक बद सकता है वह कि दे एक्चुअली विल गो अड एंड हैव इंटरिस लाइक इंटरकोर्स और डू समथिंग अहैड सो so, पहला तो छेड़ा छाड़ी तो शुरू होता है फिर कदी कभी इन्ना ज़्यादा ज्यादा है कि सब कुछ होना शुरू हो जाता है और वो जो बच्चा है या टीन एजर है वह किसी दसदा ही नहीं है बिकॉज इट्स शेमफुल अगर असी दसा तो मे बी साढ़े पेरेंट्स न ट्रबल आएगी या अगर असी दसा तो मे बी वो सू बव नहीं करेंगे या मे बी इट वुल बी एम्बैरसिंग और दीज आर सम थिंगस जो पेरेंट्स और जो सा एल्डर्स ने या जो प्रोटैक्ट कर रहे हैं we have to watch for the signs yeah. signs ki ne you know agar tada bachcha chup chap reh reya ya tonu kuch das nahi reya ya tusi aur tonu vi apne bachya na gal karni chahidi hai assi ek punjabi community vich bahut parents ne jo eh gal nahi karde sanu sharam aandi hmm. hai ke assi bachche na dassiye kivein ke eh ki hai ya koi tonu agar and uh, you know i'm talking a lot and telling you a lot of different things but uh, you know ke hmm. ਆ ਆ ਆਮ ਗੋਇੰ ਟੂ ਸਟਾਪ ਯੂ ਹੇਅਰ ਬਿਕਾਜ਼ ਟੂ ਸੀ ਇੱਕ ਇੰਪੋਰਟੈਂਟ ਗੱਲ ਇੱਥੇ ਕਹੀ ਕਿ ਸਾਡੀ ਕਮਿਊਨਿਟੀ ਚ ਇਸ ਤਰ੍ਹਾਂ ਦੀ ਗੱਲ ਕਰਨੀ ਇਜ਼ ਇਜ਼ ਨਾ ਕਾਮਨ ਰਾਈਟ ਕਿ ਇਸ ਚੀਜ਼ ਤੋਂ ਪਰ ਦੂਰ ਦੌੜਦੇ ਆ ਅਮ ਅਰਵਿੰਦ ਜੀ ਆਈ ਥਿੰਕ ਕੁਝ ਸਮੇਂ ਪਹਿਲੇ ਜਦੋਂ ਵਿਸਕੌਂਸਨ ਦੇ ਵਿੱਚ ਇੱਕ ਕੇਸ ਇਹੋ ਜਿਹਾ ਕੇਸ ਅਮ ਸਰਫੇਸ ਹੋਇਆ ਸੀ ਤੁਸੀਂ ਇਹਦੇ ਬਾਰੇ ਗੱਲ ਕੀਤੀ ਸੀ ਅਮ ਉਸ ਟਾਈਮ ਜਦੋਂ ਤੁਸੀਂ ਇਸ ਮੁੱਦੇ ਨੂੰ ਚੁੱਕਿਆ ਤੁਸੀਂ ਇਹਦੀ ਗੱਲ ਕੀਤੀ ਤੁਹਾਨੂੰ ਕਿਸ ਤਰ੍ਹਾਂ ਦਾ ਕਮਿਊਨਿਟੀ ਤੋਂ ਫੀਡਬੈਕ ਆਇਆ ਤੁਹਾਡਾ ਪ੍ਰੋਗਰਾਮ ਖਾਸ ਕਰਕੇ ਤੁਹਾਨੂੰ ਜੋੜ ਕੇ ਰੱਖਦਾ ਹੈ ਲੋਕਾਂ ਦੇ ਨਾਲ ਤੁਸੀਂ ਲਗਾਤਾਰ ਉਹਨਾਂ ਦੇ ਨਾਲ ਗੱਲ ਕਰਦੇ ਹੋ ਆਪਣੇ ਲਾਈਵ ਸ਼ੋਅ ਦੇ ਵਿੱਚ ਕਿਸ ਤਰ੍ਹਾਂ ਦਾ ਰਿਐਕਸ਼ਨ ਆਇਆ ਕਮਿਊਨਿਟੀ ਵੱਲੋਂ ਜਦੋਂ ਇਹ ਚੀਜ਼ ਵਿਸਕੋਂਸਿਨ ਦੇ ਵਿੱਚ ਹੋਈ ਸੀ ਐਂ ਤੁਸੀਂ ਇਹਦੇ ਬਾਰੇ ਗੱਲ ਕੀਤੀ ਅਸ਼ਵਿਤਾ ਯਾ ਕਮਿਊਨਿਟੀ ਵੱਲੋਂ ਆਈਲ ਟੇਕ ਵਨ ਸਟੈਪ ਬੈਕ ਜਸਟ ਫ্রম ਬੀਬਾ ਜੀ ਦਾ ਅਸ਼ਰਸਿਕੇ ਆਈ ਥਿੰਕ ਦ ਬੈਸਟ ਇਜ਼ ਟੂ ਐਜੂਕੇਟ ਯਰ self ਕਿਉਂਕਿ ਮੈਨੂੰ ਅੱਜ ਵੀ ਉਹ ਮਦਰ ਜਿਨਾ ਨੇ ਸ਼ੇਅਰ ਕੀਤਾ ਉਹਦੀ ਗੱਲਾਂ ਯਾਦ ਹੈ ਕਿ ਹਾਊ ਨਾਈਫ ਸ਼ੀ ਵਾਸ ਸ਼ੀ ਸੇਸ ਮੈਂ ਉਹਨੂੰ ਟਰਸਟ ਕੀਤਾ ਤੇ ਮੈਂ ਕਦੀ ਨਹੀਂ ਸੋਚਿਆ ਕਿ ਉਹਦੇ ਨਾਲ ਲਾਇਬ੍ਰੇਰੀ ਚ ਬੈਠੀ ਹੈ ਜਾਂ ਉਹਦੇ ਨਾਲ ਕੁਝ ਹੈ ਤੇ ਕੋਈ ਪੰਗਾ ਹੋ ਸਕਦਾ ਹੈ ਸੋ ਉਹਦੇ ਵਾਸਤੇ ਇੱਕ ਬਹੁਤ ਵੱਡੀ ਰਿਕੁਐਸਟ ਹੈ ਕਿ ਪੇਰੈਂਟਸ ਐਂਡ ਨੀਅਰ ਵਨਸ ਨੂੰ ਆਪਣੇ ਆਪ ਨੂੰ ਐਜੂਕੇਟ ਕਰਨਾ ਬੜਾ ਜ਼ਰੂਰੀ ਹੈ ਬਟ ਵਾਂਸ ਜਦੋਂ ਹੋ ਜਾਂਦਾ ਹੈ ਕੁਝ ਜਿਵੇਂ ਗੋਇੰਗ ਬੈਕ ਟੂ ਥੈਟ ਮਦਰ ਦੈਨ ਯੂ ਕਾਂਟ ਕੀਪ ਬਲੇਮਿੰਗ ਯੋਰਸੈਲਫ ਉਹ ਬੜਾ ਖਤਰਾ ਇਸ ਚੀਜ਼ 'ਚ ਹੁੰਦਾ ਹੈ ਯੂ ਲੈਗਰੀ ਵਿਦ ਮੀ ਕਿ ਯੂ نو ਦੈਟ ਗਿਲਟ ਕਿ ਆਈ ਕੁਡ ਹੈਵ ਡਨ ਬੈਟਰ जिम्मे एडियो भी वो कहें कि हाई मैं एक कै सुन ली होंगी यू गो बैक टू दैट पॉइंट कि जिथे बदल सकते हो इट डजेंट हैपन बट जिस तरह तुम पूछ रहे हो सॉरी कि यू नो ये बड़ा जरूरी है कि तुम अपने एजुके अपने आप को एजुकेट करो बीबा जी और या असी सारे बैठ के कुछ टूल्स दे सकते हैं बट आई थिंक एक अपना बन बनती है कि गो टू इंटरनेट गो टू एनीथिंग एजुकेट योर सेल्फ हाउ टू यू नो ਟੈਲ ਯੋ ਕਿਡ ਐਂਡ ਕਮਿਊਨਿਟੀ ਦਾ ਰਿਐਕਸ਼ਨ ਦਾ ਜਿਹੜਾ ਹੈ ਉਹ ਬਹੁਤ ਸ਼ਰਮਨਾਕ ਹੈ ਕਿ ਉਹ ਮਦਰ ਸ਼ੇਅਰ ਕਰਦੀ ਹੈ ਕਿ ਮੈਂ ਅਗਰ ਸ਼ੂਜ਼ ਉਤਾਰ ਰਹੀ ਹਾਂ ਤੇ ਮੈਂ ਇਹੀ ਦੇਖੀ ਜਾ ਰਹੀ ਹਾਂ ਕਿ ਸਾਰੇ ਬੰਦੇ ਜਿਹੜੇ ਲੰਘ ਰਹੇ ਆ ਨਾ ਜੇ ਮੈਨੂੰ ਡਾਇਰੈਕਟ ਆ ਕੇ ਨਹੀਂ ਕਹਿ ਰਹੇ ਕਹਿ ਵੀ ਰਹੇ ਆ ਉਹ ਵੀ ਨਹੀਂ ਜਿਹੜੇ ਡਾਇਰੈਕਟ ਕਹਿ ਰਹੇ ਨੇ ਪਰ ਜਿਹੜੇ ਬਾਕੀ ਵੀ ਨੇ ਉਹ ਇੰਜ ਦੇਖ ਰਹੇ ਆ ਜਿਵੇਂ ਮੈਂ ਪਤਾ ਨਹੀਂ ਕੀ ਕੀਤਾ ਐਂਡ ਦੇ ਟੈਲਿੰਗ ਈਚ ਅਦਰ ਵਿਚ ਯੂ ਕੈਨ ਬੀ ਐਂਡ ਇਹ ਉਹ ਮਾਇ ਜਿਹਦੀ ਵਿਸਕਾਂਸਨ ਵਾਲੇ ਮੈਂ ਗੱਲ ਕਰ ਰਹੀ ਬੇਟੀ ਦੇ ਨਾਲ ਕੁਝ ਹੋਇਆ ਹੈ ਤੇ ਜਦੋਂ ਬਾਕੀ ਕਮਿਊਨਿਟੀ ਨੂੰ ਪਤਾ ਲੱਗਿਆ ਉਹ ਉਹਨਾਂ ਤੇ ਸ਼ਰਮ ਪਾ ਰਹੇ ਆ ਕਿ ਤੁਸੀਂ ਕੁਝ ਗਲਤ ਕੀਤਾ ਸੋ ਵਿਕਟਮ ਸ਼ੇਮਿੰਗ ਇਜ਼ ਹਿਊਜ ਯੂ نو ਔਰ ਫਿਰ ਉਹਦੇ ਨੂੰ ਕਿ ਇੱਕ ਦੂਜੇ ਨੂੰ ਦਿਖਾਓ ਤੁਸੀਂ ਇਮੇਜਿਨ ਕਰੋ ਕਿ ਤੁਸੀਂ ਖੜੇ ਹੋ ਤੁਸੀਂ ਤੁਹਾਡੇ ਨਾਲ ਬੁਰਾ ਹੋਇਆ ਤੁਹਾਡੇ ਨਾਲ ਮਤਲਬ ਇੰਨੀ ਕਾਨੂੰਨੀ ਚੀਜ਼ ਹੋਈ ਹੈ ਤੁਸੀਂ ਸਪੋਰਟ ਦੀ ਆਸ ਰੱਖ ਰਹੇ ਹੋ ਉਸ ਜਗ੍ਹਾ ਤੋਂ ਜਿੱਥੇ ਤੁਸੀਂ ਇੰਨਾ ਦਿੱਤਾ ਹੈ ਸ਼ੀ ਵਾਸ ਅ ਗੁੱਡ ਸੇਵਾਦਾਰ ਆਫ ਦੈਟ ਗੁਰਦੁਆਰਾ ਐਂਡ ਦੈਨ ਬੰਦੇ ਲੰਦੇ ਜਾਂਦੇ ਸਿਰਫ ਇੱਕ ਦੂਜੇ ਨੂੰ ਦਿਖਾ ਰਹੇ ਹਨ ਕਿ ਉਹ ਜਨਾਨੀ ਖੜੀ ਹੈ ਜਿਹਦੀ ਕੁੜੀ ਨਾਲ ਇਹ ਹੋਇਆ ਹੈ इमेजिन आल्सो फैमिली ਤੇ ਕੀ ਵੀ ਤਰੀ ਹੋਏਗੀ ਯਾ ਯੂ نو ਦੈਟਸ ਵਾਈ ਸਾਨੂੰ ਕੋਈ ਇਨਾ ਵੱਡਾ ਸਰਪ੍ਰਾਈਜ਼ ਨਹੀਂ ਹੋਇਆ ਇਹ ਸੁਣ ਕੇ ਕਿ ਇਹ ਪਰਿਵਾਰ ਨੇ ਵੀ ਗੁਰਦੁਆਰਾ ਜਾਣ ਛੱਡਤਾ ਕਮਿਊਨਿਟੀ ਤੋਂ ਆਪਣੀ ਟਾਈਜ਼ ਕਰਤੀ ਆਈ ਵਾਂਟ ਟੂ ਕਮ ਟੂ ਕੇ ਇਸ ਸਿਚੁਏਸ਼ਨ ਦੇ ਵਿੱਚ ਇੱਕ ਮੇਲ ਦਾ ਕੀ ਰੋਲ ਹੋ ਸਕਦਾ ਹੈ ਇੱਕ ਪਰਿਵਾਰ ਦੇ ਵਿੱਚ ਇੱਕ ਫਾਦਰ ਦਾ ਇੱਕ ਬ੍ਰਦਰ ਦਾ ਕਿਸੇ ਵੀ ਲੀਡਰਸ਼ਿਪ ਪੋਜੀਸ਼ਨ ਦੇ ਵਿੱਚ ਬਟ ਸਾਨੂੰ ਇੱਥੇ ਇੱਕ ਛੋਟੀ ਜੀ ਬ੍ਰੇਕ ਲਈ ਰੁਕਣਾ ਪੈ ਰਿਹਾ ਤੁਸੀਂ ਕਿੱਥੇ ਨਾਲ ਜਾ ਪ੍ਰੋਗਰਾਮ ਬਿਲਕੁਲ ਲਾਈਵ ਤੋਂ ਜਿਹਾ ਇਸ ਤਰ੍ਹਾਂ ਪੇਸ਼ ਕਰਦੇ ਰਵਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖਿਓ ਇੱਕ ਸਪੈਸ਼ਲ ਐਪੀਸੋਡ ਅੱਜ ਦਾ ਮੁੱਦਾ ਸੜਨ ਨਾਲ ਜੁੜੇ ਹਨ ਸਾਡੇ ਟੀਮ ਮੈਂਬਰਸ ਪੈਨਲ ਦੇ ਤੌਰ ਤੇ ਮੈਡੀਕਲ professionals community ਦੇ ਵਿੱਚ ਇਨਵੋਲਵਡ ਹਨ ਡਾਕਟਰ ਸੁਹੈਮਾਨ ਮੈਂ ਤੁਹਾਡ ਨਾਲ ਇੱਕ ਮੇਲ ਪਰਸਪੈਕਟਿਵ ਬਾਰੇ ਥੋੜਾ ਜਿਹਾ ਪੁੱਛਣਾ ਚਾਹਨੀ ਆ ਕਿ ਜਦੋਂ ਇਹੋ ਜੀ ਚੀਜ਼ ਹੁੰਦੀ ਹੈ ਜੋ ਸਾਡੇ ਕਮਿਊਨਿਟੀ ਵਿੱਚ ਸਾਡੇ ਲੀਡਰਸ ਹਨ ਸਾਡੇ men ਖਾਸ ਕਰਕੇ ਪੇਰੈਂਟਸ ਫਾਦਰਸ ਬ੍ਰਦਰਸ ਸਨਸ ਉਹਨਾਂ ਨੂੰ ਕਿਸ ਤਰ੍ਹਾਂ ਇਸ ਚੀਜ਼ ਨੂੰ ਅਪਰੋਚ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਸੋਚ ਹੋਣੀ ਚਾਹੀਦੀ ਹੈ ਇਸ ਚੀਜ਼ ਨੂੰ ਲੈ ਕੇ ਅਸ਼ਵਿਤਾ ਜੀ ਪਹਿਲਾਂ ਤੇ ਇਸ਼ੂ ਮੇਲ ਇਸ਼ੂ ਨਹੀਂ ਫੀਮੇਲ ਇਸ਼ੂ ਨਹੀਂ ਇਹ ਯੂ ਨੋ ਹਰ ਇੱਕ ਜਿਹਨੇ ਦਾ ਇਸ਼ੂ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਦੂਜੀ ਗੱਲ ਮੈਂ ਇਹ ਦੱਸਦਾ ਕਿ ਜੇ ਤੁਹਾਡਾ ਬੱਚਾ ਤੁਹਾਡਾ ਕਜ਼ਨ ਕੋਈ ਵੀ ਤੁਹਾਡੇ ਕੋਲ ਹੈਲਪਲੀ ਆਉਂਦਾ ਉਹਦੀ ਹੈਲਪ ਜਰੂਰ ਕਰੋ ਕਿਉਂਕਿ ਰਿਸਰਚ ਨੇ ਜੇ ਤੁਸੀਂ ਸਾਡੀ ਮੈਡੀਕਲ ਰਿਸਰਚ ਫਾਇੰਡ ਕਰੋ ਤੇ ਉਹਦੇ ਇਹ ਪ੍ਰੂਵ ਕੀਤਾ ਕਿ ਜਿਹੜੇ ਬੱਚਿਆਂ ਨੂੰ ਕੋਈ ਆਵਾਜ਼ ਉਹਨਾਂ ਦੀ ਸੁਣਦਾ ਵਾ ਉਹਨਾਂ ਦੇ ਲੌਂਗ ਟਰਮ ਜਿਹੜੇ ਇਫੈਕਟ ਆ ਉਹ ਘਟ ਜਾਂਦੇ ਆ ਆ ਬਾਕੀ ਜੇ ਸਾਡਾ ਮੈਡੀਕਲ profession ਆ ਉਹਦੇ ਸਾਨੂੰ ਸਿਖਾਇਆ ਜਾਂਦਾ ਫਰੋਮ ਇਅਰ 1 ਮੈਡੀਕਲ ਸਕੂਲ ਚ ਤੁਹਾਨੂੰ ਦੱਸਿਆ ਜਾਂਦਾ ਕਿ ਜੇ ਤੁਸੀਂ ਕਿਸੇ ਫੀਮੇਲ ਨੂੰ ਐਗਜ਼ਾਮਨ ਕਰਦੇ ਜੋ ਕੱਲਿਆਂ ਕਮਰੇ ਵਿੱਚ ਤੁਹਾਡੇ ਨਾਲ ਨਰਸ ਜ਼ਰੂਰ ਮੌਜੂਦ ਹੋਣੀ ਚਾਹੀਦੀ ਆ ਸੋ ਸਾਨੂੰ ਦੱਸਿਆ ਜਾਂਦਾ ਕਿ ਬਾਈ ਤੁਸੀਂ ਆ ਚੀਜ਼ ਕਿਉਂਕਿ ਸਾਡਾ ਪ੍ਰੋਫੈਸ਼ਨ ਐਸਾ ਤੁਸੀਂ ਆ ਕਰੋਗੇ ਤੁਹਾਨੂੰ ਆ ਹੋ ਸਕਦਾ ਸੋ ਆਈ ਥਿੰਕ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਗਾਈਡਲਾਈਨਸ ਹੋਣੀ ਚਾਹੀਦੀ ਆ ਭਾਵੇਂ ਉਹ ਰਾਗੀ ਸਿੰਘ ਆ ਭਾਵੇਂ ਉਹ ਚਰਚ ਦੇ ਵਿੱਚ ਕੋਈ ਪਾਸਟਰ ਆ ਭਾਵੇਂ ਕੋਈ ਪੋਲੀਟਿਸ਼ੀਅਨ ਆ ਜਰਨਲਿਸਟ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਲਾਈਨ ਕਿੱਦਾਂ ਕ੍ਰੋਸ ਕਰਨੀ ਆ ਦੈਟ ਸ਼ੁੱਡ ਬੀ ਓਨ ਦਾ ਜਿਹੜੇ ਤੁਹਾਡਾ ਜਿੱਥੇ ਤੁਸੀਂ ਕੰਮ ਕਰਦੇ ਜੋ ਤੁਹਾਡੇ ਸਕੂਲਾਂ ਦੀ ਜਿੱਥੋਂ ਵੀ ਜੇ ਤੁਸੀਂ ਮੇਲ ਪਰਸਪੈਕਟਿਵ ਦੀ ਗੱਲ ਕਰਦੇ ਹੋ ਤਾਂ ਅਕਸਰ ਸਾਡੇ ਕਲਚਰ ਵਿੱਚ ਕਿਹਾ ਜਾਂਦਾ ਕਿ ਪੁੱਤ ਪਰਵਾਰ ਕੀ ਕਹੂਗਾ ਸਾਡਾ ਨੱਕ ਥੱਲੇ ਹੋ ਜਾਣਾ ਗੁਰਦੁਆਰਾ ਦੀ ਬਦਨਾਮੀ ਹੋ ਜਾਣੀ ਆ ਕਲਚਰ ਦੀ ਬਦਨਾਮੀ ਹੋ ਜਾਣੀ ਆ ਜਾਂ ਤੂੰ ਕਪੜੇ ਘੱਟ ਪਾਏ ਸੀ ਇਸ ਲਈ ਇਦਾਂ ਹੋਇਆ ਜਾਂ ਜਿਹੜਾ ਜਿੰਨਾ ਹੋਇਆ ਹੁੰਦਾ ਉਹ ਹੀ ਵਿਚਾਰਾ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਮੈਂ ਕੀ ਮੈਂ ਹੀ ਗਲਤ ਆ ਸੋ ਆਈ ਥਿੰਕ ਪਹਿਲੀ ਗੱਲ ਤੇ ਇਹ ਕੀ ਜਿਹੜੀ ਗੁਰਦੁਆਰੇ ਦੀ ਬਦਨਾਮੀ ਹੋਣੀ ਸੀ ਜਾਂ ਧਰਮ ਡਾਊਨ ਹੋਣ ਦੀ ਗੱਲ ਕਰਦੇ ਉਹ ਤੇ ਹੋ ਗਿਆ ਜਿੱਦਣ ਆ ਚੀਜ਼ ਹੋਈ ਸੀ ਨਾ ਭਾਵੇਂ ਕਿਸੇ ਨੂੰ ਪਤਾ ਲੱਗਾ ਜਾਂ ਨਾ ਪਤਾ ਲੱਗਾ ਉਹ ਦਿਨ ਹੀ ਆਪਣਾ ਧਰਮ ਆਪਾ ਗੁਰੂ ਸਾਹਿਬਾਂ ਦੇ ਜਿਹੜਾ ਸੰਦੇਸ਼ ਆ ਉਹ ਤੋਂ ਹਟ ਗਏ ਸੋ ਜਿੱਦਾਂ ਕਿ ਬਿਮਾਰੀ ਨੂੰ ਦੂਰ ਕਰਦੇ ਆ ਬੈਂਡੇਜ ਨਹੀਂ ਉਹਨੂੰ ਪਹਿਲਾਂ ਕਹੀਏ ਕਿ ਹਾਂ ਸਾਡੇ ਚਾ ਪ੍ਰੋਬਲਮ ਐ ਜਿੱਦਾਂ ਕ੍ਰਿਸਚੀਅਨਾਂ ਨੇ ਚਰਚ ਚ ਕੀ ਆ ਮਾਸਕਾ ਚ ਗੱਲ ਹੋਈ ਆ ਬਾਇਸਕਵਡ ਚ ਹੋਈ ਆ ਪ੍ਰੋਬਲਮ ਆ ਉਹਨੂੰ ਲੱਭੀਏ ਉਹਦਾ ਹੱਲ ਲੱਭੀਏ ਜੇ ਮੇਲ ਪਰਸਪੈਕਟਿਵ ਆ ਕਿ ਪਰਵਾਰ ਕੀ ਕਹੂਗਾ ਉਹ ਵੀ ਕਹੂ ਉਹ ਜਿਹੜਾ ਹੋਣਾ ਹੀ ਹੋ ਗਿਆ ਬੈਸਟ ਥਿੰਗ ਇਹ ਹੋਈ ਆ ਕਿ ਕਿਤੇ ਸਾਡੇ ਅਗਲੇ ਨਿਆਣਿਆਂ ਅਗੀਆਂ ਜਨਰੇਸ਼ਨਾਂ ਨੂੰ ਨਾ ਇਹ ਚੀਜ਼ ਹੋਵੇ ਜਿੰਨੇ ਉਹ ਕੀਤਾ ਉਹਦਾ ਉਹਦਾ ਨਾਂ ਬਾਹਰ ਲੈ ਗਿਆ ਉਹ ਬਦਨਾਮੀ ਕਰਨੀ ਆ ਉਹ ਕਰੋ ਜੋ ਵੀ ਆ ਪਰ ਏਟਲੀਸਟ ਉਹ ਅਪੋਲੋਜਾਈਜ਼ ਤੇ ਕਰਨ ਯੋਗਾ ਹੋਵੇ ਕਿ ਜਿਹੜੇ ਬਾਹਰ ਆ ਲੋਕ ਹੋਰ ਲੋਕ ਆ ਉਹ ਇਹ ਕਰਨ ਤੋਂ ਦੋ ਵਾਰੀ ਪਹਿਲਾਂ ਸੋਚਣ ਆਈ ਮੈਂ ਪਰਸਨਲੀ ਫੀਲ ਕਰਦਾ ਸਾਡੇ ਸਾਰਿਆਂ ਚ ਕੋਈ ਨਾ ਕੋਈ ਕਮੀਆਂ ਆ ਅਸੀਂ ਪਰਫੈਕਟ ਨਹੀਂ ਆ ਸਰ ਕੋ ਕਦੀ ਕੋਈ ਗਲਤੀ ਹੋ ਸਕਦੀ ਆ ਪਰ ਇਹ ਬਹੁਤ ਜ਼ਰੂਰੀ ਆ ਇਹ ਅਸੀਂ ਜੇ ਕੋਈ ਗਲਤ ਹੁੰਦਾ ਉਹਨੂੰ ਬਾਹਰ ਲੈ ਕੇ ਆਈਏ ਕਿ ਲੋਕੀ ਦੂਜੇ ਡਰਨ ਕਿ ਯਾਰ ਕਿਤੇ ਆਹ ਕੰਮ ਮੇਰ ਕੋ ਨਾ ਹੋ ਜੇ ਕਿ ਨਹੀਂ ਮੇਰੇ ਨਾਲ ਆ ਹਸ਼ਰ ਹੋਣਾ ਸੋ ਦੈਟਸ ਵਾਟ ਆਈ ਫੀਲ ਆਈ ਥਿੰਕ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਹੋਇਆ ਹੋ ਗਿਆ ਇਹ ਐਟੀਟਿਊਡ ਅਪਾ ਰੱਖਾਂਗੇ ਤੇ ਇਹ ਕੰਟੀਨਿਊ ਹੋਏਗਾ ਬਟ ਜੋ ਉਸ ਬੱਚੀ ਤੇ ਉਸ ਵੇਲੇ ਬੀਤੀ ਜਿਸ ਤਰ੍ਹਾਂ ਉਹਦੀ ਜ਼ਿੰਦਗੀ ਉਹਦੀ ਪਰਿਵਾਰ ਦੀ ਜ਼ਿੰਦਗੀ ਫਰਐਵਰ ਚੇਂਜ ਹੋ ਗਈ ਇਹਨੇ 네ਗੇਟਿਵ ਤਰੀਕੇ ਨਾਲ ਉਹਦੀ ਵੀ ਗੱਲ ਕਰਨੀ ਬੰਦੀ ਕਿ ਵਿਕਟਮ ਨੂੰ ਕਿਸ ਤਰ੍ਹਾਂ ਦਾ ਟਰੋਮਾ ਲਾਈਫ ਲੌਂਗ ਟਰੋਮਾ ਉਹਨਾਂ ਨੇ ਜ਼ਿੰਦਗੀ ਭਰ ਇਸ ਚੀਜ਼ ਨੂੰ ਝੇਲਣਾ ਹੈ ਆ ਉਸ ਚੀਜ਼ ਨੂੰ ਰੋਕਣ ਦੀ ਸਾਡੀ ਕੋਸ਼ਿਸ਼ ਹੈ ਕਿ ਇਸ ਚੀਜ਼ ਨੂੰ ਆਪਾਂ ਗੱਲ ਕਰੀਏ ਡਾਕਟਰ ਬੀਬਾ ਯੂ نو ਆਫਕੋਰਸ ਇਸ ਤਰ੍ਹਾਂ ਦਾ ਜਦੋਂ ਅਬਿਊਸ ਹੁੰਦਾ ਹੈ ਕਿਸੇ ਵੀ ਉਮਰ ਤੇ ਹੋ ਸਕਦਾ ਹੈ ਬਟ ਜੋ ਸਾਡੇ ਬੱਚੇ ਹੁੰਦੇ ਆ ਉਹ ਕਿਉਂਕਿ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਇਸ ਤਰ੍ਹਾਂ ਦੀ ਚੀਜ਼ ਨੂੰ ਲੈ ਕੇ ਉਹ ਜ਼ਿਆਦਾ ਇਸ ਚੀਜ਼ ਦੇ ਸ਼ਿਕਾਰ ਬਣ ਸਕਦੇ ਆ ਮੈਂ ਚਾਹਨੀ ਹੈ ਕਿ ਤੁਸੀਂ ਸਾਨੂੰ ਥੋੜਾ ਦੱਸੋ ਕਿ ਜੋ ਸਾਨੂੰ ਵਿਊਅਰਸ ਮਾਪਿਓ ਵੇਖ ਰਿਹਾ ਹੈ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਉਹ ਪ੍ਰੋਐਕਟਿਵ ਹੋਣਾ ਚਾਹੁੰਦਾ ਕਿ ਉਹਨਾਂ ਦੇ ਬੱਚਿਆਂ ਨਾਲ ਨਾ ਹੋਏ ਕਿਸ ਤਰ੍ਹਾਂ ਤੁਸੀਂ ਆਪਣੇ ਛੁੱਟਛੜੇ ਨਿਆਣਿਆਂ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰ ਸਕਦੇ ਹੋ ਜਿੱਥੇ ਅਡਲਟਸ ਇੱਕ ਦੂਜੇ ਨਾਲ ਨਹੀਂ ਇਹ ਗੱਲ ਕਰਦੇ ਸਾਡੀ ਕਮਿਊਨਿਟੀ ਵਿੱਚ ਨਿਆਣਿਆਂ ਨਾਲ ਤੁਸੀਂ ਕਿਸ ਤਰ੍ਹਾਂ ਇਹ ਚੀਜ਼ ਨੂੰ ਅਪਰੋਚ ਕਰ ਸਕਦੇ ਹੋ ਆ ਮੈਂ ਮੈਂ ਇਹ ਬੋਲਾਂਗੀ ਕਿ ਕੋਈ ਵੀ ਏਜ ਟੂ ਯੰਗ ਨਹੀਂ ਹੈ ਜਦੋਂ ਬੱਚਾ ਸਮਝਣ ਲੱਗ ਜਾਂਦਾ ਹੈ ਉਹਨਾਂ ਨੂੰ ਇਹ ਬਹੁਤ ਜ਼ਰੂਰੀ ਸਿਖਾਣੀ ਹੈ ਚੀਜ਼ ਕਿ ਥਿਸ ਇਜ਼ ਯੋਰ ਪ੍ਰਾਈਵੇਟ ਪਾਰਟ ਕੋਈ ਵੀ ਤੁਹਾਨੂੰ ਇੱਥੇ ਜਾਂ ਥੱਲੇ ਹੱਥ ਨਹੀਂ ਅਲਾਉਡ ਲਗਾਣਾ ਤੁਹਾਡੇ ਮਮ ਜਾਂ ਡੈਡ ਜਾਂ ਜਿਹੜਾ ਵੀ ਉਹਨਾਂ ਨੂੰ ਸ਼ਾਵਰ ਦੇ ਰਿਹਾ ਜਾਂ ਉਹਨਾਂ ਦੀ ਕੇਅਰ ਕਰ ਰਿਹਾ ਹੈ ਦੈਟਸ ði ਓਨਲੀ ਪਰਸਨ ਐਂਡ ਯੂ ਸੇ ਪ੍ਰਾਈਵੇਟ ਜ਼ੋਨ ਪ੍ਰਾਈਵੇਟ ਜ਼ੋਨ ਜਾਂ ਕੇ ਸਕੂਲਾਂ ਚ ਕਹਿੰਦੇ ਨੇ ਥਿਸ ਇਜ਼ ਮਾਈ ਡੇਂਜਰ ਜ਼ੋਨ ਡੇਂਜਰ ਜ਼ੋਨ ਯੂ نو ਡਿਫਰੈਂਟ ਵਰਡਸ ਬਟ ਇੱਕ ਬੱਚੇ ਨੂੰ ਸਿਖਾਣਾ ਬਹੁਤ ਜ਼ਰੂਰੀ ਹੈ ਆਲਸੋ अगर तहु किधर भी डिसकंफर्ट हो रहा है कि तू हाथ लगा रहा है गलत जगह गलत जगह की है किसी बच्चे नु पता ही नहीं गलत जगह की है सो यू हैव टू एक्सप्लेन ए या ए ऑलसो वट इज़ अ गुड टच एंड वट इज़ अ बैड टच हूँ बच्चा नु, समझ ही नहीं है सो so अगर कोई कोई सच्ची जैन्यूनली प्यार कर रहा है या हक कर रहा है या किस कर रहा है तो वो गुड टच है या बैड टच है सो गुड टच इज़ डिफरेंट दैन बैड टच ਬੈਡ ਟੱਚ ਜਿਹੜੇ ਵੀ ਟੱਚ ਕੋਈ ਤੁਹਾਨੂੰ ਕਹਿ ਰਿਹਾ ਕਿ ਇਹ ਨਹੀਂ ਦੱਸਣਾ ਜਾਂ ਤੁਹਾਨੂੰ ਅਨਕੰਫਰਟੇਬਲ ਲੱਗ ਰਿਹਾ ਜਾਂ ਤੁਹਾਨੂੰ ਉਹ ਚੀਜ਼ ਅੱਛੀ ਨਹੀਂ ਫੀਲ ਕਰ ਰਹੀ ਤੁਸੀਂ ਆਪਣੇ ਮਮ ਡੈਡ ਨੂੰ ਦੱਸਣਾ ਹੈ ਸੋ ਸਾਨੂੰ ਆਪਣੇ ਬੱਚਿਆਂ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਡੀਟੇਲਸ ਸਮਝਾਈਏ ਬੇਸਿਕਸ ਬੇਸਿਕਸ ਔਰ ਅਗਰ ਅਸੀਂ ਬੱਚੇ ਨੇ ਔਰ ਹੋਣੋ ਵੱਡੇ ਨੇ ਟੀਨੇਜਰਸ ਨੇ ਆਲਸੋ ਵੈਰੀ ਇੰਪੋਰਟੈਂਟ ਤੁਸੀਂ ਆਪਣੀ ਟੀਨੇਜ ਬॉयਜ਼ ਐਂਡ ਗਰਲਸ ਨਾਲ ਇਹ ਦੱਸਣਾ ਹੈ ਕਿ ਅਗਰ ਤੁਹਾਨੂੰ ਕਦੀ ਵੀ ਇਸ ਤਰ੍ਹਾਂ ਦੀ ਕੋਈ ਫੀਲਿੰਗ ਆਏ ਸਾਡੇ ਨਾਲ ਪਲੀਜ਼ ਓਪਨ ਅਪ ਕਰੋ ਅਸੀਂ ਤੁਹਾਨੂੰ ਜ਼ਰੂਰ ਟਰਸਟ ਕਰਾਂਗੇ ਬਿਕੋਜ਼ ਮੋਸਟ ਕੇਸਿਸ ਵਿੱਚ ਐਜ਼ ਅ ਡਾਕਟਰ ਮੈਂ ਬਹੁਤ ਪੇਸ਼IENTS ਨੂੰ ਸੁਣਿਆ ਜੋ ਬੋਲਦੇ ਨੇ ਕਿ ਅਸੀਂ ਆਪਣੇ ਮॉम ਨੂੰ ਜਾਂ ਡੈਡ ਨੂੰ ਦੱਸਿਆ ਔਰ ਮੇਰੀ ਮॉम ਨੇ ਕਿਹਾ ਮੈਂ ਤੈਨੂੰ ਬਲੀਵ ਹੀ ਨਹੀਂ ਕਰਦੀ ਤੂੰ ਜਾਣ ਕੇ ਕਰ ਰਹੀ ਹੈਂ ਜਾਂ ਤੂੰ ਟ੍ਰਬਲ ਚ ਪਾਣਾ ਚਾ ਰਹੀ ਹੈਂ ਲੋਕਾਂ ਨੂੰ ਇਸ ਤਰ੍ਹਾਂ ਦੇ ਬਹੁਤ ਕੇਸਿਸ ਨੇ ਜਿੱਥੇ ਪੈਰੈਂਟਸ ਬਲੀਵ ਨਹੀਂ ਕਰਦੇ ਬੱਚੇ ਨੂੰ ਸੋ ਤੁਸੀਂ ਆਪਣੇ ਬੱਚੇ ਦੀ ਗੱਲ ਸੁਨੋ ਔਰ ਉਹਨਾਂ ਨੂੰ ਕਹੋ ਕਿ ਟਰਸਟ ਕਰੋ ਐਂਡ ਅਗਰ ਇੱਥੇ ਬੱਚੇ ਸੁਣ ਰਹੇ ਨੇ या yeah, बच्चा बच्चों नहीं कंफर्टेबल फील हो रहा अपने मॉम डैड गल ना तो स्कूल्स विच काउंसलर्स ने डॉक्टर्स ने नर्सेस ने टीचर्स ने एंड अगर तुसी कोई व्यूअर हो और कोई शक हो रहा है कि किसी के गलत चीज़ हो रही है तुसी एक अनोनमस ਟਿਪ ਦੇ ਸਕਤੇ ਹੋ اور ਅਮਰੀਕਾ ਵਿੱਚ ਇੱਕ ਚੀਜ਼ achhi hai ki CPS child protective services aake oh evaluate kar dene karanu ki athe safety hai ya koi galat cheez ho rahi hai athe aur us investigation shuru kar dene you know but there's a athe ek important gal ban di hai ki kithe tonu online ਆਮ ਦੀ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਲਾਅ ਇਨਫੋਰਸਮੈਂਟ ਦੇ ਕੋਲ ਜਾ ਰਹੇ ਹੋ ਜਾਂ ਇਹ ਚੀਜ਼ ਇੰਟਰਨਲ ਤੁਸੀਂ ਰਿਜ਼ੋਲਵ ਕਰ ਸਕਦੇ ਹੋ ਮੈਡੀਕਲ ਹੈਲਪ ਦੇ ਨਾਲ ਪ੍ਰੋਫੈਸ਼ਨਲ ਹੈਲਪ ਨਾਲ ਸਿਚੁਏਸ਼ਨ ਨੂੰ ਥੋੜਾ ਚੇਂਜ ਕਰਕੇ ਰਾਈਟ ਆਮ ਬਟ ਉਹ ਚੀਜ਼ ਤੁਹਾਨੂੰ ਤਦ ਹੀ ਪਤਾ ਲੱਗੂਗੀ ਜਦੋਂ ਤੁਸੀਂ ਆਮ ਤੁਹਾਡਾ ਡਾਇਲੌਗ ਹੈ ਤੁਸੀਂ ਕਮਿਊਨੀਕੇਟ ਕਰ ਪਾ ਰਹੇ ਹੋ ਅਰਵਿੰਦ ਜੀ ਇਹ ਡਾਇਲੌਗ ਆਈ ਮੀਨ ਵਾਂਸ ਅਗੇਨ ਯੂ نو ਸੇਮ ਕੁਐਸਚਨ ਤੁਹਾਡੇ ਲਈ ਆਮ ਤੁਹਾਡੇ ਯੂ نو ਯੂ ਹੈਵ ਅਡਲਟ ਚਿਲड्रन ਬਟ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਰੇਜ਼ ਕੀਤਾ ਹੈ ਕਿਸ ਤਰ੍ਹਾਂ ਦਾ ਡਾਇਲੋਗ ਤੁਸੀਂ ਉਹਨਾਂ ਦੇ ਨਾਲ ਮੇਨਟੇਨ ਕੀਤਾ ਹੈ ਓਵਰ ધ ইয়ারਸ ਤੁਹਾਡੀ ਇੱਕ ਖਾਸੀਅਤ ਹੈ ਤੁਸੀਂ ਯੂ نو ਯੂ ਆਰ ਗੁੱਡ ਕਮਿਊਨੀਕੇਟਰ ਜੋ ਸਾਡੇ ਈ ਵਿਊਅਰਸ ਨਾਲ ਕਮਿਊਨੀਕੇਟ ਕਰਦੇ ਆਮ ਚੀਜ਼ਾਂ ਤੇ ਨਹੀਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਉਹਨਾਂ ਲਈ ਇਹ ਕਿੰਨਾ ਵੱਡਾ ਚੈਲੰਜ ਹੈ ਕਿ ਤੁਸੀਂ ਇੰਨੀ ਯੂ نو ਅਨਕੰਫਰਟੇਬਲ ਔਖੀ ਚੀਜ਼ ਬਾਰੇ ਗੱਲ ਕਰਨੀ ਹੈ ਏ ਵੈਰੀ ਚੈਲੈਂਜਿੰਗ ਕਨਵਰਸੇਸ਼ਨ ਫਾਰ ਐਨੀਵਨ

वैग्रू ਦਾ ਬਹੁਤ ਸ਼ੁਕਰ ਹੈ ਸਭ ਸਹੀ ਹੈਗਾ ਬਟ ਡੈਫੀਨਟਲੀ ਕਿ ਕਮਿਊਨੀਕੇਸ਼ਨ ਜਿਹੜਾ ਹੈ ਉਸ देयर इज नो ਯੂ نو ਕੈਨ ਬੀ ওভারਰੇਟਡ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਜਸ ਪੰਜਾਬੀ ਵੱਲੋਂ ਇਸ ਸਟੋਰੀ ਨੂੰ ਲੈ ਕੇ ਆਪਾਂ ਜਸ ਹੈਲਪਲਾਈਨ ਨੂੰ ਸਟਾਰਟ ਕੀਤਾ ਹੈ ਉਹਨਾਂ ਲਈ ਜੋ ਇਸ ਤਰ੍ਹਾਂ ਦੇ ਹਾਦਸੇ ਦੇ ਵਿਕਟਮਸ ਰਹਿ ਚੁੱਕੇ ਹੈ ਸ਼ਾਇਦ ਉਹ ਕਰੰਟਲੀ ਕਿਸੇ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਅਨਫੋਰਚਨਟਲੀ ਇਨਵੋਲਵਡ ਹਨ ਜਾਂ ਤੁਸੀਂ ਕੋਈ ਇਹੋ ਜਿਹਾ ਇੰਡੀਵਿਜੂਅਲ ਹੋ ਤੁਹਾਨੂੰ ਆਪਣੇ ਆਲੇ ਦੁਆਲੇ ਲੱਗਦਾ ਕਿ ਕੋਈ ਇਹੋ ਜਿਹੀ ਚੀਜ਼ ਹੋ ਰਹੀ ਹੈ ਬਟ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿਸ ਤਰ੍ਹਾਂ ਨੂੰ ਅਪਰੋਚ ਕਰਾਂ ਤੁਸੀਂ ਅਨੋਨਿਮਸਲੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ கரੈਕਟ ਰਿਸੋਰਸਸ ਦੇ ਨਾਲ ਅੱਗੇ ਕਨੈਕਟ ਕਰਾਵਾਂਗੇ ਕੰਪਲੀਟਲੀ ਪ੍ਰੋ ਬੋਨੋ ਫ੍ਰੀ ਆਪਾਂ ਵੀ ਉਹ ਮੈਡੀਕਲ ਸਾਈਕੋਲੋਜੀਕਲ ਲੀਗਲ ਤੁਹਾਨੂੰ ਹੈਲਪ ਦੀ ਲੋੜ ਹੈ ਆਫ ਕர்ஸ் ਤੁਸੀਂ ਸਾਨੂੰ ਟੈਕਸ ਕਰ ਸਕਦੇ ਹੋ WhatsApp ਕਰ ਸਕਦੇ ਹੋ ਸਕਰੀਨ ਤੇ ਲਿਖੇ ਨੰਬਰਸ ਤੁਸੀਂ ਹੈਲਪਲਾਈਨ ਐਂਡ ਜਸ ਬ੍ਰॉडकास्टਿੰਗ ਤੇ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਇਹ ਪ੍ਰੋਗਰਾਮ ਬਿਲਕੁਲ ਲਾਈਵ ਆ ਰਿਹਾ ਤੁਸੀਂ ਸਾਡੇ ਨਾਲ ਹੁਣੇ ਵੀ ਜੁੜ ਕੇ ਗੱਲ ਕਰ ਸਕਦੇ ਹੋ ਰੁਕਦੇ ਆ ਇੱਕ ਛੋਟੀ ਜਿਹੀ ਬ੍ਰੇਕ ਲਈ ਮਿਲਦੇ ਆ ਬ੍ਰੇਕਫਾਸਟ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਗੱਲ ਹੋ ਰਹੀ ਹੈ ਉਸ YouTube ਵੀਡੀਓ ਦੀ ਜਿੰਨੇ ਇੱਕ 20 ਸਾਲ ਪੁਰਾਣੇ ਕੇਸ ਨੂੰ ਖੋਲ ਕੇ ਰੱਖਦਾ ਸਾਡੀ ਕਮਿਊਨਿਟੀ ਨੂੰ ਹਲਾਤ ਦਾ ਮੈਨੂੰ ਲੱਗਦਾ ਹੈ ਆ ਕਿ ਸਾਡੀ ਬੱਚੀਆਂ ਨਾਲ ਇਹੋ ਜੀ ਚੀਜ਼ ਉਹ ਵੀ ਅਮ ਤੁਸੀਂ ਕਹਿ ਲਓ ਇੱਕ ਇਹੋ ਜਿਹਾ ਇਨਸਾਨ ਦੇ ਨਾਲ ਜੋ ਅਮ ਇੱਕ ਹੋਲੀ ਆ ਯੂ نو ਇੰਡੀਵਿਜੂਅਲ ਦੇ ਤੌਰ ਤੇ ਫੈਮਲੀ ਦੇ ਵਿੱਚ ਸ਼ਾਮਿਲ ਹੋਇਆ ਐਂਡ ਜੋ ਉਹਨਾਂ ਦਾ ਸਹੀ ਐਕਚੁਅਲ ਸਹੀ ਸਰੂਪ ਸੀਗਾ ਉਹ ਬਾਅਦ ਚ ਪਤਾ ਲੱਗਿਆ ਤੁਸੀਂ ਲਾਅ ਦੀ ਗੱਲ ਕਰ ਲੋ ਦਿਸ ਇੰਡੀਵਿਜੂਅਲ ਗੁਰਦਰਸ਼ਨ ਸਿੰਘ ਉਹਨਾਂ ਨੇ ਚਾਈਲਡ ਸੈਕਸ਼ੂਅਲ ਅਬਿਊਜ਼ ਦੇ ਚਾਰजेस ਦੇ ਵਿੱਚ ਗਿਲਟੀ ਪਲੀ ਪਾਈ ਸੀ ਕਨਵਿਕਟ ਉਹਨਾਂ ਨੂੰ ਕੀਤਾ ਗਿਆ ਫਿਰ ਵੀ ਉਹਨਾਂ ਦੀ ਤੁਸੀਂ ਕਹਿ ਲੋ ਜਗ੍ਹਾ ਇਸ ਗੁਰਦੁਆਰੇ ਵਿੱਚ 20 ਤੋਂ ਵੱਧ ਸਾਲਾਂ ਲਈ ਬਣੀ ਰਹੀ ਕੀ ਉਸ ਫੈਮਲੀ ਦੇ ਨਾਲ guzreya ਕੀ ਉਸ ਬੱਚੀ ਨਾਲ guzreya ਕਿਸ ਤਰ੍ਹਾਂ ਉਮ ਇਸ ਬੱਚੀ ਦੀ ਪੂਰੀ ਜ਼ਿੰਦਗੀ ਪੂਰੇ ਪਰਿਵਾਰ ਦੀ ਪੂਰੀ ਜ਼ਿੰਦਗੀ ਉਸ ਹਾਦਸੇ ਤੋਂ ਬਾਅਦ ਚੇਂਜ ਹੋਈ ਡਾਕਟਰ ਵੀ ਬਾਇ ਵਨਰ ਗੋ ਟੂ ਯੂ ਟੂ ਸੀ ਇਸ ਤਰ੍ਹਾਂ ਦੇ ਸੈਕਸ਼ੂਅਲ ਅਬਿਊਸ ਦੇ ਵਿਕਟਮਸ ਨੂੰ ਟ੍ਰੀਟ ਕਰਦੇ ਹੋ ਐਜ਼ ਅ ਸਾਈਕਾਇਟ੍ਰਿਸਟ ਉਮ ਕਿਸ ਤਰ੍ਹਾਂ ਦੇ ਲਾਈਫ ਲੌਂਗ ਜ਼ਿੰਦਗੀ ਭਰ ਦੇ 네ਗੇਟਿਵ ਇੰਪੈਕਟਸ ਉਮ ਵੇਖਣ ਨੂੰ ਮਿਲਦੇ ਐ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਹੈ ਇਸ ਚੀਜ਼ ਦਾ ਅਸੀਂ ਜਦੋਂ ਇੱਕ ਸਾਈਕੀਆਟ੍ਰਿਕ ਹਿਸਟਰੀ ਲੈਂਦੇ ਆ ਜਾਂ ਪੇਸ਼ੈਂਟ ਨੂੰ ਦੇਖਦੇ ਆ ਅਸੀਂ ਉਸ ਹਿਸਟਰੀ ਪਹਿਲੀ ਵਾਰ ਨੂੰ ਮਿਲ ਮਿਲ ਕੇ ਅਸੀਂ ਪੁੱਛਦੇ ਹਾਂ ਕਿ ਤੁਹਾਨੂੰ ਕਦੀ ਵੀ ਸੈਕਸ਼ੂਅਲ ਅਬਿਊਜ਼ ਹੋਇਆ ਹੈ ਫਿਜ਼ਿਕਲੀ অর ਸੈਕਸ਼ੂਅਲੀ ਇਮੋਸ਼ਨਲੀ ਆਰ ਮੋਸਟ ਕਾਮਨਲੀ ਜਦੋਂ ਅਸੀਂ ਅੱਗੇ ਟ੍ਰੀਟਮੈਂਟਸ ਆਂਦੇ ਆ ਐਂਗਜ਼ਾਇਟੀ ਡਿਪਰੈਸ਼ਨ ਕਬਰਾਟ ਪੋਸਟ ਟ੍ਰੋਮੈਟਿਕ ਸਟ्रेस ਡਿਸਆਰਡਰ ਕਹਿਆ ਨੂੰ ਫਲੈਸ਼ਬੈਕਸ ਉਹਨਾਂ ਨੂੰ ਸੁਪਨੇ ਵਾਪਸ ਆਂਦੇ ਨੇ ਉਸ ਅਬਿਊਜ਼ ਦੇ ਬਾਰੇ ਜਾਂ ਉਹਨਾਂ ਨੂੰ ਲਾਊਡ ਨੌਇਜ਼ਸ ਤੋਂ ਡਰ ਲੱਗਦਾ ਹੈ ਉਸ ਬਿਮਾਰੀ ਨੂੰ ਅਸੀਂ ਪੋਸਟ ਟ੍ਰੋਮੈਟਿਕ ਸਟ्रेस ਡਿਸਆਰਡਰ ਕਹਿੰਦੇ ਹਾਂ ਐਂਡ ਬਹੁਤ ਲੋਕਾਂ ਨੂੰ ਲਾਈਕ ਲੋ ਸੈਲਫ ਐਸਟੀਮ ਇਸ਼ੂਸ ਉਹਨਾਂ ਨੂੰ ਅੱਗੇ ਮਤਲਬ ਜਿਸ ਤਰ੍ਹਾਂ ਕਿ ਅਗਰ ਕੋਈ ਰਿਲੇਸ਼ਨਸ਼ਿਪ ਚ ਜਾਣਾ ਹੈ ਔਰ ਉਹਨਾਂ ਨੂੰ ਸੈਕਸ਼ੂਅਲ ਜਾਂ ਫਿਜ਼ੀਕਲ ਜਾਂ ਇਮੋਸ਼ਨਲ ਅਬਿਊਜ਼ ਹੋ ਚੁੱਕਾ ਹੈ ਉਹਨਾਂ ਨੂੰ ਅੱਗੇ ਇੱਕ ਹੈਲਥੀ ਹੈਲਥੀ ਲਾਈਫ ਬਣਾਉਣ ਵਾਸਤੇ ਮੁਸ਼ਕਿਲ ਆਂਦੀ ਹੈ ਇੱਕ ਇੰਟਿਮੀਟ ਅੱ ਲਾਈਕ ਲਾਈਫ ਬਣਾਉਣ ਵਾਸਤੇ ਉਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ ਨੇ ਔਰ ਉਹਨਾਂ ਨੂੰ ਲਾਈਫ ਲੌਂਗ ਕਦੀ ਦਵਾਈ ਜਾਂ ਥੈਰੇਪੀ ਲੈਣੀ ਪੈਂਦੀ ਹੈ ਡਾਕਟਰ ਬੀਬਾ ਯੂ ਨੋ ਫਾਰ ਦ ਸੇਕ ਆਫ ਕੇ ਸਾਡੇ ਵੱਲੋਂ ਇੱਕ ਤਰਫ ਦੀ ਗੱਲ ਨਾ ਹੋਏ ਸਾਡੀ ਟੀਮ ਵੀ ਡਿਡ ਰੀਚ ਆਊਟ ਟੂ ਗੁਰਦਰਸ਼ਨ ਸਿੰਘ ਉਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵੱਲੋਂ ਤੁਸੀਂ ਇੱਕ ਸਟੇਟਮੈਂਟ ਸਾਡੇ ਨਾਲ ਸ਼ੇਅਰ ਕਰ ਸਕਦੇ ਤੁਹਾਡੀ ਗੱਲ ਹੋਈ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਪਲੀਜ਼ ਮੈਂ ਇਹ ਚੀਜ਼ ਬੋਲਣਾ ਚਾਹੁੰਦੇ ਆ ਕਿ ਅਸੀਂ ਅੱਜ ਇਸ ਡਿਸਕਸ਼ਨ ਨੂੰ ਲੈ ਕੇ ਆਏ ਆ ਕਿਸੇ ਨੂੰ ਅਸੀਂ ਬਲੇਮ ਕਰਨ ਵਸਤੇ ਨਹੀਂ ਲੈ ਕੇ ਆਏ ਬਿਕਾਜ਼ ਉਥੇ ਲਾਅ ਦਾ ਮਤਲਬ ਲਾਅ ਦਾ ਰੋਲ ਸੀ ਉਹਨਾਂ ਨੂੰ ਅਗਰ ਕਨਵਿਕਸ਼ਨ ਹੋਈ ਹੈ ਜਾਂ ਹੋਣੀ ਹੈ ਜਾਂ ਜੋ ਵੀ ਹੈ ਉਥੇ ਲੀਗਲ ਜਸਟਿਸ ਸਿਸਟਮ ਕਾਰਿਆ ਹੈ ਅਸੀਂ ਇੱਥੇ ਆਏ ਆ ਅਵੇਅਰਨੈਸ ਲੈ ਕੇ ਆਉਣ ਵਸਤੇ ਐਜੂਕੇਸ਼ਨ ਲੈ ਕੇ ਆਉਣ ਵਸਤੇ ਔਰ ਇਸ ਟਾਪਿਕ ਨੂੰ ਅਵੇਅਰਨੈਸ ਦਿਵਾਉਣ ਵਸਤੇ ਸੋ ਗੁਰਦਰਸ਼ਨ ਸਿੰਘ ਦੀ ਫੈਮਲੀ ਨੇ ਇੱਕ ਸਟੇਟਮੈਂਟ ਦਿੱਤੀ ਹੈ ਔਰ ਮੈਂ ਉਸ ਸਟੇਟਮੈਂਟ ਨੂੰ Parangi, exactly, uh, they said it was from 30 years ago. He's never had a past history of it, nor has he ever even had any affairs or anything like that. And we do not believe that he did it, but that it was a politically charged, uh, it was politically charged to get him out of power in that area since he was reasonably powerful at his job. He has never had any other case, etc. And there would have been more girls that came out to say their experience too if he was an offender. But there are none others. So we feel he was wrongly accused under pressure of the girl's parents. So, okay, I tell you the family said the family is not going ਉਨ੍ਹਾਂ ਦਾ ਕੋਈ ਪਹਿਲਾ ਕੇਸ ਨਹੀਂ ਸੀ ਇਸ ਤਰ੍ਹਾਂ ਦਾ ਔਰ ਨਾ ਉਹਨਾਂ ਨੂੰ ਬਲੀਵ ਹੈ ਕਿ ਉਹਨਾਂ ਦੇ ਗੁਰਦਰਸ਼ਨ ਸਿੰਘ ਨੇ ਇਹ ਕੀਤਾ ਹੈ ਉਹ ਕਹਿੰਦੇ ਨੇ ਕਿ politically ਕੋਈ وجہ ਸੀ ਜੋ ਉਹਨਾਂ ਨੂੰ ਉਸ ਉਹਨਾਂ ਦੀ ਬਹੁਤ ਹਾਈ ਪੋਜੀਸ਼ਨ ਸੀ ਗੁਰਦਾਰੇ ਵਿੱਚ ਉਹਨਾਂ ਨੂੰ ਕੱਟਣ ਵਾਸਤੇ ਇਹ ਸਟੋਰੀ ਬਣਾਈ ਗਈ ਸੀ ਔਰ ਉਹਨਾਂ ਨੇ ਇਹ ਵੀ ਸਟ੍ਰੈਸ ਕੀਤਾ ਹੈ ਕਿ ਅਗਰ ਇੱਕੋ ਹੀ ਕੇਸ ਸੀ ਔਰ ਅਗਰ ਉਹ ਵਾਕਈ ਅਬਿਊਜ਼ਰ ਸੀ ਤੇ ਬਹੁਤ ਕੁੜੀਆਂ ਆਈਆਂ ਬਾਹਰ ਆਂਦੀਆਂ ਹੋਰ ਵੀ ਕੇਸਸ ਹੁੰਦੇ ਮੈਂ ਇੱਥੇ ਹੀ ਇੱਕ ਪੁਆਇੰਟ ਬਣਾਉਣਾ ਚਾਹੁੰਦੀ ਆ ਅਮ ਸਭ ਤੋਂ ਪਹਿਲੇ ਆਫ ਕੌਰਸ ਜਸਟ ਹੈਲਪ ਲਾਈਨ ਅਗਰ ਤੁਸੀਂ ਇਸ ਚੀਜ਼ ਤੋਂ ਅਫੈਕਟਡ ਹੋ ਅਗਰ ਉਹ ਹੋਰ ਕੁੜੀਆਂ ਜਿਸ ਤਰ੍ਹਾਂ ਇਹ ਸਟੇਟਮੈਂਟ ਕਹਿ ਰਹੀ ਹੈ ਉਮ ਸੁਣ ਰਹੇ ਸੁਣ ਰਹੇ ਸਾਨੂੰ ਤੁਸੀਂ ਜ਼ਰੂਰ ਸਾਡੇ ਨਾਲ ਕਨੈਕਟ ਕਰੋ ਬਟ ਯੂ نو ਇਸ ਸਾਰਿਆਂ ਨੂੰ ਪੁੱਛਣਾ ਚਾਹੀਦਾ ਹੈ ਜੋ ਇਸ ਪਰਿਵਾਰ ਦੇ ਨਾਲ ਹੋਇਆ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀ ਕਿ ਕਿਸ ਤਰ੍ਹਾਂ ਇਹਨਾਂ ਦਾ ਟ੍ਰੀਟਮੈਂਟ ਇਸ ਚੀਜ਼ ਨੂੰ ਡਿਸਕਵਰ ਕਰਨ ਤੋਂ ਬਾਅਦ ਗੁਰਦੁਆਰੇ ਦੀ ਕਮੇਟੀ ਤੋਂ ਕਮਿਊਨਿਟੀ ਤੋਂ ਜਿਸ ਤਰ੍ਹਾਂ ਦਾ ਉਹਨਾਂ ਨੂੰ ਟ੍ਰੀਟਮੈਂਟ ਮਿਲਿਆ ਅਗਰ ਹੋਰ ਕੁੜੀਆਂ ਆਂਦੀ ਵੀ ਉਹਨਾਂ ਦੇ ਨਾਲ ਕੀ ਹੁੰਦਾ ਇਟਸ ਨਾ ਲਾਈਕ ਦੇ ਵੇਰ ਇਨਕਰੇਜ ਕਿ ਤੁਸੀਂ ਆ ਕੇ ਖੁੱਲੇ ਤਰੀਕੇ ਨਾਲ ਗੱਲ ਕਰੋ ਤੁਹਾਡੇ ਇਸ ਰੋਂਗ ਨੂੰ ਆਪਾਂ ਰਾਈਟ ਕਰਾਂਗੇ ਸੋ ਅਗਰ ਇਹ ਸੱਚ ਗੱਲ ਤੁਹਾਨੂੰ ਐ ਅਸੀਂ ਦੱਸਣਾ ਚਾ ਰਹੇ ਹਾਂ ਕਿ ਅਗਰ ਤੁਹਾਡੇ ਨਾਲ ਐ ਹੋਇਆ ਹੈ ਜਾਂ ਕੋਈ ਵੀ ਹੋਰ ਕੁੜੀਆਂ ਨਾਲ ਐਫਰਜੀ ਕੇਸਸ ਹੋਏ ਨੇ ਮੁੰਡਿਆਂ ਨਾਲ ਜਾਂ ਕੁੜੀਆਂ ਨਾਲ ਪਲੀਜ਼ ਸਾਹਮਣੇ ਆਓ ਬਿਕਾਜ਼ ਤੁਸੀਂ ਤੁਹਾਡੇ ਨਾਲ ਜੋ ਹੋ ਚੁੱਕਾ ਹੈ ਉਹ ਦੁਬਾਰਾ ਕਿਸੇ ਹੋਰ ਨਾਲ ਨਾ ਹੋਵੇ ਕੋਈ ਹੋਰ ਬੱਚੇ ਨਾਲ ਨਾ ਹੋਵੇ ਕੋਈ ਹੋਰ ਇੰਡੀਵਿਜੂਅਲ ਐਂਡ ਇਟਸ ਇਨੋਗਰਫਾ ਗੱਲ ਕਰ ਰਹੇ ਹਾਂ ਆਫਕੋਰਸ ਤੁਸੀਂ ਕਵਰ ਹਾਂਜੀ ਇਟਸ ਨਾਟ ਗੁੱਡ ਇਨਾਫ ਐਗਜ਼ੈਕਟਲੀ ਕਿ ਕਿਉਂਕਿ ਕੋਈ ਹੋਰ ਬਾਹਰ ਨਹੀਂ ਆਇਆ ਇਸ ਕੁੜੀ ਤੇ ਅਸੀਂ ਵਿਸ਼ਵਾਸ ਨਾ ਕਰੀਏ ਦੈਟਸ ਡੈਫੀਨਿਟਲੀ ਅ ਨੋ ਨੋ ਯਾ ਬਿਕੋਜ਼ ਵਿਕਟਮ ਨੋ ਤੇ ਬਲੀਫ ਪਹਿਲੀ ਚੀਜ਼ ਹੈ ਕੋਈ 0.1% ਹੋਣਾ ਜਿਹੜਾ ਕਿ ਕੋਈ ਫਾਇਦੇ ਵਾਸਤੇ ਕਰਦੇ ਕਿਹੜਾ ਬੰਦਾ ਆਏਗਾ ਬਾਹਰ Yeah. it's a, needs a lot of courage for the child or even the parents mm -hmm. or family to come out and say this mm -hmm. ਆਈ ਥਿੰਕ ਰਾਦਰ ਉਹਨਾਂ ਨੂੰ ਆਈ ਮੀਨ ਇਟਸ ਇਟਸ ਉਹਨਾਂ ਦੀ ਬਾਅਦ ਫੜਨੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਨਾਟ ਓਨਲੀ ਦਿਸ ਫੈਮਲੀ ਬਟ ਐਨੀ ਫੈਮਲੀ ਹੂ ਡੇਅਰਸ ਟੂ ਡੂ ਦਿਸ ਯਾ ਯਾ ਐਂਡ ਤੁਸੀਂ ਦੇਖੋ ਇੱਕ ਤਰਫ ਤੁਹਾਡੇ ਨਾਲ ਹਾਦਸਾ ਹੋਇਆ ਇਨਜਸਟਿਸ ਹੋਇਆ ਦੂਜੀ ਤਰਫ ਤੁਸੀਂ ਉਸ ਚੀਜ਼ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਉਲਟਾ ਲੋਕੀ ਗਿਰਾ ਰਿਹਾ ਹੈ ਆਮ देयर इज अ लॉट ਟੂ ਡਿਸਕਸ ਹੇਅਰ ਪ੍ਰੋਗਰਾਮ ਬਿਲਕੁਲ ਲਾਈਵ ਤਰਨਲ ਪੇਸ਼ ਕਰਦੇ ਰਵਾਂਗੇ ਰੁਕ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਇਕ ਤਬਾਦ ਸਾਰਿਆਂ ਦਾ ਸਵਾਗਤ ਹੈ ਗੱਲ ਹੋ ਰਹੀ ਹੈ ਸਾਡੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਆਪਾਂ ਹੋਰ ਅੱਗੇ ਵਧਾ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ ਕੱਢ ਕੇ ਜੋ ਸਾਨੂੰ ਪਿੱਛੇ ਖਿੱਚ ਰਹੀਆਂ ਜੋ ਸਾਡੇ ਨੌਜਵਾਨਾਂ ਨੂੰ ਹਾਰਮ ਕਰ ਰਹੀਆਂ ਯੂ نو ਇੱਥੇ ਸਾਨੂੰ ਜ਼ਰੂਰ ਲੀਡਰਸ਼ਿਪ ਦੀ ਗੱਲ ਕਰਨੀ ਚਾਹੀਦੀ ਹੈ ਬਿਕੋਜ਼ ਜਦੋਂ ਤੁਸੀਂ ਸੋਚਦੇ ਹੋ ਬੱਚਿਆਂ ਨੇ ਕੌਣ ਕੌਣ ਉਹਨਾਂ ਦੇ ਉਹਨਾਂ ਦੇ ਸਹਾਰੇ ਬੰਦੇ ਉਹਨਾਂ ਦੇ ਮਾਪਿਓ ਉਨਾ ਦੇ ਗੁਰਦੁਆਰੇ ਦੇ ਰਾਗੀ ਜਥੇ ਕੀਰਤਨੀਏ ਪਾਠੀ ਇਤੇ ਜੋ ਸਾਡੇ ਕਮਿਊਨਿਟੀ ਦੇ ਲੀਡਰਸ ਹਨ ਬਟ ਇਸ ਕੇਸ ਦੇ ਵਿੱਚ ਖਾਸ ਕਰਕੇ ਲੀਡਰਸ਼ਿਪ ਦਾ ਬਿਲਕੁਲ ਫੇਲਿਅਰ ਹੋਇਆ ਮੈਂ ਤੁਹਾਨੂੰ ਪੁੱਛ ਰਹੀ ਹਾਂ ਤੁਸੀਂ ਕਾਲ ਕਰਕੇ ਆਪਣੇ ਵਿਊ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਗਰ ਤੁਹਾਡੀ ਕਮਿਊਨਿਟੀ ਵਿੱਚ ਤੁਹਾਡੇ ਗੁਰਦੁਆਰੇ ਵਿੱਚ ਇਹੋ ਜੀ ਚੀਜ਼ ਹੁੰਦੀ ਹੈ ਤੁਹਾਡਾ ਕੀ ਰੋਲ ਬੰਦਾ ਹੈ ਤੁਹਾਡੀ ਕੀ ਐਕਸਪੈਕਟੇਸ਼ਨਸ ਹਨ ਉਹ ਲੀਡਰਾਂ ਦੇ ਨਾਲ ਜੋ ਇਨ ਪੋਜੀਸ਼ਨਸ ਲਈ ਲੜ ਲੜ ਕੇ ਇਹਨਾਂ ਨੂੰ ਹਾਸਲ ਕਰਦੇ ਆ ਉਹਨਾਂ ਦਾ ਕੀ ਰੋਲ ਬੰਦ ਹੈ ਜਦੋਂ ਇਹੋ ਜੀ ਚੀਜ਼ ਹੁੰਦੀ ਹੈ ਡਾਕਟਰ ਸੁਮਨ ਸਾਡੀ ਗੱਲ ਹੋ ਰਹੀ ਸੀ ਕਿ ਲੀਡਰਸ਼ਿਪ ਦਾ ਇੱਥੇ ਕਿਸ ਤਰ੍ਹਾਂ ਦਾ ਫੇਲਿਅਰ ਹੋਇਆ ਤੁਹਾਡਾ ਕੀ ਖਿਆਲ ਹੈ ਇਸ ਸਿਚੁਏਸ਼ਨ ਨੂੰ ਲੈ ਕੇ ਸ਼ਮਿਤਾ ਜੀ ਬਹੁਤ ਕਲੀਅਰ ਆ ਕਿਉਂਕਿ ਉਹਨਾਂ ਦੇ ਫਾਦਰ ਨੇ ਇਹਨਾਂ ਕਲੀਅਰਲੀ ਕਿਹਾ ਕਿ ਮੈਂ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤੇ ਲੀਡਰਸ਼ਿਪ ਨੇ ਇਹ ਗੱਲ ਹਾਈਡ ਕੀਤੀ ਜਾਂ ਉਹਨਾਂ ਨੇ ਉੱਤੇ ਚਾਦਰ ਪਾਉਣ ਦੀ ਕੋਸ਼ਿਸ਼ ਕੀਤੀ ਐ ਡਾਕਟਰ ਸਾਈਮਨ ਉਹਨਾਂ ਨੂੰ ਲਾਈਕ ਕਨਵਿਕਸ਼ਨ ਹੋ ਵੀ ਚੁੱਕੀ ਸੀ ਫਿਰ ਵੀ ਉਹਨਾਂ ਨੂੰ ਗੁਰਦੁਆਰੇ ਵਿੱਚ ਇਹ ਰੋਲ ਦਿੱਤਾ ਗਿਆ ਐਂਡ ਸੰਗਤ ਨੇ ਵੀ ਪਤਾ ਨਹੀਂ ਕਿੰਨਾ ਸਾਥ ਦਿੱਤਾ ਜਾਂ ਨਹੀਂ ਦਿੱਤਾ ਮੈਂ ਤੇ ਇਹੋ ਕਹੂੰਗਾ ਕਿ ਇਹ ਗੁਰਦੁਆਰਾ ਜਿੱਥੇ ਇਹ ਕੁਝ ਹੋ ਰਿਹਾ ਜਿੱਥੇ ਸਾਨੂੰ ਇੱਕ ਇਹ ਕਿਦਾਂ ਤੁਸੀਂ ਪਹਿਲੀ ਗੱਲ ਤੇ ਉਹ ਲੀਡਰ ਲੀਡਰ ਨਹੀਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਜਿਹੜੇ ਲੋਕਾਂ ਨੇ ਇਹ ਚੀਜ਼ ਸਿਪਾਈ ਆ ਉਹ ਪਰਿਵਾਰ ਤੇ ਇੰਨਾ ਪ੍ਰੈਸ਼ਰ ਵਧਾਉਣ ਦੀ ਕੋਸ਼ਿਸ਼ ਕੀਤੀ ਆ ਇਹੋ ਜੀ ਚੀਜ਼ ਹੋਈ ਹੋਵੇ ਮਤਲਬ ਕਿ ਲੋਕ ਇੱਕ ਵਾਰੀ ਸੋਚਣ ਜਿਹੜੇ ਕਹਿੰਦੇ ਨਾ ਕਿ ਉਹ ਕੁੜੀ ਨੇ ਝੂਠ ਬੋਲਿਆ ਜਾਂ ਉਹ ਇਹ ਸੋਚਣ ਕਿ ਕੱਲ ਜੇ ਉਹਨਾਂ ਦੀ ਧੀ ਦੇ ਨਾਲ ਇਹ ਕੁਝ ਹੋ ਗਿਆ ਜੇ ਉਹ ਨਾਜ ਬੋਲੇ ਉਹਨਾਂ ਦੀ ਧੀ ਦੇ ਨਾਲ ਉਹਨਾਂ ਦੀ ਗ੍ਰੈਂਡ ਡਾਟਰ ਦੇ ਨਾਲ ਹੋ ਸਕਦਾ ਫਿਰ ਉਹ ਕੀ ਕਹਿਣਗੇ ਆਪਣੇ ਆਪ ਤੇ ਲਾ ਕੇ ਵੇਖੋ ਕਿ ਮੇਰੇ ਨਾਲ ਇਹ ਜੇ ਚੀਜ਼ ਹੋਵੇ ਤੇ ਮੈਂ ਪ੍ਰੂਫ ਮੰਗੂਗਾ ਉਦੋਂ ਮੈਂ ਉਹ ਕਹੂੰਗਾ ਕਿ ਹਾਂ ਉਹਨੇ ਇੱਕ ਨੂੰ ਕੀਤਾ ਦੂਜੀ ਨੂੰ ਕੀਤਾ ਕਿ ਨਹੀਂ ਕੀਤਾ ਲੀਡਰਸ਼ਿਪ ਟੋਟਲ ਫੇਲਿਅਰ ਆ ਮੈਨੂੰ ਲੱਗਦਾ ਹਰ ਇੱਕ ਜਿਹੜੇ ਉਹ ਬੋਰਡ ਮੈਂਬਰਸ ਆ ਉਹ ਗੁਰਦੁਆਰੇ ਵਿੱਚ ਜਿਹੜੇ ਜਿਨ੍ਹਾਂ ਨੂੰ ਇਹ ਚੀਜ਼ ਦਾ ਪਤਾ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਭਾਵੇਂ ਉਹ ਜਸ ਪੰਜਾਬੀ ਤੇ ਆਉਣ ਜਾਂ ਜਿੱਥੇ ਦਾ ਵੀ ਉਹਨਾਂ ਦਾ মিডিਅਮ ਆ ਉਹ ਜਵਾਬ ਦੇਣ ਉਹਨਾਂ ਨੇ ਕਿਉਂ ਨਹੀਂ ਉਦੋਂ ਸਟੈਪ ਲਏ ਕਿਉਂਕਿ ਇਹ ਇਹ ਨਿਰਾ it it's a crime it simply first crime ne, to cut uh, so they did so gurdwara sahib to a uh, uh, statement release hui si social media te is hafte um uh, kafi lambi statement sigi main tonu puri statement nahi dikhavangi but ode vich eh keya unanne basically ke agar sanu ajj jo pata hai us vele pata hunda te appa vakhre decision le lende ya gurdarshan singh nu 20 ਸਾਲਾਂ ਲਈ ਆਪਣੇ ਗੁਰਦੁਆਰੇ ਵਿੱਚ ਨਹੀਂ ਰੱਖਦੇ ਬਟ ਐਟ ਦੀ ਐਂਡ ਆਫ ਦਿ ਡੇ ਜੋਇਤ ਦਾ ਕਾਨੂੰਨ ਹੈ ਇੱਥੇ ਦੇ ਕਾਨੂੰਨ ਨੇ ਇੱਕ ਚੀਜ਼ ਤੇ ਫੈਸਲਾ ਕਰ ਲਿਆ ਬੰਦਾ ਕਨਵਿਕਟਡ ਸੀਗਾ 4th ਡਿਗਰੀ ਚਾਈਲਡ ਅਬਿਊਸ ਤੇ ਫਿਰ ਵੀ ਉਹਨੂੰ ਰੱਖੇ ਛੱਡਿਆ ਐਂਡ ਜਿਸ ਤਰ੍ਹਾਂ ਪੇਰੈਂਟਸ ਦੀ ਜੋ ਸਟੋਰੀ ਹੈ ਜੋ ਉਹ ਹੁਣ 20 ਸਾਲਾਂ ਬਾਅਦ ਦੱਸ ਰਿਹਾ ਹੈ ਲੱਗਦਾ ਨਹੀਂ ਕਿ ਉਸ ਵੇਲੇ ਉਹ ਸਟੋਰੀ ਹੋਰ ਵੀ ਪਾਵਰਫੁਲ ਹੋਣੀ ਹੈ ਤੇ ਉਹਨਾਂ ਨੇ ਉਹ ਸਟੋਰੀ ਦੱਸੀ ਹੋਣੀ ਹੈ ਆਈ ਮੀਨ ਆਈ ਡੋਨਟ ਅੰਡਰਸਟੈਂਡ ਆਫ ਕੋਰਸ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਪਰਿਵਾਰ ਇਸ ਵਿਕਟਮ ਦਾ ਸਾਨੂੰ ਕੱਲ ਜੁਆਇਨ ਕਰ ਰਿਹਾ ਇੱਕ ਸਪੈਸ਼ਲ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਉਹਨਾਂ ਤੋਂ ਡਾਇਰੈਕਟਲੀ ਸੁਣ ਸਕਦੇ ਹੋ ਕੀ ਉਹਨਾਂ ਤੇ ਬੀਤੀ ਬਟ ਯੂ نو ਜਦੋਂ ਇਹੋ ਜੀ ਗੱਲ ਹੁੰਦੀ ਹੈ ਸਾਨੂੰ ਕੁਐਸਚਨ ਕਰਨਾ ਚਾਹੀਦਾ ਕਿ ਲੀਡਰਸ਼ਿਪ ਦਾ ਕੀ ਰੋਲ ਹੈ ਸਾਡੇ ਨਾਲ ਕਾਲਰਸ ਜੁੜ ਚੁੱਕੇ ਐਸ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਸਿਕਾ ਜੀ ਮੈਂ ਨਿਕਵਾੜ ਸਸਿਕਾ ਨਿਕ ਜੀ ਵੈਲਕਮ ਟੂ ਦ ਸ਼ੋਅ ਦ ਸੋਕੀ ਤੁਹਾਡੇ ਵਿਚਾਰ ਹਨ ਹਾਂ ਜੀ ਮੈਂ ਤੁਹਾਡੇ ਇਹੀ ਇਸ ਪਰਿਵਾਰ ਦਾ ਹਿੱਸਾ ਤੇ ਗੱਲ ਜਦੋਂ ਇਸ ਤਰ੍ਹਾਂ ਦੀ ਹੁੰਦੀ ਆ ਕੋਈ ਵੀ ਆ ਤਾਂ ਮੈਂ ਦੇਖ ਰਿਹਾ ਪ੍ਰੋਗਰਾਮ ਮੈਂ ਉਹ ਵੀਡੀਓ ਵੀ ਦੇਖੀ ਆ YouTube ਵੀਡੀਓ ਵੀ ਦੇਖੀ ਆ ਤੇ ਸਾਰਾ ਕੁਝ ਦੇਖਿਆ ਵਾ ਉਸ ਦੇ ਵਿੱਚ ਜਿੱਥੇ ਵਿਚਾਰ ਮੇਰੇ ਮਨ ਦੇ ਵਿੱਚ ਆਉਂਦਾ ਵਾ ਆਪਾਂ ਜੇ ਗੱਲ ਕਰਦੇ ਆ ਇਸ ਕਿੱਡੀ ਜਗਾ ਤੇ ਹੋਇਆ ਵਾ ਕਿਉਂ ਹੋਇਆ ਵਾ ਉਸ ਤੋਂ ਪਰੇ ਚੱਲ ਕੇ ਜਦੋਂ ਆਪਾਂ ਗੱਲ ਕਰਦੇ ਆ ਕਿ ਇਹ ਜਿਹੜੀ ਚੀਜ਼ ਆ ਇਹ ਨਹੀਂ ਹੋਣੀ ਚਾਹੀਦੀ ਆ ਕਿ ਜਦੋਂ ਕੋਈ ਵੀ ਆ ਇਸ ਇਸ ਚੀਜ਼ ਦਾ ਜ਼ਿੰਮੇਵਾਰ ਆ ਆਈ ਸ਼ੁੱਡ ਪੁੱਟ ਮਾਈ ਸੈਲਫ ਜਾਂ ਮੈਂ ਕਹਾਂ ਕਿ ਮੇਰੇ ਤੋਂ ਕੋਈ ਵੱਡਾ ਵਾ ਮੈਂ ਸਾਡੇ ਘਰ ਦਾ ਕੋਈ ਮੈਂਬਰ ਆ ਕੋਈ ਵੀ ਇਹੋ ਜੀ ਗਲਤੀ ਕਰਦਾ ਵਾ ਅਸ਼ਲੀਲ ਹਰਕਤ ਕਰਦਾ ਵਾ ਤੇ ਉਹਨੂੰ ਸਾਨੂੰ ਇੱਕ ਉਹ ਮੋੜੀ ਨਹੀਂ ਬਣਾਉਣਾ ਚਾਹੀਦਾ ਹੁਣ ਪਿੱਛੇ ਰੱਖਣਾ ਚਾਹੀਦਾ ਦੁਬਾਰਾ ਉਸ ਜਗ੍ਹਾ ਤੇ ਕਿਉਂ ਨੇ ਇਸ ਦੇ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਜੀ ਯਾ ਯਾ ਡੈਫੀਨਿਟਲੀ ਥੈਂਕ ਯੂ ਤੁਹਾਡੇ ਸਵਾਲ ਲਈ ਬਹੁਤ ਇੰਪੋਰਟੈਂਟ ਸਵਾਲ ਸਾਨੂੰ ਸਾਰਿਆਂ ਨੂੰ ਪੁੱਛਣਾ ਚਾਹੀਦਾ ਮੈਂ ਇਹਦਾ ਜਵਾਬ ਦੇਣੇ ਚਾਹਤੋਂ ਕਿ ਉਹ ਕਿਉਂ ਰਹਿ ਆ ਮੈਨੂੰ ਲੱਗਦਾ ਇਹ ਆਪਣੀ ਬਿਮਾਰੀ ਨਾ ਪੰਜਾਬ ਤੋਂ ਲੈ ਕੇ ਆਏ ਆ ਆਪਾਂ ਹੁਣ ਉੱਥੇ ਆਪਾਂ ਆਦੀ ਹੋ ਗਏ ਆ ਪੋਲਿਟਿਸ਼ੀਅਨਸ ਦੇ ਉੱਥੋਂ ਦੇ ਜਿਹੜੇ ਲੀਡਰ ਆ ਜਿਨ੍ਹਾਂ ਨਾਲ ਜਿਹਨਾਂ ਨੂੰ ਆਪਾਂ ਕਹਿੰਨੇ ਜੀ ਸਾਡੇ ਲੀਡਰ ਆ ਉਹ ਝੂਠ ਵੀ ਬੋਲਦੇ ਆ ਉਹ ਗਲਤੀਆਂ ਵੀ ਕਰਦੇ ਫਿਰ ਓਪੋਜੀਸ਼ਨਾਂ ਵੀ ਰੱਖਦੇ ਆ ਹੂੰ ਹੂੰ ਇਹ ਕੈਂਪੀ ਨੇ ਕੈਨੇਡਾ ਉਹਨਾਂ ਨੇ ਮੈਨੂੰ ਦੱਸੀ ਗੱਲ ਹੁੰਦਾ ਅਹੀਂ ਜੇ ਇੱਕ ਵੀ ਝੂਠ ਬੋਲੀ ਹੈ ਨਾ ਤੇ ਸਾਨੂੰ ਰਿਜ਼ਾਈਨ ਕਰਨਾ ਪੈਣਾ ਉਹਨਾਂ ਨੂੰ ਪਤਾ ਬਾਹਰਲੇ ਦੇਸ਼ਾਂ 'ਚ ਸ਼ਾਇਦ ਉਹ ਕਾਉਂਟੇਬਿਲਟੀ ਆਪਾਂ ਨਾ ਉਹੀ ਪੰਜਾਬ ਵਾਲੀ ਇੱਥੇ ਤੇ ਮੈਂ ਕਿੰਨਾ ਕਿ ਉਹ ਚੀਜ਼ ਕਿਤੇ ਜਰਨਲ ਫੜ ਲੇ ਕਿਤੇ ਆਪਾਂ ਇਹਨੂੰ ਆਤਨਾ ਬਣਾ ਲਈਏ ਬਾਕੀ ਗੁਰਦੁਆਰੇ 'ਚ ਇਹ ਮੈਸੇਜ ਨਾ ਚੱਲ ਜੇ ਕਿ ਹਾਂ ਗਲਤੀ ਕਰਾਂਗੇ ਤੇ ਇਦਾਂ ਹੀ ਚੱਲਦਾ ਰਹੂਗਾ ਜਿਹੜੇ ਉਹ ਬੋਰਡ ਮੈਂਬਰ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਭਾਵੇਂ ਉਹ ਮੈਂ ਨਹੀਂ ਕਹਿੰਦਾ ਪੁਛਤ ਹੋਵੇ ਸਿੱਖ ਕਮਿਊਨਿਟੀ ਵੱਲੋਂ ਹੋਣੀ ਚਾਹੀਦੀ ਹੈ ਆਪਣੇ ਵੱਲੋਂ ਹੋਣੀ ਚਾਹੀਦੀ ਹੈ ਅਸੀਂ ਉਹ ਗੁਰਦੁਆਰੇ ਜਾਣਾ ਬੰਦ ਕਰ ਦਈਏ ਜਿੱਥੇ ਕੁਝ ਹੋਇਆ ਆਈ ਥਿੰਕ ਕਿ ਬੜਾ ਸੌਰੀ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਇਹ ਨਹੀਂ ਕਿ ਇੱਕ ਗੁਰਦੁਆਰੇ ਵਾਲੇ ਨੇ ਕੱਢਿਆ ਤੇ ਦੂਸਰਾ ਗੁਰਦੁਆਰੇ ਵਾਲੇ ਨੇ ਨਹੀਂ ਇਹ ਬਹੁਤ ਵੱਡੀ ਚੀਜ਼ ਆਮ ਸੋ ਗਲੈਡ ਅਰਵਿੰਦ ਜੀ ਤੁਸੀਂ ਕਿਹਾ ਕਿ ਸਾਡੀ ਜਾਣਕਾਰੀ ਜਦੋਂ ਇਸ ਕੇਸ ਦੇ ਵਿੱਚ ਸ਼ੁਰੂ ਹੋਈ ਸਾਨੂੰ ਅਨਫੋਰਚਨਟਲੀ ਪਤਾ ਲੱਗਿਆ ਕਿ ਇਹੋ ਜੀ ਚੀਜ਼ਾਂ ਹੁੰਦੀ ਰਹਿੰਦੀਆਂ ਕਿ ਇਸ ਤਰ੍ਹਾਂ ਦੇ ਕੁਝ ਬੈਡ ਐਕਟਰਸ ਇੱਕ ਗੁਰਦੁਆਰੇ ਤੋਂ ਕੱਢੇ ਜਾਂਦੇ ਆ ਉਹਨਾਂ ਨੂੰ ਕਿਸੇ ਹੋਰ ਗੁਰਦੁਆਰੇ ਜਾ ਕੇ ਨੌਕਰੀ ਮਿਲ ਜਾਂਦੀ ਉਹਨਾਂ ਨੂੰ ਦੂਰ ਵੀ ਨਹੀਂ ਜਾਣਾ ਪੈਂਦਾ ਕਿਸੇ ਹੋਰ ਤੁਸੀਂ ਲਾਗੇ ਦੀ ਸਟੇਟ ਵਿੱਚ ਚਲ ਜਾਓ ਕੋਈ ਅਕਾਉਂਟੇਬਿਲਟੀ ਨਹੀਂ ਹੈ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਆ ਜਦੋਂ ਤੁਸੀਂ ਗੁਰਦੁਆਰੇ ਕਮੇਟੀ ਦੇ ਇਲੈਕਸ਼ਨਾਂ ਲਈ ਖੜੇ ਹੁੰਦੇ ਹੋ ਵੋਟ ਪਾਉਂਦੇ ਹੋ ਕਿ ਇਹ ਪ੍ਰਧਾਨ ਬਣੂਗਾ ਇਹ ਸਕੱਤਰ ਬਣੂਗਾ ਤੁਸੀਂ ਕਿਸ ਤਰ੍ਹਾਂ ਦੇ ਕ੍ਰੈਡੈਂਸ਼ੀਅਲਸ ਐਕਸਪੈਕਟ ਕਰਦੇ ਹੋ ਕਿ ਇਨ ਇੰਡੀਵਿਜੂਅਲਸ ਦੇ ਹੋਣ ਉਹ ਉਹਨਾਂ ਦੀ ਜੋ ਡਿਸੀਜਨ 메ਕਿੰਗ ਹੈ ਉਹਦੇ ਤੇ ਕਿਸ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਆਬਲੀਗੇਸ਼ਨਸ ਆਪਾਂ ਸੰਗਤ ਦੇ ਤਰਫੋਂ ਪਾਉਂਦੇ ਆਂ ਰਾਈਟ ਅਗਰ ਕੋਈ ਐਗਜ਼ੀਕਿਟਿਵ ਡਾਇਰੈਕਟਰ ਕਿਸੇ ਆਰਗੇਨਾਈਜੇਸ਼ਨ ਦਾ ਕੋਈ ਵੀ ਡਿਸੀਜਨ ਲੈਂਦਾ ਹੈ ਤਾਂ ਉਸ ਨੂੰ ਉਹਨਾਂ ਨੂੰ ਆਨਸਰ ਕਰਨੇ ਪੈਂਦੇ ਆ ਉਸ ਉਸ ਡਿਸੀਜਨ ਤੇ ਜਦੋਂ ਸਾਡੇ ਕੋਈ ਗੁਰਦੁਆਰੇ ਦਾ ਪ੍ਰਧਾਨ ਡਿਸੀਜਨ ਲੈਂਦਾ ਹੈ ਉਹ ਕਿਹਨਾਂ ਨੂੰ ਆਨਸਰ ਕਰਦਾ ਹੈ ਸੰਗਤ ਨੂੰ ਬਾਬਾ ਜੀ ਨੂੰ ਜਾਂ ਕਮੇਟੀ ਮੈਂਬਰਸ ਨੂੰ ਚੈਕਸ ਐਂਡ ਬੈਲੈਂਸਸ ਹੋਣੇ ਜ਼ਰੂਰੀ ਨੇ ਹਾਂ ਹਾਂ ਸੋ ਅਗਰ ਸੰਗਤ ਦੀ ਰਖਵਾਲੀ ਲਈ ਕਮੇਟੀ ਬਣਦੀ ਹੈ ਗੁਰਦੁਆਰੇ ਦੀ ਰਖਵਾਲੀ ਲਈ ਗੁਰਦੁਆਰੇ ਦੀ ਰਖਵਾਲੀ ਨਹੀਂ ਹੋ ਰਹੀ ਤੇ ਕਮੇਟੀ ਦਾ ਕੀ ਫਾਇਦਾ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਅੱਜ ਅਸੀਂ ਜੀ ਮੈਂ ਇਹ ਗੱਲ ਕਰਦਾ ਵੀ ਉਹ ਕੋਰੋਨਾ ਆਇਆ ਵੇਖ ਲਓ ਆਪਾਂ ਕਿੰਨੇ ਵੀ ਰੱਬ ਵੜਾ ਸਭ ਕੁਝ ਕਰਦਾ ਉਹਦੇ ਬਿਨਾਂ ਪਤਾ ਨਹੀਂ ਹੁੰਦਾ 1000 ਬੰਦਾ ਅਮਰੀਕਾ 'ਚ ਰੋਜ਼ ਮਰਦਾ ਤੇ ਇਹ ਰੱਬ ਹੋਵੇ ਤੇ ਉਹ ਸਾਨੂੰ ਬਚਾਰੇ ਸਕਦਾ ਰੱਬ ਕੁਝ ਸਾਡੀ ਕਾਰਡ ਗੱਡੀ ਦੀ ਰੱਬ ਦੀ ਤੇ ਸਾਨੂੰ ਆਪਣੀ ਹੈਲਪ ਆਪ ਕਰਨੀ ਪੈਣੀ ਜੀ 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 ਬਹੁਤ ਤੁਹਾਡਾ ਨਾਮ ਸਰ ਨੈਲ ਹਰਦੀਪ ਸਿੰਘ ਜੀ ਮੈਂ ਟਾਟਾ ਤੋਂ ਬੋਲਦਾ ਮੈਂ 20 ਸਾਲ ਨੂੰ ਯਾਰ ਨਹੀਂ ਰਿਹਾ ਇਹ ਮੈਨੂੰ 16 ਸਾਲ ਇੱਥੇ ਆਵੇ ਟਾਟਾ ਚਾਇਰ ਜੀ 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 ਨਾਲਕ ਦੇਵ ਜੀ ਦਾ ਮੈਸੇਜ ਏ ਉਸੀ ਥੈਂਕ ਯੂ ਸਰ ਆਈ ਵਾਂਟ ਟੂ ਮੈਂਸ਼ਨ ਵਨ ਮੋਰ ਥਿੰਗ ਤੁਸੀਂ ਕੋਰੋਨਾ ਵਾਇਰਸ ਦੀ ਗੱਲ ਕੀਤੀ ਔਰ ਬਹੁਤ ਜ਼ਰੂਰੀ ਫੈਕਟਸ ਸਾਡੇ ਕੇਸਸ ਐਸ ਅ ਸਾਈਕਾਇਟ੍ਰਿਸਟ ਸਾਡੇ ਜੋ ਸਾਨੂੰ ਪਤਾ ਚੱਲ ਰਿਹਾ ਹੈ क्योंकि आइसोलेशन हो रही है लो क्वारंटाइन चने करा चने जो सेक्सुअल अब्यूज और डोमेस्टिक वायलेंस सेक्सुअल अब्यूज के केसेस राइज़ बहुत ज्यादा राइज़ होते हैं बिकॉज़ हुन सारे कार दे विच इकट्ठे ने अगर कोई अब्यूज कर रहा है या कुछ हो रहा है गलत ਤੇ ਕਿਤੇ ਕੋਈ ਬਾਅਦ ਜਾ ਕੇ ਗੱਲ ધ ਐਂਗਜ਼ਾਇਟੀ ਇਸ অল ਟਾਈਮ ਹਾਈਸ ਅਟ ది ਐਂਡ ਆਫ ਦਿ ਡੇ ਗੱਲ ਇਹੀ ਵਾਪਸ ਆ ਜਾਂਦੀ ਹੈ ਨਾ ਕਿ ਸਾਡੇ ਹੱਥ ਹੈਗਾ ਕਿ ਆਪਾਂ ਆਪਣੇ ਆਪ ਨੂੰ ਤੇ ਆਪਣਿਆਂ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ ਹੈ ਰਾਈਟ ਸਾਡੇ ਗੁਰੂਆਂ ਨੇ ਸਾਨੂੰ ਗਾਈਡੈਂਸ ਦਿੱਤੀ ਹੈ ਬਟ ਉਹਨੂੰ ਅਪਣਾਉਣਾ ਤਾਂ ਸਾਡੇ ਤੇ ਆਂਦਾ ਹੈ ਰਾਈਟ ਅਗਰ ਜੋ ਗੁਰੂ ਦੇ ਬੰਦੇ ਹੈ ਉਹ ਇਹੋ ਜੀ ਹਰਕਤਾਂ ਕਰ ਸਕਦੇ ਹੈ ਤੇ ਆਮ ਆਈ ਡੋਨਟ ਨੋ ਐਨੀਬਾਡੀ ਕੈਨ ਡੂ ਇਟ ਆਹ ਕਾਲਰ ਨੇ ਭਾਈ ਨੇ ਬਹੁਤ ਸੋਹਣਾ ਮੈਸੇਜ ਦੱਸਿਆ ਕਿ ਰੱਬ ਜਿਹੜਾ ਸ਼ਾਇਦ ਸਾਡੇ ਹੀ ਬਣਾਇਆ ਮੈਨੂੰ ਮੈਂ ਕਿੰਨਾਂ ਪਰ ਮੈਂ ਇੰਨਾ ਕਿੰਨਾ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਜਿਹੜਾ ਮੈਸੇਜ ਮੈਂ ਗੁਰੂ ਨਾਨਕ ਦੇਵ ਜੀ ਤੋਂ ਫੇਰ ਲਿਆ ਆਵਾ ਆਪ ਮਿਹਨਤ ਕੀਤੀ ਆਪ ਖੇਤੀ ਕੀਤੀ ਪਹਿਲਾਂ ਸਿੱਖੇ ساری ਉਮਰ ਲਾਤੀ ਕਦੀ ਇੱਧਰ ਕਦੀ ਉੱਧਰ ਦಾಸੀਆਂ ਤੇ ਕਿੱਥੇ ਕਿੱਥੇ ਨਹੀਂ ਗਏ ਪਹਿਲਾਂ ਗਿਆਨ ਹਾਸਲ ਕੀਤਾ ਫਿਰ ਗਿਆਨ ਦਿੱਤਾ ਮੈਨੂੰ ਲੱਗਦਾ ਆਪਣੇ ਗੁਰਦੁਆਰਿਆਂ ਚ ਆਪਾਂ ਨੂੰ ਵੀ ਅਕਾਉਂਟੇਬਿਲਟੀ ਰੱਖਣੀ ਪਊਗੀ ਜਿਹੜੇ ਰਾਗੀ ਸਿੰਘ ਆਉਂਦੇ ਆ ਢਾਡੀ ਜੱਥੇ ਆਉਂਦੇ ਆ ਉਹਨਾਂ ਦੀ ਕੀ ਹੈ ਗ੍ਰੈਜੂਏਸ਼ਨ ਕਿ ਤੋਂ ਕੋਈ ਜਾਂ ਕਾਲਜ ਬੰਨ ਹੁਣ ਉੱਥੇ ਮੈਨੂੰ ਪਤਾ ਖਡੂਰ ਸਾਹਿਬ ਕਾਲਜ ਹੈਗਾ ਇੱਦਾਂ ਕਿੱਥੇ ਕਿੱਥੇ ਕਾਲਜ ਆ ਜਿੱਥੇ ਡਿਗਰੀ ਮਿਲਦੀ ਹੋਵੇ ਉਹ ਡਿਗਰੀ ਲੈ ਕੇ ਗੁਰਦੁਆਰਿਆਂ ਵਿੱਚ ਐਂਟਰ ਕਰ ਸਕਦੇ ਡਾਕਟਰ ਸਹਿਮਾਨ ਮੈਂ ਇੱਕ ਜ਼ਰੂਰੀ ਗੱਲ ਤੁਹਾਨੂੰ ਬੋਲਣਾ ਚਾਹਾਂਗੀ ਕਿ ਅਸੀਂ ਗੱਲ ਕਰ ਰਹੇ ਹਾਂ ਅਸੀਂ ਫੇਰ ਉਹ ਯੋ ਗੱਲ ਲੈ ਕੇ ਆ ਗਏ ਹਾਂ ਗੁਰਦੁਆਰੇ ਲੇਕਿਨ ਇਹ ਸਿਰਫ ਗੁਰਦੁਆਰਿਆਂ ਚ ਨਹੀਂ ਐ ਕਰਾਂ ਚ ਹੁੰਦਾ ਹੈ ਤੁਹਾਡੇ ਆਪਣੇ ਘਰ ਚ ਹੋ ਸਕਦਾ ਹੈ ਤੁਹਾਡੀ ਫੈਮਲੀ ਫੰਕਸ਼ਨਸ ਚ ਹੋ ਸਕਦਾ ਹੈ ਸੋ ਆਈ ਡੋਂਟ ਥਿੰਕ ਕਿ ਅਸੀਂ ਅਫੇਅਰ ਗੱਲ ਹੈ ਕਿ ਅਸੀਂ ਕਿਸੇ ਵੀ ਜਗਾ ਨੂੰ ਅਟੈਕ ਕਰ ਰਹੀ ਹੈ ਕਿ ਸਾਡੇ ਗੁਰਦੁਆਰੇ ਚ ਹੀ ਹੋ ਸਕਦਾ ਹੈ ਜਾਂ ਇਹ ਬਟ ਅਗਰ ਅਪਰਸੂ ਜਾਵ ਦੀ ਗੱਲ ਕਰੀਏ ਰਾਈਟ ਵੀ ਆਰ ਟਾਕਿੰਗ ਅਬਾਟ ਸੋਲੂਸ਼ਨਸ ਹੇਅ ਪ੍ਰੋਬਲਮਸ ਸਾਨੂੰ ਸਾਰਿਆਂ ਨੂੰ ਪਤਾ ਹੈ ਹੈਗੀ ਉਸ ਪ੍ਰੋਬਲਮ ਨੂੰ ਆਪਾਂ ਗੱਲ ਨਹੀਂ ਕਰ ਰਹੇ ਡੈਫੀਨਿਟਲੀ ਉਹਨੂੰ ਫਿਕਸ ਨਹੀਂ ਕਰ ਰਹੇ ਬਟ ਅਗਰ ਆਪਾਂ ਗੱਲ ਕਰਦੇ ਆ ਸੋਲੂਸ਼ਨਸ ਦੀ ਜਦੋਂ ਤੁਸੀਂ ਕਿਸੇ ਨਵੇਂ ਏਮਪਲੋਈ ਨੂੰ ਰੱਖਦੇ ਹੋ ਸਾਰੇ ਬਿਜ਼ਨਸ ਕਰਦੇ ਤੁਸੀਂ ਨਵੇਂ ਏਮਪਲੋਈ ਨੂੰ ਰੱਖਦੇ ਹੋ ਸਭ ਤੋਂ ਪਹਿਲਾਂ ਤੁਸੀਂ ਉਹਦਾ ਬੈਕਗ੍ਰਾਉਂਡ ਚੈੱਕ ਕਰਦੇ ਹੋ ਭਾਵੇਂ ਤੁਸੀਂ ਡਰੱਗ ਟੈਸਟ ਵੀ ਕਰਦੇ ਹੋ ਕਿ ਇਹ ਕਿਸੇ ਡਰੱਗੀ ਦੇ ਸਾਈਡ ਤੋਂ ਨਹੀਂ ਆ ਰਿਹਾ ਐਂਡ ਏਮਪਲੋਈ ਨੂੰ ਤੁਹਾਡੇ ਜੌਬ ਦੇ ਵਿੱਚ ਰੱਖਣ ਲਈ ਬੈਕਗ੍ਰਾਉਂਡ ਚੈੱਕ ਤੇ ਉਹਦੇ ਵਿੱਚ ਤਾਂ ਤੁਹਾਡੀ ਸਿਰਫ ਆਮ ਤੁਸੀਂ ਕਹਿ ਲਓ ਪੈਸੇ ਦੀ ਇਨਵੋਲਵਮੈਂਟ ਹੈ ਪੈਸਾ ਤੁਹਾਡਾ ਲਾਈਨ ਤੇ ਹੈ ਰਾਈਟ ਗੁਰਦੁਆਰੇ ਦੇ ਵਿੱਚ ਜਦੋਂ ਜਦੋਂ ਕਿਸੇ ਨੂੰ ਰੱਖਿਆ ਜਾਂਦਾ ਭਾਵੇਂ ਉਹ ਰਾਗੀ ਜੱਥੇ ਹੋਣ ਜਾਂ ਕੋਈ ਵੀ ਮੈਂਬਰ ਹੋ ਗੁਰਦੁਆਰੇ ਦੀ ਟੀਮ ਦਾ ਉਹਨਾਂ ਤੇ ਕਿਸ ਤਰ੍ਹਾਂ ਦੇ ਬੈਕਗ੍ਰਾਉਂਡ ਚੈਕਸ ਕਿਸ ਤਰ੍ਹਾਂ ਦੀ ਜਾਂਚਬੀਨ ਹੁੰਦੀ ਹੈ ਤਾਂ ਕਿ ਇਹ ਬੰਦਾ ਸਹੀ ਕਰਡੈਂਸ਼ਲ ਸਹੀ ਬੈਕਗ੍ਰਾਉਂਡ ਦੇ ਨਾਲ ਆ ਰਿਹਾ ਹੈ ਇਹ ਚੀਜ਼ ਇੱਕ ਵਾਰੀ ਫਿਰ ਆ ਕੇ ਲੀਡਰਸ਼ਿਪ ਤੇ ਰੁਕਦੀ ਹੈ অলਸੋ ਅਸ਼ਮਤਾ ਜੀ ਮੈਂ ਕੱਲ ਬੋਲਣਾ ਚਾਹਾਂਗੀ ਕਿ ਅਸੀਂ ਯੈਸ ਯੂ ਆਰ ਐਬਸੋਲੂਟਲੀ ਰਾਈਟ ਬਟ ਐ ਵੀ ਤੁਸੀਂ ਸੋਚੋ ਤੁਸੀਂ ਆਪਣੇ ਕਾਰ ਗੈਸਟ ਬਣਾ ਕੇ ਕਿੰਨੂ ਲੈ ਕੇ ਆ ਰਹੇ ਹੋ ਤੁਸੀਂ ਉਸ ਬੰਦੇ ਨੂੰ ਟਰਸਟ ਕਰਦੇ ਹੋ ਤੁਸੀਂ ਆਪਣਾ ਕੋਈ ਰਿਲੇਟਿਵ ਹੈ ਉਹ ਕਿੰਨੀ ਫੈਮਲੀਆਂ ਵਿੱਚ ਇੰਡੀਆ ਤੋਂ ਰਿਸ਼ਤੇਦਾਰ ਆਂਦੇ ਨੇ ਉਹਨਾਂ ਦਾ ਅੱਗੋਂ ਕੋਈ ਬੇਟਾ ਜਾਂ ਬੇਟੀ ਹੈ ਜਾਂ ਚਾਚਾ ਤਾਇਆ ਕਜ਼ਨ ਜੋ ਵੀ ਹੈ ਤੁਸੀਂ ਉਹਨਾਂ ਨੂੰ ਟਰਸਟ ਕਰਦੇ ਹੋ ਤੁਸੀਂ ਆਪਣੇ ਰਿਲੇਟਿਵਸ ਤੇ ਬੈਕਗਰਾਉਂਡ ਚੈੱਕ ਥੋੜੀ ਕਰੋਗੇ ਤੁਹਾਨੂੰ ਕੀ ਪਤਾ ਕਿ ਉਹ ਕੀ ਕਰ ਰਹੇ ਨੇ ਤੁਹਾਡੇ ਪਿੱਠ ਪਿੱਛੇ ਇਹ ਸਾਡਾ ਕਲਚਰ ਆ ਜਿੱਦਾਂ ਨਾ ਸਾਡੇ ਅਸੀਂ ਆਪ ਇਹ ਚੀਜ਼ ਦੇ ਕਰਦੇ ਆ ਸਾਡੇ ਕਿੰਨੇ ਲੋਕ ਘਰੇ ਆਉਂਦੇ ਜਦੋਂ ਬਾਹਰੋਂ ਇੰਡੀਆ ਤੋਂ ਆਉਂਦੇ ਆ ਇਹ ਸਾਡਾ ਕਲਚਰ ਹੈ ਸਾਨੂੰ ਜਿਹੜਾ ਬੰਦਾ ਨਹੀਂ ਕਿਸੇ ਨੂੰ ਘਰੇ ਰੱਖਦਾ ਨਾ ਉਹਨੂੰ ਅਸੀਂ ਆਡ ਸਮਝਦੇ ਆ ਅਸੀਂ ਨਹੀਂ ਕਹਿ ਰਹੇ ਕਿ ਉਹਨਾਂ ਨੂੰ ਕਰੋ ਨਾ ਰਾਈ ਨਹੀਂ ਨਹੀਂ ਪਰ ਮੈਂ ਕਹਿ ਰਿਹਾ ਕਿ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰੋ ਉਹਨਾਂ ਨੂੰ ਸਿਖਾਓ ਪ੍ਰੋਟੈਕਟ ਇਦਾਂ ਹੀ ਕਰ ਸਕਦੇ ਆ ਕਿ ਜੇ ਆਪਾਂ ਇਹ ਡਾਇਲੌਗ ਕਰੀਏ ਜਿਵੇਂ ਆਪਾਂ ਅੱਜ ਡਾਇਲੌਗ ਸ਼ੁਰੂ ਕੀਤਾ ਡਾਇਲੌਗ ਸ਼ੁਰੂ ਕਰੀਏ ਕੀ ਸਾਡਾ ਕਲਚਰ ਬੜਿਆ ਰਹੇ ਸਾਡਾ ਕਲਚਰ ਆ ਵੈਲਕਮ ਕਰਨਾ ਇੱਕ ਜਿਹਦੀ ਹੈਲਪ ਕਰਨਾ ਜੋ ਬਜ਼ੁਰਗਾਂ ਨੇ ਕੀਤਾ ਮੈਂ ਤਾਂ ਕਹਿੰਦਾ ਸ਼ਾਨਦਾਰ ਬਜ਼ੁਰਗਿਆ ਉਹਨਾਂ ਨੂੰ ਮੱਥਾ ਟੇਕਦੇ ਆਂ ਕਿ ਵਿਚਾਰਿਆਂ ਨੇ ਉਹਨੂੰ ਪੈਸੇ ਦਿੱਤੇ ਤੇ ਉਹ ਬੰਦੇ ਨੇ ਐਸੀ ਹਰਕਤ ਕੀਤੀ ਪਰ ਜੇ ਅਸੀਂ ਇਹ ਚੀਜ਼ਾਂ ਪੁਆਇੰਟ ਆਊਟ ਕਰਾਂਗੇ ਆਪਣੇ ਕਲਚਰ ਨੂੰ ਬਚਾ ਸਕਦੇ ਆਂ ਆਪਣੇ ਗੁਰਦੁਆਰੇ ਨੂੰ ਬਚਾ ਸਕਦੇ ਆਂ ਪਰ ਫੇਰ ਹੀ ਆ ਜੇ ਅਸੀਂ ਉਹ ਚੀਜ਼ ਤੇ ਪੁਆਇੰਟ ਆਊਟ ਕਰਾਂਗੇ ਸੋ ਉਹੀਂ ਅਟੈਕ ਨਹੀਂ ਕਰ ਰਹੇ ਅਸੀਂ ਪਿਆਰ ਕਰਦੇ ਆ ਆਪਣੇ ਕਲਚਰ ਦਾ ਉਹਨੂੰ ਪ੍ਰੋਟੈਕਟ ਕਰ ਰਹੇ ਹਾਂ ਬੜੇ ਅਸੀਂ ਸੋਲੂਸ਼ਨਸ ਲੱਭੀਏ ਮੇਰਾ ਇੱਕ ਆਮ ਰੀਲੀ ਕੀਨ ਟੂ ਨੋ ਕਿਉਂਕਿ ਪਾਵੇਂ ਮੈਨੇਜਮੈਂਟ ਕਮੇਟੀਜ਼ ਹੋਣ ਅਸੀਂ ਕਹਿੰਦੇ ਆ ਬੱਚਾ ਨੂੰ ਗਰੋ ਕਰਨ ਵਾਸਤੇ ਨੇ ਯੂ ਨੀਡ ਅ ਵਿਲੇਜ ਟੂ ਗਰੋ ਅ ਚਾਈਲਡ ਸੋ ਕਮਿਊਨਿਟੀ ਸਾਰੀ ਜਿਹੜੀ ਇਕੱਠੀ ਹੈ ਫੋਰਚੂਨੇਟਲੀ ਅਨਫੋਰਚੂਨੇਟਲੀ ਸਾਡੀ ਕਮਿਊਨਿਟੀ ਦੇ ਵਿੱਚ ਲੀਡਰਸ ਜ਼ਿਆਦਾ ਬੰਦੇ ਹੈ ਮੈਨਰ ਲੀਡਿੰਗ ਫੈਮਿਲੀ ਦੇ ਵਿੱਚ ਠੀਕ ਹੈ ਇੱਕ ਡਿਫਰੈਂਟ ਡਾਇਨਾਮਿਕਸ ਹੈ ਪਰ ਅਗਰ ਕੋਈ ਕੇਸ ਕਿਸੇ ਕੁੜੀ ਨਾਲ ਹੁੰਦਾ ਹੈ ਚਲੋ ਮੁੰਡਿਆਂ ਨਾਲ ਵੀ ਹੁੰਦਾ ਹੈ ਅਗਰ ਪਿਓ ਦੀ ਅਗਰ ਨਹੀਂ ਹੈ ਨਾ ਰਜ਼ਾਮੰਦੀ ਕੇ ਬਾਹਰ ਗੱਲ ਜਾਏ ਤੇ ਨਹੀਂ ਜਾਏਗੀ ਉਹ ਦਬਾ ਦਿੱਤੀ ਜਾਏਗੀ ਸੋ ਆਈ ਰੀਲੀ ਵਾਂਟ ਟੂ ਆਸਕ ਯੂ men's perspective ਕੀ ਹੈ ਤੇ ਮਤਲਬ ਕੀ ਬੰਦਿਆਂ ਨੂੰ ਵੱਖਰਾ ਕਰਕੇ ਜ਼ਰੂਰ ਟ੍ਰੇਨ ਕਰਨਾ ਚਾਹੀਦਾ ਹੈ ਜਾਂ ਕੁਝ ਕੀ ਕਿਉਂਕਿ ਬੜੇ ਥੋੜੀ ਜੀਆਂ ਮਮਨ ਹੈ ਜਿਹੜੀਆਂ ਲੀਡ ਕਰ ਰਹੀਆਂ ਐ ਸਪੈਸ਼ਲੀ ਗੁਰਦੁਆਰਿਆਂ ਚ ਜਾਂ ਕਮਿਊਨਿਟੀ ਸੈਂਟਰਸ ਦੇ ਵਿੱਚ ਡਾਇਲੌਗ ਬਹੁਤ ਜ਼ਰੂਰੀ ਆਈ ਥਿੰਕ ਤੁਹਾਡੀ ਗੱਲ ਸਹੀ ਹੈ ਡਾਇਲੌਗ ਮੈਲਸ ਦੇ ਵਿੱਚ ਕਿੰਨਾ ਕਿਤੇ ਅਸੀਂ ਡਰਦੇ ਆ ਕਿਉਂਕਿ ਨਾਮ ਬਣਾਉਂਦੇ ਆ ਸਾਡਾ ਖਾਨਦਾਨੀ ਜੋ ਆਪਣੇ ਪੰਜਾਬੀ ਆ ਕੀ ਮੇਰਾ ਖਾਨਦਾਨ ਹੈ ਮੇਰਾ ਖਾਨਦਾਨ ਪਰ ਗੱਲ ਉਹੀ ਆ ਕਿ ਜੇ ਇਹ ਚੀਜ਼ ਅੱਜ ਹੋਈ ਆ ਕੱਲ ਵੀ ਹੋਊਗੀ ਪਰਸੋਂ ਵੀ ਹੋਣੀ ਆ ਅੱਜ ਮੇਰੀ ਕਿਸੇ ਕੁੜੀ ਨਾਲ ਹੋਈ ਕੱਲ ਗ੍ਰੈਂਡ ਆਟਰ ਨਾਲ ਹੋ ਸਕਦੀ ਐ ਸੋ ਬੰਦਿਆਂ ਨੂੰ ਸਮਝਣਾ ਪਊਗਾ ਉਹ ਗੱਲਾਂ ਛੱਡ ਦਿਓ ਕਿ ਉਹਨੇ ਘੱਟ ਕੱਪੜੇ ਪਾਏ ਆ ਜਾਂ ਉਹਨੇ ਵੇਖਿਆ ਹੋਣਾ ਵਾ ਉਹ ਬੰਦੇ ਤੇ ਪੁਆਇੰਟ ਆਊਟ ਕਰੋ ਜਿਨੇ ਕੰਮ ਖਰਾਬ ਕੀਤਾ ਜਿਨੇ ਗਲਤ ਕੰਮ ਕੀਤਾ ਆਪਣੀ ਕੁੜੀ ਤੇ ਨਾ ਕਰੋ ਕਿ ਹਾਂ ਘੱਟ ਕੱਪੜੇ ਯਾਰ ਜੇ ਅਹੀਂ ਕਪੜਾ ਮੈਂ ਟੀ-ਸ਼ਰਟ ਲਾ ਕੇ ਘੁੰਮ ਸਕਕ ਫਿਰ ਸਕਦਾ ਜੇ ਮੈਂ ਜਮ ਆ ਪਾ ਕੇ ਜਾਣਾ ਸ਼ਾਰਟਸ ਦਨ ਮਾਈ ਮਾਈ ਡਾਟਰ ਕੈਨ ዱ ది ਸੇਮ ਥਿੰਗ ਉਹਨੂੰ ਹੱਕ ਬੰਦਾ ਕਿਉਂ ਕਰੇਗਾ ਇਹ ਜਿਹੜੇ ਸਾਰੇ ਮੇਰਾ ਐਕਸਪੀਰੀਅੰਸ ਇਹ ਹੈ ਕਮਿਊਨਿਟੀ ਦੇ ਵਿੱਚ ਕਿ ਅਸੀਂ ਜਦੋਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰ ਲਈਏ ਸੈਕਸ ਅਬਿਊਜ਼ ਦੀ ਗੱਲ ਕਰ ਲਈਏ ਮੈਂਟਲ ਹੈਲਥ ਦੀ ਗੱਲ ਕਰ ਲਈਏ ਬੰਦੇ ਜ਼ਿਆਦਾ ਆਂਦੇ ਹੀ ਨਹੀਂ ਉਸ ਕਮਰੇ 'ਚ ਉਹ ਮੇਬੀ ਦੈਟਸ ਵਾਟ ਨੀਡਸ ਟੂ ਚੇਂਜ ਕਿ ਸਾਡੀ ਕਮਿਊਨਿਟੀ ਦੇ ਵਿੱਚ ਸਾਰਿਆਂ ਦੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਆ ਕਾਲਰਸ ਕੁਝ ਸਾਡੇ ਨਾਲ ਜੁੜ ਚੁਕੇ ਆ ਸੁਣ ਲੈਂਦੇ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਅਰ ਹੋ ਹਾਂਜੀ ਹਾਂਜੀ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਹਾਂਜੀ ਦੱਸੋ ਤੁਸੀਂ ਔਨ 에ਅਰ ਹੋ ਮੈਂ ਸਿਰਫ ਇਹ ਹੀ ਦੱਸਣਾ ਹੈ ਕਿ ਜੋ ਮੈਂ ਮੈਂ ਪੀਟੀਸੀ ਵਾਚ ਕਰਦਾ ਮੈਂ ਜਸੂਤ ਵਾਚ ਕਰਦਾ ਕਈਆਂ ਸਾਲਾਂ ਤੋਂ ਲੇਕਿਨ ਇੱਕ ਚੀਜ਼ ਮੈਂ ਦੱਸਦੇ ਆ ਕਿ ਜਿਸ ਹਿਸਾਬ ਨਾਲ ਅੱਜ ਕੱਲ ਤੁਹਾਡੇ ਐਡਾ ਆ ਰਹੀਆਂ ਨੇ ਨਾ ਸਾਰੀਆਂ ਇੰਨਾ ਸਤਿਆਨਾਸ਼ ਹੋ ਰਿਹਾ ਕਿ ਅੱਗੇ ਜਾ ਕੇ ਹੋਰ ਸੌਰੀ ਸਰ ਆਮ ਸੌਰੀ ਸਰ ਆਮ ਸੌਰੀ ਆਮ ਸੌਰੀ ਆਮ ਸੌਰੀ ਨਹੀਂ ਉਹ ਕਿਤ ਕੋ ਪੈਸੇ ਲੈਣ ਉਹ ਬਾਦਲਾਂ ਕੋ ਪੈਸੇ ਲੈਣ ਜਿਹੜੇ ਦੋ ਤੇ ਬਾਦਲਾਂ ਦੇ ਚੱਲਦੇ ਆ ਉਹ ਉਹਨਾਂ ਨੂੰ ਪੈਸੇ ਦਿੰਦੇ ਆ ਤੇ ਜੇ ਚੈਨਲ ਤੁਸੀਂ ਬਿਜ਼ਨਸ ਕਰਦੇ ਜੋ ਤੇ ਤੁਸੀਂ ਕਿਸੇ ਤੋਂ ਕਿਸੇ ਤੋਂ ਤੇ ਤੁਸੀਂ ਪੈਸੇ ਲਾਓਗੇ ਤੇ ਫੇਰ ਹੀ ਤੁਹਾਨੂੰ ਕੰਟੈਂਟ ਮਿਲੂਗਾ ਇਹਨਾਂ ਇਹ ਹੁਣ ਉੱਥੇ ਪੋਲਿਟਿਸ਼ੀਅਨਾਂ ਕੋ ਪੈਸੇ ਨਹੀਂ ਲੈਂਦੇ ਇਹਨਾਂ ਨੂੰ ਮੋਦੀ ਨਹੀਂ ਪੈਸੇ ਦਿੰਦਾ ਇਹ ਪੈਸੇ ਇਹੋ ਐਡਾਂ ਸਾਡੇ 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 ਬਿਜ਼ਨੈਸ ਹੀ ਆਣਾ ਮੇਰਾ ਮੇਰਾ ਬਿਜ਼ਨਸ ਮੈਂ ਡਾਕਟਰ ਮੈਂ ਨਾ ਬਿਜ਼ਨਸ ਦੇ ਨਾਮ ਮੈਂ ਕੌਂਟੈਂਟ ਕੌਂਟ ਥੈਟਸ ਇਹ ਤੇ ਹਰ ਇੱਕ ਚੈਨਲ ਤੇ ਹੁੰਦਾ ਤੁਸੀਂ ਕਿੱਦਾਂ ਇਹ ਚੀਜ਼ ਨੂੰ ਪੁਆਇੰਟ ਆਊਟ ਕਰਤਾ ਇਹ ਚੈਨਲ ਵਿਕਦਾ ਨਹੀਂ ਆ ਸਾਨੂੰ ਕੋਈ ਖਰੀਦ ਨਹੀਂ ਸਕਦਾ ਇਸ ਲਈ ਇਹ ਮਸ਼ਹੂਰੀਆਂ ਚੱਲਦੀਆਂ ਯਾਰ ਤੁਸੀਂ ਮਾਈਂਡ ਕੋ ਕਰਦੇ ਜੋ ਸਸਿਕਾਤ ਤੁਸੀਂ ਆਨ 에ਰੋ ਤੁਸੀਂ ਆਨ 에ਰੋ ਸਸਿਕਾਤ ਹਾਂਜੀ ਦੱਸੋ ਮੈਂ ਕਾਲ ਕਰ ਰਿਹਾ ਜਿਹੜਾ ਹੁਣੇ ਇਹ ਐਸਾ ਮੁੱਦਾ ਸ਼ੋ ਹੈਗਾ ਜੀ ਜੀ ਮੈਂ ਮੈਂ ਸ਼ੇਅਰ ਕਰਨਾ ਚਾਹੁੰਦਾ ਸੀਗਾ ਥੋੜੇ ਆਪਣੇ ਵਿਚਾਰ ਜੀ ਪਲੀਜ਼ ਦੱਸੋ um ਮੈਂ ਜਿਹੜਾ ਸਿਗਾ ਜਿਹੜਾ ਇਸ਼ੂ ਹੈਗਾ ਅਸ ਅਸ ਜਿਹੜਾ ਹੋਰੇ ਮੈਦਲਨ ਗੁਰਦਵਾਰੇ ਉਹਦੇ ਵਿੱਚ ਯੂ ਨੋ ਮੈਂ ਮੈਦਲਨ ਚ ਰਹਿੰਦੇ um <laughs> um very close to the gurdwara jithe hai ho reya um i mean there the reason is le lokavech sangath vich thodi ji paniness hoye is because two cases sexual abuse the approached sigar jis tarike on on handle kita gaya sigar bahut do tarike na ਪਹਿਲਾ ਕੇਸ ਜਿਹੜਾ ਹੈਗਾ ਉਹਨੂੰ ਐਨੇ ਸਾਲ ਤੱਕ ਕੋਸ਼ਿਸ਼ ਕੀਤਾ ਕਿ ਕਿਸੇ ਤਰੀਕੇ ਨਾਲ ਦਬਾਇਆ ਜਾਏ ਯੂ ਨੋ ਚੁਪਾਇਆ ਜਾਏ ਦੂਸਰਾ ਕੇਸ ਜਦ ਪਤਾ ਚੱਲਿਆ ਉਹ ਬਿਲਕੁਲ ਇਮੀਡੀਏਟਲੀ ਉਸ ਦੇਤੇ ਡਿਸੀਜਨ ਲਿਆ ਗਿਆ ਕਿ ਕਿਸੇ ਤਰੀਕੇ ਨਾਲ ਉਹਨ ਸਰੇਸਗੇ ਉਹਨਾਂ ਨੂੰ ਕੱਢਿਆ ਜਾਏ ਫਿਰ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਾਰਾ कट ऑफ ਕੀਤਾ ਜਾਏ ਇਮੀਡੀਟਲੀ ਸੋ ਉਸਕਰ ਕੇ ਐਨਓ ਦੇ ਕੇ ਸੰਗਤ ਵਿੱਚ ਆਈ ਗੈਸ ਕਿਸੇ ਨੂੰ ਲੱਗਾ ਕਿ ਵੀ ਇਹ ਤਰੀਕਾ ਜਿਸ ਤਰੀਕਾ ਮੈਨੇਜਮੈਂਟ ਨੇ ਹੈਂਡਲ ਕੀਤਾ ਸੀਗਾ ਇਹ ਠੀਕ ਨਹੀਂ ਸੀਗਾ ਜੀ ਐਂ ਸੋ ਐਡ ਸੋ ਆਈ ਥਿੰਕ ਕਈ ਜਿਹੜੇ ਸਕੇ ਸਵਾਲ ਉੱਠੇ ਕਈ ਉਹਨਾਂ ਦੇ ਕਨਸਰਨਸ ਹੋਏ ਕਿ ਵੀ ਹਾਊ ਕੈਨ ਵੀ ਟਰਸਟ ਦਿਸ ਮੈਨੇਜਮੈਂਟ ਕਿ ਉਹਨਾਂ ਨੇ ਇਸ ਤਰੀਕੇ ਨਾਲ ਐਨ ਅਪਰੋਚ ਕੀਤਾ ਸੋ ਉਹਦੇ ਵਿੱਚ ਜੋ ਗੱਲਾਂ ਆਈਆਂ ਯੂ نو ਜੀ ਇਸ਼ੂਸ ਬਾਰੇ ਇਨਫੋਰਮੇਸ਼ਨ ਮਿਲੀ ਡੀਟੈਲਸ ਪਤਾ ਚੱਲੀਆਂ ਬਟ ਮੁੱਦਾ ਫਿਰ ਆ ਜਾਂਦਾ ਕਿ ਵੀ ਐ ਮੈਨੇਜਮੈਂਟ ਨੇ ਜੋ ਡਿਸੀਜਨ ਲਏ ਸੀਗੇ ਐਂ ਪਤਾ ਹੋ ਕੇ ਵੀ ਕਿ ਵੀ ਗਲਤ ਲੈਣੇ ਡਿਸੀਜਨ ਉਹਨਾਂ ਨੂੰ ਸੰਗਤ ਨੂੰ ਇਹਦੇ ਬਾਰੇ ਇਨਫੋਰਮ ਨੇ ਕਿੰਨਾ ਠਿਕਰਾਣਾ છુપਾਇਆ ਐ ਐਨ ਨੂੰ ਯੂ ਨੋ ਗੁੰਮਰਾ ਕੀਤਾ ਜੀ ਸੋ ਬੇਸਿਕਲੀ ਸੰਗਠਨ ਵਾਂਟਸ ਸਮ ਕਾਈਂਡ ਆਫ ਰੈਜ਼ੋਲੂਸ਼ਨ ਔਨ ਥਿਸ ਚਲੋ ਜੋ ਸਿਗੇ ਜਨਾਨ ਨੇ ਕੀਤਾ ਉਹਨਾਂ ਨੂੰ ਗੰਟਤਾ ਬਟ ਮੈਨੇਜਮੈਂਟ ਦੇ ਗੱਲ ਆ ਜਾਂਦੀ ਹੈ ਜੀ ਸੋ ਚੈਰਜ ਵੇ ਰਾਈਟ ਨਾਓ ਇਜ਼ ਦਾ ਇਸ਼ੂ ਸਟੈਂਡਿੰਗ ਜਦ ਤੱਕ ਕਿ ਮੈਨੇਜਮੈਂਟ ਕਲੀਅਰ ਨਹੀਂ ਹੁੰਦੀ and nikaldi ne new management new leadership fail ja ke you can bring some kind of uh, you know i uh, agree I, 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 i agree thank you so much for the call but jithe management di gal aandi hai sade walon ik simple jawab hai ohde layi jo bhi unna da response reaction re it's too little too late jo bachchi jis parivar di pichle 20 saalan ton zindagi kharab ho chuki hai kinne ਹੰਡਰਡਸ ਮੇਬੀ ਹਜ਼ਾਰਡਸ ਆਫ ਬੱਚੇ ਪੋਟੈਂਸ਼ੀਅਲੀ ਐਕਸਪੋਜ਼ ਹੋਏ ਹਨ ਇੱਕ ਪ੍ਰੈਡੀਟਰ ਤੋਂ ਉਹਨਾਂ ਦੇ ਬਾਰੇ ਤੱਕ ਕੋਈ ਗਿਣਤੀ ਹੀ ਨਹੀਂ ਹਲੇ ਹੋਈ ਆਮ ਇਹਦੇ ਬਾਰੇ ਸਵਾਲ ਚੱਲ ਰਿਹਾ ਸੋ ਡੈਫੀਨਿਟਲੀ ਲੀਡਰਸ਼ਿਪ ਬਿਲਕੁਲ ਫੇਲ ਹੋਈ ਹੈ ਐਂਡ ਜੋ ਵੀ ਅਪੋਲੋਜੀ ਮਿਲੀ ਹੈ ਭਾਵੇਂ ਉਹ ਰਿਟਨ ਸਟੇਟਮੈਂਟ ਹੋਏ ਜਾਂ ਰਿਕਾਰਡਡ ਹੋਏ ਸਟੇਟਮੈਂਟ ਆਮ ਇਟਸ ਨਾਟ ਇਨਾਫ ਰੁਕਦੇ ਹਾਂ ਬ੍ਰੇਕ ਲਈ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਬ੍ਰੇਕ ਤੋਂ ਬਾਅਦ ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਅੱਜ ਐਕਸਟੈਂਡਡ ਮੁੱਦਾ ਪ੍ਰੋਗਰਾਮ ਇਸ ਇਸ਼ੂ ਨੂੰ ਲੈ ਕੇ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਦੱਸਣਾ ਚਾਹੁੰਦੀ ਆ ਜੋ ਇਹ ਹਾਦਸਾ ਮੈਰੀਲੈਂਡ ਗੁਰਦੁਆਰੇ ਹੋਇਆ ਗੁਰਦਰਸ਼ਨ ਸਿੰਘ ਨੇ ਇੱਕ 12 ਸਾਲ ਦੀ ਕੁੜੀ ਦੇ ਨਾਲ ਕਨਵਿਕਟਿਡ ਫੈਡਰਲ ਲੀਗਲ ਤੌਰ ਤੇ ਕਨਵਿਕਟਿਡ ਸੈਕਸ਼ੂਅਲ ਅਬਿਊਸ ਕੀਤਾ ਉਹਨਾਂ ਨੂੰ ਇਸ ਗੁਰਦੁਆਰੇ ਨੇ ਉੱਥੇ ਇਮਪਲੋਇਡ ਰੱਖਿਆ 20 ਤੋਂ ਵੱਧ ਸਾਲਾਂ ਲਈ ਉਹ ਪਰਿਵਾਰ ਵੀ ਸਾਡੇ ਨਾਲ ਕੱਲ ਜੁੜੇਗਾ ਆਪਣੀ ਸਟੋਰੀ ਇੱਕ ਵਾਰੀ ਫਿਰ ਤੁਹਾਡੇ ਨਾਲ ਸਾਂਝੀ ਕਰਨ ਲਈ ਇੱਥੇ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਸਾਡੀ ਕਮਿਊਨਿਟੀ ਇਸ ਤੋਂ ਅੱਗੇ ਵਧ ਸਕਦੀ ਤਾਂ ਕਿ ਇਹੋ ਜੀ ਚੀਜ਼ਾਂ ਨਾ ਅੱਗੇ ਹੋਣ ਭਾਵੇਂ ਉਹ ਸਾਡੇ ਗੁਰਦੁਆਰੇ ਹਨ ਸਾਡੇ ਐਟ ਹੋਮ ਜਦੋਂ ਤੁਹਾਡਾ ਪਰਿਵਾਰ ਆਂਦਾ ਹੈ ਵਰਕਪਲੇਸ ਸਕੂਲ ਇਹ ਚੀਜ਼ਾਂ ਅਨਫੋਰਚਨਟਲੀ ਬਹੁਤ ਜ਼ਿਆਦਾ ਕਾਮਨ ਹਨ ਬਟ ਅਗਰ ਆਪਾਂ ਗੱਲ ਹੀ ਨਹੀਂ ਕਰਾਂਗੇ ਆਈਡੈਂਟੀਫਾਈ ਨਹੀਂ ਕਰਾਂਗੇ ਪ੍ਰੋਬਲਮ ਨੂੰ ਆਪਾਂ ਉਹਨੂੰ ਸੋਲਵ ਨਹੀਂ ਕਰ ਸਕਦੇ ਕਾਲਰਜ਼ ਦੇ ਵਿਚਾਰ ਸੁਣ ਲੈਂਦੇ ਆ ਸਸ ਸ੍ਰੀਕਲ ਤੁਸੀਂ ਔਨ 에ਰੋ ਸੱਚੀ ਗੱਲ ਹੈ ਹਾਂਜੀ ਦੱਸੋ ਅਸ਼ਮਿਤਾ ਜੀ ਮੈਂ ਰਾਜ ਕੁਮਾਰ ਬੋਲ ਰਿਹਾ ਹਾਂ ਹਾਂਜੀ ਰਾਜ ਕੁਮਾਰ ਜੀ ਦੱਸੋ ਤੇ ਚੰਗੇ ਮਾਰੇ ਅੰਤਰ ਜਿਹੜੇ ਹੁੰਦੇ ਆ ਨਾ ਹਰ ਸਮਾਜ ਵਿੱਚ ਹੁੰਦੇ ਆ ਤੇ ਤੇ ਜਿਸ ਸਮਾਜ ਇਹ ਜਿੰਨੇ ਜਾਗਰ ਹੋ ਜਾਂਦੇ ਨਾ ਉਹ ਚੰਗੀ ਗੱਲ ਆ ਜਿਹੜੇ ਬੱਚੇ ਉਹ ਜਾਗਰ ਕਰਦੇ ਇਹਨਾਂ ਲੋਕਾਂ ਨੂੰ ਉਹ ਇੱਕ ਮਤ ਦੇਣ ਵਾਲੀ ਗੱਲ ਆ ਉਹ ਇਹਨਾਂ ਲੋਕਾਂ ਨੂੰ ਪਾਤ ਰਾਸਾ ਦਿਖਾਉਣਾਂ ਦੀ ਚੰਗੀ ਗੱਲ ਆ ਇਹ ਉਹ ਬੰਦੇ ਉਹ ਲੋਕ ਜਿਹੜੇ ਆ ਉਹ ਜ਼ਿਆਦਾ देर ਇਸ ਸਮਾਜ ਦਾ ਹਿੱਸਾ ਨਹੀਂ ਬਣਨੇ ਚਾਹੀਦੇ ਤੇ ਸਾਰੀ ਸਾਰੀ ਉਮਰ ਲੰਗੀ ਹੋਵੇ ਕਿਤੇ ਰਹਿੰਦੇ ਆ ਤੇ ਗੁਰਦੁਆਰਿਆਂ ਵਿੱਚ ਇਕੱਠ ਕਰਦੇ ਹੋਣ ਗੁਰਦੁਆਰਿਆਂ ਵਿੱਚੋਂ ਗੱਲ ਕਰਦੇ ਹੋਣ ਕੇ ਤੇ ਅਸੀਂ ਅਸੀਂ ਬਹੁਤ ਸੱਚੇ ਸੱਚੇ ਬੰਦੇ ਆ ਨਹੀਂ ਐਸੇ ਅੰਸਾਰ ਨੂੰ ਬਾਹਰ ਦਾ ਰਾਹ ਉਖਾਣਾ ਚਾਹੀਦਾ ਜੀ ਜੀ ਬਿਲਕੁਲ ਹੁਸੈਨ ਉਹ ਗੁਰਦੁਆਰਾ ਦੇ ਸਾਹਿਬ ਨੂੰ ਜਿਸ ਸਾਡੇ ਗੁਰਦੁਆਰਾ ਸਾਹਿਬ ਹੈਗੇ ਨੇ ਮੈਂ ਬਹੁਤ ਚਿਰ ਤੋਂ ਪੰਜਾਬ ਪੰਜਾਬੀ ਨਾਲ ਹਰਬਿੰਦ ਕਾਂਝੀ ਜਾਣਦੇ ਮੈਂ

ਅਸੀਂ ਕਹਿੰਦੇ ਆ ਬਹੁਤ ਤੁਸੀਂ ਅੱਛਾ ਐ ਪ੍ਰੋਗਰਾਮ ਕਰ ਰਹੇ ਹੋ ਇਹ ਜਿਹੜੀ ਆਵਾਜ਼ ਉੱਠ ਰਹੀ ਆ ਬਹੁਤ ਜ਼ਰੂਰੀ ਆ ਸਾਡੇ ਵੀਰ ਜੀ ਨੇ ਮੈਂਸ਼ਨ ਕੀਤਾ ਸੀ ਵੀ ਅਸੀਂ ਸਾਡਾ ਕਲਚਰ ਆ ਦੇ ਰਿਸ਼ਤੇਦਾਰ ਨੂੰ ਹੈਲਪ ਕਰਨਾ ਉਸੇ ਕਲਚਰ ਦੇ ਵਿੱਚ ਇਹ ਵੀ ਆਇਆ ਵੀ ਅਸੀਂ ਆਵਦੀ ਆਇਡੈਂਟੀਟੀ ਤੇ ਕੋਈ ਜੇ ਲਾਂਚਣ ਹੁੰਦਾ ਉਹ ਉਸ ਤੋਂ ਵੀ ਅਸੀਂ ਬਚਾ ਲੀਏ ਉਹਦੇ ਨਾਲ ਕੀ ਹੁੰਦਾ ਤੇ ਇਹ ਜਿਹੜੀਆਂ ਇਹ ਜਿਹੇ ਚੀਜ਼ਾਂ ਹੋ ਜਾਂਦੀਆਂ ਜੀ ਅਸੀਂ ਤੇ ਨੇ ਵੀ ਉਹਨਾਂ ਜਸਟ ਸਵੀਪਰ ਮੰਨਦਾ ਰਗ ਤੇ ਸਾਡੀ ਬੜੀ ਬੇਸ਼ਤੀ ਹੋ ਜਾਏਗੀ ਇਹ ਇਹ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਹੋਰ ਲੋਕ ਸਨ ਕੀ ਕਹਿਣਗੇ ਸਿੱਖਣ ਦੇ ਇਥੇ ਕੀ ਹੋ ਰਿਹਾ ਅਸੀਂ ਡੇਰ ਹੀ ਨਹੀਂ ਕਰਦੇ ਵੀ ਉਹਨੂੰ ਜਾ ਕੇ ਯੂ نو ਡਰੈਸ ਕੀਤਾ ਜਾਏ ਹਾਂ ਜੀ ਹੈਡ ਆਨ ਅਸੀ ਹਿੱਟ ਕਰੀਏ ਜੀ ਜੀ ਬਿਲਕੁਲ ਜੋ ਨਹੀਂ ਅਸੀਂ ਜਿਹੜੇ ਵਿਕਟਮ ਨੂੰ ਬਲੇਮ ਕਰਦ ਲੱਗ ਜਾਂਦੇ ਹਾਂ ਹਾਲਾਂਕਿ ਇਹ ਦੇਸ਼ ਲੈਂਡ ਆਫ ਦਾ ਲਾਅ ਆਫ ਦਾ ਲੈਂਡ ਇਸ ਜੇ ਕੋਈ ਆਪਣਾ ਮਾਈਨਰ ਆ ਉਹਦੇ ਨਾਲ ਇਹ ਜੀ ਕੋਈ ਵੀ ਗੱਲ ਹੁੰਦੀ ਹੈ ਭਾਵੇਂ ਕੰਸੈਂਟ ਨਾਲ ਹੁੰਦੀ ਹੈ ਅਡਲਟ ਜ਼ਿੰਮੇਵਾਰ ਹੈ ਜੀ ਦੂਜੀ ਗੱਲ ਜੇ ਅਡਲਟ ਵੀ ਐਕਸਪਲੋਇਟ ਹੁੰਦਾ ਤਾਂ ਪੋਜੀਸ਼ਨ ਆਫ ਪਾਵਰ ਜਿਹਦੇ ਕੋਲੇ ਹੈਗੀ ਜੋ ਉਹ ਐਕਸਪਲੋਇਟ ਕਰਦਾ ਜ਼ਿੰਮੇਵਾਰੀ ਉਸ ਤੇ ਜਾਂਦੀ ਹੈ ਅਡਲਟਸ ਦੇ ਲਈ ਵੀ ਐਬਸੋਲੂਟਲੀ ਤਾਂ ਸਾਨੂੰ ਇਹ ਚੀਜ਼ਾਂ ਬਹੁਤ ਯੂ نو ਐਂਡ ਆਲਸੋ ਪ੍ਰੋਐਕਟਿਵਲੀ ਆਪਣੇ ਬੱਚੇ ਨਾਲ ਜਿੰਸੀ ਕਿਨਾਂ ਇਹ ਡਾਇਲੋਗ ਕਰਦੇ ਰਹਿਣਾ ਚਾਹੀਦਾ ਦੂਜੀ ਗੱਲ ਤੁਸੀਂ ਕਹਿੰਦੇ ਸੀ ਵੀ ਜਿਹੜੇ ਪ੍ਰਬੰਧਕ ਨੇ ਗੁਰਦੁਆਰੇ ਦੇ ਜੀ ਉਹਨਾਂ ਦੀ ਐਕਚੁਅਲੀ ਕੁਆਲਿਫਿਕੇਸ਼ਨ ਕੋਸ਼ਿਸ਼ ਨਹੀਂ ਆ ਮੈਂ 10-15 ਸਾਲਾਂ ਤੋਂ ਇੱਥੇ ਹੈਗਾ ਹਰ ਤਰੀਕੇ ਨਾਲ ਸੀ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਆ ਸਿਰਫ ਤੇ ਸਿਰਫ ਜਿਹੜੇ ਲੋਕ ਬਾਹਰ ਆਉਂਦੇ ਆ ਉਹ ਇਹ ਆ ਵੀ ਜਿਨ੍ਹਾਂ ਦੀ ਫੈਮਿਲੀ ਤੇ ਫਰੈਂਡ ਸਰਕਲ ਵੱਡਾ ਨਾ ਉਹ ਖੜੇ ਹੋ ਜਾਂਦੇ ਆ ਤੇ ਉਹ ਉਹ ਪਲੇਸ ਆਫ ਪ੍ਰੋਮੀਨੈਂਸ ਚਾਜ ਜਾਂਦੇ ਚਾਹੇ ਉਹਨਾਂ ਕੋਲ ਅਬਿਲਿਟੀ ਹੋਵੇ ਤੇ ਚਾਹੇ ਨਾ ਜਨਰਲੀ ਨਹੀਂ ਹੁੰਦੀ ਜੀ 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 ਸਰ ਸਰ ਕੋ ਲੀਡਰਸ਼ਿਪ ਹੁੰਦੀ ਹੈ ਡਾਕਟਰ ਸਾਹਿਬ ਮੈਂ ਤੁਹਾਨੂੰ ਆਮ ਸੌਰੀ ਇੱਥੇ ਰੋਕਣਾ ਪੈ ਰਿਹਾ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਬਟ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਆ ਕਿ ਇਸ ਕੇਸ ਦੇ ਵਿੱਚ ਤਾਂ ਜੋ ਮੈਨੇਜਮੈਂਟ ਸਗੀ ਉਹ ਨਾ ਦੇ ਤਾਂ ਬਥੇਰੀ ਕੁਆਲੀਫਿਕੇਸ਼ਨਸ ਹਨ ਬਥੇਰੀ ਐਜੂਕੇਸ਼ਨ ਸਗੀ ਵੈਲ ਐਸਟੈਬਲਿਸ਼ਡ ਵੈਲ ਐਜੂਕੇਟਿਡ ਬਿਜ਼ਨਸ ਪ੍ਰੋਫੈਸ਼ਨਲਸ ਸੋ ਇੱਥੇ ਤਾਂ ਇਹ ਵੀ ਨਹੀਂ ਐਕਸਕਿਊਜ਼ ਬਣਦੀ ਕਿ ਇਹ ਅਨਪੜ ਗਵਾਰ ਆ ਕੇ ਇੱਥੇ ਕੁਝ ਵੀ ਕਰ ਰਹੇ ਹਨ ਇਹਨਾਂ ਨੂੰ ਇੱਥੇ ਦਾ ਲਿਹਾਜ਼ ਨਹੀਂ ਪਤਾ ਇੱਥੇ ਦਾ ਲਾਅ ਨਹੀਂ ਪਤਾ ਨੋ ਇਸ ਗੁਰਦੁਆਰੇ ਦੀ ਮੈਨੇਜਮੈਂਟ ਨੂੰ ਇਸ ਕੰਟਰੀ ਦਾ ਐਟਲੀਸਟ ਸਭ ਕੁਝ ਪਤਾ ਸੀ ਫਿਰ ਵੀ ਇਹ ਚੀਜ਼ ਹੋਈ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੋ ਤੁਸੀਂ ਔਨ 에ਰੋ ਹਾਂਜੀ ਮੈਂ ਕੁਝ ਕਹਿਣਾ ਚਾਹ ਰਹੀ ਹਾਂ ਜੋ ਤੁਹਾਡਾ ਟੌਪਿਕ ਚੱਲ ਰਿਹਾ ਉਸ ਬਾਰੇ ਜੀ ਜੀ ਕਹੋ ਤੇ ਅ ਜੋ ਵੀ ਇਹ ਸਰਕਸ਼ਣ ਰਿਹਾ ਹੈ ਨਾ ਉਸ ਬਾਰੇ ਮੈਂ ਕਹਿਣਾ ਚਾਹਦੀ ਕਿ ਜਿਸ ਪਰਸਨ ਬਾਰੇ ਤੁਸੀਂ ਗੱਲ ਕਰ ਰਹੇ ਗੁਰਦਰਸ਼ਨ ਸਿੰਘ ਜੀ ਜਾਂ ਜਿਹੜਾ ਟਾਪਿਕ ਚੱਲ ਰਿਹਾ ਮੈਂ ਆਪਣਾ ਥਿਊ ਉਸ ਬਾਰੇ ਦੇਣਾ ਚਾਹਦੀ ਆ ਪਲੀਜ਼ ਪਲੀਜ਼ ਕਿ ਹਾਂਜੀ ਜੋ ਪਰਸਨ ਹੈ ਐਨੇ ਸਾਲਾਂ ਤੋਂ ਸੇਵਾ ਕਰ ਰਿਹਾ ਗੁਸਤੀ ਗੁਸਤੀ ਖਿਓ ਅਸੇ ਸੇ ਕਮਿਊਨਿਟੀ ਵਾਸਤੇ ਹਨਾ ਉਹਦੇ ਬਾਰੇ ਕਦੀ ਇਸ ਕੇਸ ਤੋਂ ਇਲਾਵਾ ਕਦੀ ਵੀ ਕਿੰਦਰੋਂ ਵੀ ਕੋਈ ਹੋਰ ਨਿਊਜ਼ ਸੁਣੀ ਮੈਂ ਸਾਰੇ ਲਿਸਨਰ ਨੂੰ ਦੱਸਣਾ ਚਾਹਦੀ ਆ ਕਿ ਜੋ ਬੰਦਾ ਖਰਾਬ ਹੁੰਦਾ ਹੈ ਆਫਕੋਰਸ ਉਹਦੇ ਬਾਰੇ ਕੋਈ ਨਾ ਕੋਈ ਹੋਰ ਨੈਗੇਟਿਵਿਟੀ ਹੋਰ ਕੋਈ ਲੈਕਟਿਵ ਗੱਲ ਜ਼ਰੂਰ ਕਿਸੇ ਨੇ ਸੁਣੀ ਹੋਣੀ ਸੀ ਹਨਾ ਹੂੰ ਹੂੰ ਤੇ ਮੈਨੂੰ ਲੱਗਦਾ ਕਿ ਜਿੰਨਾ ਇਸ਼ੂਸ ਬਣਾਏ ਜਾ ਰਹੇ ਨੇ ਕਿ ਗੱਲ ਉਨੀ ਵੱਡੀ ਹੈ ਜੀ ਜੀ ਆਮ ਥੈਂਕ ਯੂ ਥੈਂਕ ਯੂ so much ਤੁਹਾਡੀ ਕਾਲ ਲਈ ਥੈਂਕ ਯੂ so much ਤੁਹਾਡੀ ਕਾਲ ਲਈ ਬਟ ਸਾਡੇ ਲਈ ਤਾਂ ਇਹ ਡੇ 1 ਹੈ this is day 1 of case 1 ਸਾਨੂੰ ਨਹੀਂ ਪਤਾ ਕਿ ਜਾਨਬੀਨ ਤੋਂ ਬਾਅਦ ਕੀ ਕੁਝ ਲਿਖ ਲੂਗਾ ਬਟ ਸਾਡੇ ਵੱਲੋਂ ਉਹ ਬਿਲਕੁਲ ਤੁਸੀਂ ਕਹਿ ਲਓ ਇਨਵੈਸਟੀਗੇਸ਼ਨ ਸ਼ੁਰੂ ਹੈ ਆ 20 ਸਾਲਾਂ ਦੇ ਵਿੱਚ ਕੁਝ ਹੋਇਆ ਨਹੀਂ ਹੋਇਆ ਇੱਕ ਬਾਰੀ ਫਿਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਅਗਰ ਤੁਸੀਂ ਅਫੈਕਟਡ ਹੋਏ ਹੋ ਆ ਇਸ ਇੰਡੀਵਿਜੂਅਲ ਤੋਂ ਇਸ ਸਿਚੁਏਸ਼ਨ ਤੋਂ ਜ਼ਰੂਰ ਤੁਸੀਂ ਸਾਡੇ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਹੋ ਉਹ ਗਿਲਟੀ ਪਾਏ ਗਏ ਆ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਨਾਲੇ ਤੁਹਾਨੂੰ ਵੀ ਬਾਰ ਬਾਰ ਤੁਸੀਂ ਚਾਹੁੰਦੇ ਹੋ ਕਿ ਅਲੱਗ ਜਨਾਨੀ ਨਾਲ ਹੋਵੇ ਤੇ ਫਿਰ ਤੁਸੀਂ ਉਹਨੂੰ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ ਹੋ ਰੋ

ਇਹਨੇ ਕਿਹਾ ਗਿਆ ਕਿ ਯੂ ਨੋ 20 ਸਾਲਾਂ ਬਾਅਦ ਵੀ ਜੇ ਬਾਰੇ ਇੱਥੇ ਉਹਨੂੰ ਮੰਨਣ ਕੋ ਰਹੀ ਨਹੀਂ ਹਾਲਾਂਕਿ ਇਹਦੇ ਉੱਤੇ ਸਾਰਾ ਕੁਝ ਤੁਸੀਂ ਜਾ ਕੇ ਦੇਖ ਲਓ ਸਾਰੇ ਡਾਕੂਮੈਂਟਸ ਹੈਗੇ ਆ ਸਭ ਕੁਝ ਹੈ ਹੈ ਕਿ ਉਹ ਉਹ ਚੀਜ਼ਾਂ ਦੇਖ ਕੇ ਵੀ ਇੱਥੇ ਲੋਕੀ ਮੰਨਉ ਰਿਹਾ ਨਹੀਂ ਹੈ ਤੇ ਆ ਆ ਸਭ ਤੋਂ ਵੱਡੀ ਮਾੜੀ ਜਿਹੜੀ ਮੈਨੂੰ ਲੱਗਦੀ ਹੈ ਮੈਂ ਉੱਥੇ ਆ ਗੁਰਦੁਆਰੇ ਜਾਂਦਾ ਰਿਹਾ ਬਚਪਨ ਚ ਹੇ ਹੁਣ ਜਿਹੜੇ ਮੈਂ ਬੰਦੇ ਆ ਉੱਥੇ ਜਾਂਦੇ ਨੇ ਔਰ ਗੱਲ ਕਰਦਾ ਆ ਅੱਧੇ ਮੰਦੇ ਨੇ ਅੱਧੇ ਮੰਦੇ ਨਹੀਂ ਮੈਂ ਕਿਹਾ ਸੀ ਪੇਪਰ ਵਰਕ ਆਪੇ ਨਹੀਂ ਦੇਖਦੇ ਹਾਂ ਜੀ ਯਾ देयर इज पेपर वर्क ਟੂ ਪ੍ਰੂਵ देयर आर ਡਾਕੂਮੈਂਟੇਸ਼ਨ देयर इज ਅ देयर इज एवरीथिंग ਆਊਟ देयर ਟੂ ਪ੍ਰੂਵ ਇਨਕਲੂਡਿੰਗ ਦ ਪੇਰੈਂਟਸ ਅਮ ਅ ਟੈਸਟੀਮਨੀ ਯਾਪ ਐਂਡ ਦ ਵਰਸਟ ਪਾਰਟ ਇਜ਼ ਕਿ ਜਦੋਂ ਗੱਲ ਕੀਤੀ ਗਈ ਸੀ origianally ਜਿੱਦਾਂ ਉਹਨਾਂ ਦੇ ਪੇਰੈਂਟਸ ਨੇ ਬੋਲਿਆ ਤਦੋਂ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਨੋ ਉਹ ਰਸ਼ਨ ਸੰਤ ਨੂੰ ਫੇਰ ਵੀ ਢੱਕ ਲਿਆ ਉਸ ਤੋਂ ਬਾਅਦ ਉਹਦੀ ਗੱਲ ਸੁਣ ਕੇ ਉਹਨੂੰ ਮੰਨ ਕੇ ਵਾਪਸ ਰੱਖ ਲਿਆ ਉੱਥੇ ਯਾ ਬਟ ਦਿ ਰਿਐਲਿਟੀ ਇਜ਼ ਨੋਬਦੀ ਲਿਸਨ ਟੂ ਦ ਪੇਰੈਂਟਸ ਵਾਈ ਵਾਸ ਦੈਟ ਯਾ ਵਾਈ ਡਿਡ ਦੈਟ ਹੈਪਨ ਵੈਰੀ ਗੁੱਡ ਕੁਐਸਚਨ ਵੈਰੀ ਗੁੱਡ ਕੁਐਸਚਨ ਸਰ ਇਹ ਮੈਨੂੰ ਲੱਗਦਾ ਹੈ ਸਾਡੀ ਕੌਮ ਦੀ ਕਮਜ਼ੋਰੀ ਹੈ ਕਿ ਸਾਰੇ ਪ੍ਰੂਫ ਨੂੰ ਵੇਖ ਕੇ ਐਵਿਡੈਂਸ ਨੂੰ ਵੇਖ ਕੇ ਵੀ ਆਪਾਂ ਆਪਣੇ ਜਿਦਾ ਕਹਿੰਦੇ ਨਾ ਇੱਕ ਪਾਸੇ ਟਰਨ ਕਰ ਲਿਆ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਅਸ਼ਮੀਤਾ ਸਾਹਿਬ ਤੇ ਤੁਹਾਰੀ ਫਾਰੇ ਪੈਨਲ ਨੂੰ ਫਸਾਈ ਕਾਲ ਸੀ ਸੀ ਕਾਲਜੀ ਜਸੋ ਨੇ ਹਰ ਦੇ ਰਸਿੰਗ ਬੜਾ ਸ਼ਾਬੋਰ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਟਾਪਿਕ ਤੁਸੀਂ ਲੈ ਕੇ ਆਂਦਾ ਇਹ ਘਰ ਘਰ ਦੀ ਸਟੋਰੀ ਆ ਤੇ ਇਹਦੇ ਚ ਮੈਂ ਇੱਕ ਗੱਲ ਕਵਾਂਗਾ ਕਿ ਪਹਿਲਾਂ ਤੇ ਜੇ ਲੜਕੀ ਆ ਤੇ ਮਾਂ ਨੂੰ ਚਾਹੀਦਾ ਕਿ ਲੜਕੀ ਨੂੰ ਐਜੂਕੇਟ ਕਰੇ ਪੂਰੀ ਤਰ੍ਹਾਂ ਜੀ ਦੂਸਰਾ ਜਸਰਾ ਡਾਕਟਰ ਬੀਬਾ ਜੀ ਨੇ ਕਿਹਾ ਕਿ ਤੁਸੀਂ ਦੇਖੋ ਜਿਹੜੇ ਘਰ ਤੁਹਾਡੇ ਚ ਜਾਂ ਆਲੇ-ਦੁਆਲੇੋਂ ਸਾਡੇ ਪਰਿਵਾਰਾਂ ਚੋਂ ਹੀ ਬੰਦੇ ਹੁੰਦੇ ਆ ਉਹ ਕਿਹੜੇ ਜ਼ਿਆਦਾ ਚਾਪਲੂਸੀ ਕਰਦੇ ਆ ਤੁਹਾਡੇ ਬੱਚਿਆਂ ਨਾਲ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਆ ਹੂੰ ਹੂੰ ਨੰਬਰ 3 ਗੁਰਦੁਆਰਿਆਂ ਦੀ ਗੱਲ ਤੁਸੀਂ ਕੀਤੀ ਆ ਜਿਹੜੀ ਇਹ ਤੇ ਚ ਇਹ ਹੁੰਦਾ ਵਾ ਕਿ ਕਈ ਵਾਰੀ ਤਾਂ ਮੈਨੇਜਮੈਂਟ ਕਮੇਟੀ ਚੋਂ ਦੀ ਆ ਪਿਛਲੋ ਉਸ ਪਰਿਵਾਰ ਦੀ ਇਜ਼ਤ ਜਿਹੜੀ ਆ ਬਾਹਰ ਸਮਾਜ ਚ ਨਾ ਉਛਲੇ ਜੀ ਦੂਸਰਾ ਕਈ ਵਾਰੀ ਮੈਨੇਜਿੰਗ ਕਮੇਟੀ ਤੇ ਜਿਹੜਾ ਪੀਸਟ ਹੁੰਦਾ ਵਾ ਉਹ ਇੱਕ ਦੂਜੇ ਨੂੰ ਪ੍ਰੋਟੈਕਟ ਵੀ ਕਰਦੇ ਆ ਉਹ ਉਹਨਾਂ ਦੀਆਂ ਸਾਈਡਸ ਲੈਂਦੇ ਨੇ ਤੇ ਇਹਦੇ ਨਾਲ ਵੀ ਉਹ ਗੱਲ ਜਿਹੜੀ ਆ ਬਾਹਰ ਨਹੀਂ ਨਿਕਲਦੀ ਉੱਥੇ ਦੱਬੀ ਰਹਿ ਜਾਂਦੀ ਆ ਇਨ ਜਨਰਲ ਵੀ ਸਾਡੇ ਸਮਾਜ ਚ ਜਿਹੜਾ ਹੈਗਾ ਨਾ ਪੰਜਾਬੀ ਅਸੀਂ ਸਾਡੇ ਬੱਚੇ ਜਦੋਂ ਟੀਨੇਜ ਚ ਆਉਂਦੇ ਨੇ ਉਹ ਅਮਰੀਕਨਾਈਜ਼ ਹੋਣ ਲੱਗ ਪੈਂਦੇ ਆ ਉਹ ਮਾਂ ਪਿਓ ਦੀ ਤਾਂ ਸੁਣਦੇ ਹੀ ਨਹੀਂ ਕਿੱਥੇ ਚੱਲੇ ਹੋ ਕਿੱਥੋਂ ਤੁਸੀਂ ਆਏ ਹੋ ਮਾਂ ਪਿਓ ਕੰਮਾਂ ਚ ਰੁੱਝੇ ਨੇ ਆਪਣਾ ਰੋਜ਼ਗਾਰ ਕਮਾਉਣ ਵਾਸਤੇ ਇਸ ਗੱਲ ਦੀ ਬਹੁਤ ਕਮੀ ਆ ਮੈਂ ਤੁਹਾਨੂੰ ਦੱਸਦਾ ਮੇਰਾ ਲੜਕਾ ਈਵਨ ਜਦੋਂ ਹਾਈ ਸਕੂਲ ਚ ਪੜਦਾ ਸੀਗਾ ਉਹ ਜੇ ਬਾਹਰ ਜਾਂਦਾ ਸੀ ਕਿਤੇ ਵੀਕਐਂਡ ਤੇ ਤੇ ਮੈਂ ਆਪਣੀ ਵਾਈਫ ਨੂੰ ਕਹਿੰਦਾ ਸੀ ਕਿ ਮੈਨੂੰ ਪਤਾ ਹੋਣਾ ਚਾਹੀਦਾ ਵੀ ਇਹਨੇ ਕਿੱਥੇ ਚੱਲਿਆ ਤੇ ਕਿੰਨੀ ਦੇਰ ਲਈ ਚੱਲਿਆ ਐਂਡ ਸ਼ੀ ਮੇਡ ਸ਼ੋਰ ਵੀ ਇਹਦੀ ਕੰਪਨੀ ਜਿਹੜੀ ਆ ਉਹ ਰਾਈਟ ਹੈਗੀ ਆ ਕਿ ਨਹੀਂ ਹੈਗੀ ਚਲੋ ਇਹ ਉਹ ਡਿਫਰੈਂਟ ਥਿੰਗ ਹੀ ਇਜ਼ ਅ ਡਾਕਟਰ ਨਾਓ ਪਰ ਸਾਡੇ ਬੱਚੇ ਵੀ ਨਹੀਂ ਸਾਡੇ ਮਨ ਦੇ ਤੇ ਸਾਡੇ ਮਾਪਿਓ ਜਿਹੜੇ ਆ ਉਹਨਾਂ ਦੇ ਕਹਿਣੇ ਤੋਂ ਬਾਹਰ ਸਾਡੇ ਬੱਚੇ ਹੋਏ ਨੇ ਉਹ ਸਾਰਾ ਹੀ ਸਮਾਜ ਸਾਡਾ ਬਹੁਤ ਦੁਖੀ ਆ ਤੋ ਬੱਚਿਆਂ ਨੂੰ ਵੀ ਸਾਨੂੰ ਕੋਈ ਇਹੋ ਜਿਹੀ ਐਜੂਕੇਸ਼ਨ ਦੇਣੀ ਚਾਹੀਦੀ ਆ ਕਿ ਜਾਂ ਤੇ ਉਹ ਗੁਰਦੁਆਰੇ ਜਾਦਾ ਹੋਣ ਤਾਰਮਕ ਪਾਸੇ ਵਾਲੇ ਜ਼ਿਆਦਾ ਲੱਗਣਾ ਕਿ ਉਹ ਇਸ ਅਮਰੀਕਨ ਸੋਸਾਇਟੀ ਜਿਹੜਾ ਕਲਚਰ ਆ ਨਾ ਬੇਵਾਗਾ ਹੋਇਆ ਹਾ ਉਹਨੂੰ ਫਾਲੋ ਨਾ ਕਰਦੇ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵ ਥੈਂਕ ਯੂ ਥੈਂਕ ਯੂ ਬੰਦੇਸ਼ਾ ਜੀ ਬਹੁਤ ਵਧੀਆ ਇਹਨਾਂ ਨੇ ਕਿਹਾ ਪਰ ਬੱਚਿਆਂ ਨੂੰ ਲਿਆਉਣ ਵਾਸਤੇ ਜਿੱਥੇ ਅਸੀਂ ਚਾਹੁੰਦੇ ਆ ਅਡਲਟਸ ਨੂੰ ਉਹ ਟਰਸਟ ਜ਼ਰੂਰ ਵਾਸਤੇ ਬੜਾ ਕੁਝ ਕਰਨਾ ਪਏਗਾ ਵਿਚ ਵੀ ਆਰ ਨਾਟ ਡੂਇੰਗ ਮੈਂ ਅਨਫੋਰਚਨਟਲੀ ਵਿਊਅਰਸ ਨੂੰ ਦੱਸਣਾ ਚਾਹੁੰਦੀ ਆ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ ਬਟ ਇਹ ਇਹ ਸਿਰਫ ਸਾਡਾ ਸਿਰਫ ਤੁਸੀਂ ਕਹਿ ਲਓ ਸਟੈਪ 1 ਸਾਡੇ ਸਾਰਿਆਂ ਲਈ ਇਸ ਸਟੈਪ 1 ਹੈ ਅਗਰ ਅਪਾ ਅੱਜ ਹੀ ਇਹ ਮੁਹਿੰਮ ਚਕਲੀਏ ਕਿ ਇਸ ਤਰ੍ਹਾਂ ਦੀ ਸੈਕਸ਼ੂਅਲ ਅਬਿਊਸ ਸਾਡੇ ਬੱਚਿਆਂ ਨਾਲ ਸਾਡੇ ਕੁੜੀਆਂ ਨਾਲ ਸਾਡੇ ਨੌਜਵਾਨ ਮੁੰਡਿਆਂ ਨਾਲ ਨਹੀਂ ਹੋਏਗਾ ਵੀ ਕੈਨ ਚੇਂਜ ਥਿੰਗਸ ਐਨ ਅਪਾ ਉਹੀ ਕੋਸ਼ਿਸ਼ ਵਿੱਚ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕੀਤਾ ਹੈ ਕੱਲ ਪਰਿਵਾਰ ਸਾਨੂੰ ਜੁਆਇਨ ਕਰ ਰਿਹਾ ਮੈਂ ਪੈਨਲ ਤੋਂ ਚਾਹਾਂਗੀ ਕਲੋਜ਼ਿੰਗ ਸਟੇਟਮੈਂਟਸ ਡਾਕਟਰ ਬੀਬਾ ਪਲੀਜ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦੱਸਣਾ ਚਾਹਾਂਗੀ ਕਿ ਮੈਂ ਆਪਣੇ ਰਿਦਮ ਆਫ ਹੀਲਿੰਗ ਸ਼ੋਤੇ Uh, बहुत जल्दी एक बोर्ड सर्टिफाइड चाइल्ड सकाइट्रिस्ट स्पैशलिस्ट हॉस्पिटल के पूरे ओवरसीयर लैके आवेगी सो दैट असी जो तीस व्यू कॉलर ने हमने दसिया कि बच्चों को किस तरह अगे गाइड करना है किस तरह उन्होंने प्रोटैक्ट करना है चाइल्ड अब्यूज़ की है सैक्शुअल अब्यूज़ की है अं गलत करा शो के उ बहुत जल्द जी अरविंद मित्र दिस इज जस्ट द बिगनिंग अभी शुरू शुरुआत की और जिस तरह अं पहले ही कह रहे कि एद सिर्फ है कि गलबात ਜਾਰੀ ਰਹਿਣੀ ਚਾਹੀਦੀ ਹੈ ਐਂਡ ਇਨਸੀਡੈਂਟਲੀ ਸਾਡੀ ਗੱਲਬਾਤ ਵੀ ਵੀ ਕੰਟੀਨਿਊ ਦਿਸ ਯੂ نو ਪਹਿਲੇ ਵੀ ਕੁਝ ਕੇਸ ਆਇਆ ਹੋਇਆ ਪਰ ਖਾਸ ਤੌਰ ਤੇ ਇਸ ਉਹਦੇ ਤੇ ਕਿ ਸੈਕਸ਼ੂਅਲ ਅਬਿਊਜ਼ ਕਿਸ ਤਰ੍ਹਾਂ ਸੀ ਟ੍ਰੇਨ ਕਰਨਾ ਹੈ ਨਾਟ ਓਨਲੀ ਕਿਡਸ ਪਰ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਅਡਲਟਸ ਕੋਈ ਵੀ ਵਨਰੇਬਲ ਪੋਜੀਸ਼ਨ ਤੇ ਹੈਗੇ ਆ ਜਿਵੇਂ ਭਾਵੇਂ ਫੈਮਿਲੀਜ਼ ਦੇ ਵਿੱਚ ਹੈ ਵਰਕਪਲੇਸ ਤੇ ਹੈ ਕਿਤੇ ਵੀ ਉਹਨਾਂ ਨੂੰ ਟ੍ਰੇਨ ਕਰਨਾ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਉਹ ਕਰੋ ਐਜ਼ ਵੈਲ ਐਸ ਕਮਿਊਨਿਟੀ ਦਾ ਫੈਮਿਲੀ ਦਾ ਪੇਰੈਂਟਸ ਯੂ نو ਜੋ ਵੀ ird gird ਹੈ ਤੁਹਾਡੇ ਗਾਰਡੀਅਨਸ ਹੈ ਹਾਊ ਡੂ ਦੇ ਰਿਐਕਟ ਵੈਨ ਸਮਥਿੰਗ ਲਾਈਕ ਦਿਸ ਹੈਪਨਸ ਕਿਉਂਕਿ ਹੋਏਗਾ ਇੱਕ ਅੱਧਾ ਕੋਈ ਬੈਡ ਅੰਸ਼ ਹਰ ਜਗ੍ਹਾ ਹੈਗਾ ਯਾ ਸੋ ਉਸ ਤੋਂ ਪ੍ਰੀਵੈਂਟਿਵ ਐਂਡ ਦੈਨ ਬਾਈ ਚਾਂਸ ਰੱਬ ਨਾ ਕਰੇ ਹੋ ਜਾਏ ਤੇ ਅਸੀਂ ਰਿਐਕਟ ਕਿਵੇਂ ਕਰਨਾ ਉਹ ਸਾਰੀਆਂ ਗੱਲਾਂ ਅਸੀਂ ਕੰਟੀਨਿਊ ਰੱਖਾਂਗੇ ਡਾਕਟਰ ਸਮਾਨ ਆਮ ਆਈ ਥਿੰਕ ਕਾਲਰ ਇੱਕ ਕਾਲਰ ਨੇ ਗੱਲ ਕੀਤੀ ਸੀ এডੂਕੇਸ਼ਨ ਦੀ ਇਹ ਚੀਜ਼ ਦਾ ਚਾਈਲਡ ਅਬਿਊਜ਼ ਦਾ ਸੈਕਸ਼ੂਅਲ ਅਬਿਊਜ਼ ਦਾ এডੂਕੇਸ਼ਨ ਨਾਲ ਕੋਈ ਲੈਣ ਦੇਣੀ ਹੈਗਾ ਪ੍ਰੈਜ਼ੀਡੈਂਟ ਕਲਿੰਟਨ ਹੀ রাইਟ ਸੋ ਵਾ ਡਿਪੋਜ਼ੀਸ਼ਨ ਆ ਤੇ ਲੋਕ ਸਾਡੇ ਉਥੇ ਸੁਚਾ ਸਿੰਘ ਲੰਗਾ ਪੰਜਾਬ ਚ ਭਾਵੇਂ এডੂਕੇਸ਼ਨ ਘਟਿਆ ਵਧਿਆ ਕੋਈ ਵੀ ਕਰ ਸਕਦਾ ਸੋ ਆਪਣੇ ਕਿਡਸ ਨੂੰ ਜਦੋਂ ਤੁਸੀਂ ਕਿਤੇ ਵੀ ਭੇਜਦੇ ਜੋ ਭਾਵੇਂ এডੂਕੇਸ਼ਨਲ ਸੈਂਟਰਸ ਆ ਭਾਵੇਂ ਸਕੂਲਸ ਆ ਤੁਹਾਨੂੰ ਇਹ ਚੀਜ਼ ਨੂੰ ਅਵੇਅਰ ਹੋਣਾ ਪੈਣਾ ਦੂਜੀ ਗੱਲ ਕਾਲਰ ਨੇ ਕੀਤੀ ਸੀ ਅਮਰੀਕਨ ਦੀ ਇਹ ਕੋਈ ਅਮਰੀਕਨ ਕਲਚਰ ਨਹੀਂ ਆ ਕਿ ਬੱਚਿਆਂ ਦਾ ਚਾਈਲਡ ਅਬਿਊਜ਼ ਕਰੋ ਆਈ ਥਿੰਕ ਇਨਾਈ ਇੰਡੀਆ ਨੇ ਸੋ ਆਪਾਂ ਇਹ ਚੀਜ਼ ਨੂੰ ਨਾ ਪਾਣੀ ਪਾ ਦੇਣੇ ਕਿ ਹਾਂ ਜੀ ਅਮਰੀਕਨ ਗਾਣੇ ਸੁਣ ਕੇ ਜਾਂ ਮੂਵੀ ਉਹ ਐਕਚੁਅਲੀ ਜਿਹੜਾ ਅਮਰੀਕਨ ਕਲਚਰ ਹੈ ਬਹੁਤ ਜ਼ਿਆਦਾ ਟੀਚ ਕਰਦਾ ਕਿ ਜਨਾਨੀਆਂ ਦੀ ਰਿਸਪੈਕਟ ਕਰੋ ਮਾਂ ਦੀ ਰਿਸਪੈਕਟ ਕਰੋ ਸੋ ਆਈ ਥਿੰਕ ਦੈਟਸ ਰੀਲੀ ਰੋਂਗ ਫਾਰ ਅਸ ਟੂ ਸੇ ਕਿ ਇਹ ਅਮਰੀਕੀ ਕਲਚਰ ਹੈ ਇੰਡੀਅਨ ਵੀ ਕਲਚਰ ਇੰਨਾ ਹੀ ਉਹ ਹੈਗਾ ਤੇ ਲਾਸਟ ਚੀਜ਼ ਆ ਕਿ ਜੇ ਇਦਾਂ ਦਾ ਕੋਈ ਕਦੀ ਕਿਸੇ ਨਾਲ ਹੁੰਦਾ ਆਪਣੇ ਤੇ ਲੈ ਕੇ ਸੋਚੋ ਕਿ ਜੇ ਮੇਰੀ ਕੁੜੀ ਨਾਲ ਇਦਾਂ ਹੁੰਦਾ ਤਾਂ ਮੈਂ ਕੀ ਐਕਟ ਕਰਦਾ ਜਦੋਂ ਤੁਸੀਂ ਗੱਲਾਂ ਕਰਦੇ ਜੋ ਨਾ ਕਿ ਇਹ ਪਹਿਲੀ ਵਾਰੀ ਹੋਇਆ ਜੀ ਕਦੀ ਕੀਤਾ ਨਹੀਂ ਜੇ ਤੁਹਾਡੀ ਧੀਣਾ ਇਦਾਂ ਹੁੰਦਾ ਤੁਸੀਂ ਇਹ ਕੁਝ ਕਰਨਾ ਹੈ ਕਿ ਉਹ ਬੜਾ ਧਾਰਮਿਕ ਉਹ ਕਿਹੜਾ ਧਾਰਮਿਕ ਬੰਦਾ ਜਿਹੜਾ ਕੋਰਟ ਆਫ ਲਾ ਵਿੱਚ ਉਹ ਗਿਲਟੀ ਹੋਇਆ ਤੇ ਤੁਸੀਂ ਉਹਨੂੰ ਧਾਰਮਿਕ ਕਹਿੰਦੇ ਜੋ ਤੁਸੀਂ ਸਾਡੇ ਧਰਮ ਨੂੰ ਡਾਊਨ ਕਰਦੇ ਜੋ ਤੁਸੀਂ ਸਿੱਖੀ ਨੂੰ ਡਾਊਨ ਕਰਦੇ ਜੋ ਪਲੀਜ਼ ਇਦਾਂ ਨਾ ਕਰੋ ਬਾਕੀ ਆ ਆਉਣ ਵਾਲੇ ਸੰਡੇ ਮੈਂ ਵੀ ਇਹੋ ਚੀਜ਼ ਦੇ ਉੱਪਰ ਹੀ ਡਿਸਕਸ਼ਨ ਕਰੂੰਗਾ ਵੈਸੇ ਫਾਰਮਰਸ ਬਿਲ ਚਾਉਣਾ ਹਾਂ ਪਰ ਉੱਤੇ ਡਿਸਕਸ਼ਨ ਨਹੀਂ ਹੋਊਗੀ ਇਹੋ ਟਾਪਿਕ ਦੇ ਉੱਪਰ ਡਿਸਕਸ਼ਨ ਹੋਊਗੀ ਮੈਂ ਜ਼ਰੂਰ ਇੱਕ ਦੋ ਇੱਕ ਆਈ ਵਾਂਟ ਟੂ ਐਡ ਦਿਸ ਕਿ ਬਹੁਤ ਜ਼ਰੂਰੀ ਹੈ ਤੁਸੀਂ ਸਹੀ ਕਹਿ ਰਹੇ ਹੋ ਕਿ ਐਕਸੈਪਟੈਂਸ ਇਜ਼ ਦਾ ਫਰਸਟ ਸਟੈਪ ਅਸੀਂ ਹਮੇਸ਼ਾ ਇਮੇਜ ਯੂ نو ਬੇਸਡ ਸਾਡੀ ਕਮਿਊਨਿਟੀ ਹੈ ਅਸੀਂ ਸੋਚਦੇ ਹਾਂ ਆਈਡੀਅਲ ਕਮਿਊਨਿਟੀ ਸਾਡੇ ਵਿੱਚ ਨਹੀਂ ਹੁੰਦਾ ਇਹ ਉਹਨਾਂ 'ਚ ਹੁੰਦਾ ਓਏ ਉਹਨਾਂ 'ਚ ਹੁੰਦਾ ਪਰ ਸਾਡੇ 'ਚ ਨਹੀਂ ਹੈ ਨਾ ਸਾਡੇ 'ਚ ਡਿਵੋਰਸ ਹੈ ਨਾ ਸਾਡੇ ਡੇਟਿੰਗ ਹੈ ਨਾ ਕੁਝ ਨਹੀਂ ਹੈ ਸਾਡੇ ਮਤਲਬ ਅੰਟਿਲ ਵੀ ਐਕਸੈਪਟ ਵੀ ਕੈਨੋਟ ਗੋ ਥਰੂ ਦਾ ਨੈਕਸਟ ਸਟੈਪ ਵਿਚ ਇਜ਼ ਹੀਲਿੰਗ ਐਂਡ ਅਮ ਤੇ ਇਹ ਦੇ ਨਾਲ ਹੀ ਸ਼ੋਅ ਦੀ ਸਮਾਪਤੀ ਕਰਦੇ ਆਂ ਇੱਕ ਬਰੀ ਫਿਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਜੋ ਇਸ ਕੇਸ ਦੇ ਵਿੱਚ ਗੁਰਦਰਸ਼ਨ ਸਿੰਘ ਮੈਰੀਲੈਂਡ ਗੁੜਵਾਰੇ 97 ਦੀ ਕਨਵਿਕਸ਼ਨ ਹੋਈ ਹੈ ਗਿਲਟੀ ਉਹਨਾਂ ਨੇ ਪਲੀਡ ਕੀਤਾ ਹੈ 4 ਚਾਈਲਡ ਸੈਕਸ਼ੂਅਲ ਅਬਿਊਸ ਉਸ ਪਰਿਵਾਰ ਦੇ ਨਾਲ ਕੱਲ ਤੁਹਾਨੂੰ ਮਿਲਾਵਾਂਗੇ ਉਹਨਾਂ ਤੋਂ ਤੁਸੀਂ ਡਾਇਰੈਕਟਲੀ ਲਾਈਵ ਉਹਨਾਂ ਦੀ ਸਟੋਰੀ ਸੁਣ ਸਕਦੇ ਹੋ ਜੋ ਵਿਕਟਮ ਸੀਗੇ ਇਸ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਪਰਿਵਾਰ ਕੱਲ ਸਾਨੂੰ ਜੁਆਇਨ ਕਰੇਗਾ ਜੋ ਕਾਲਰਸ ਅੱਜ ਸਾਡੇ ਨਾਲ ਨਹੀਂ ਜੁੜ ਚੁੱਕੇ ਤੁਸੀਂ ਕੱਲ ਸਾਡੇ ਨਾਲ ਜੁੜ ਸਕਦੇ ਹੋ 8:30 ਵਜੇ ਈਸਟਰਨ ਲਾਈਵ ਸ਼ੁਰੂ ਹੋਏਗਾ ਤੇ ਅੱਜ ਲਈ ਤੁਸੀਂ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਸਾਨੂੰ ਜ਼ਰੂਰ ਲਿਖ ਸਕਦੇ ਹੋ info@justbroadcasting.com ਐਂਡ ਹੈਲਪਲਾਈਨ@justbroadcasting.com ਕੰਪਲੀਟਲੀ ਅਨੋਨਿਮਸ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਇਸ ਕੇਸ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਟੈਕਸਟ ਵੀ ਕਰ ਸਕਦੇ ਹੋ 7187848600 ਹੂੰ